ARP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:12 ਹੋਏ ਨੇ। 16 ਜਨਵਰੀ ਦਾ ਦਿਨ ਹੈ, ਵਰਾ 2020 ਦਾ ਵੀਰਵਾਰ ਹੈ। 4 ਮਾਘ, ਨਾਨਕ ਸ਼ਹੀਦ ਸਮਤ 551, ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ 'ਚ ਖਬਰਾਂ, ਦੂਸਰੇ ਹਿੱਸੇ ਦੇ ਵਿੱਚ 12:10 ਤੇ 18ਵੀਂ ਸਦੀ ਦਾ ਜਿਹੜਾ ਸਿੱਖ ਇਤਿਹਾਸ ਹੈ ਉਸਦੀ ਅਗਲੀ ਕੜੀ। 12:20 ਤੋਂ ਬਾਅਦ ਇੱਕ ਖਾਸ ਵਿਸ਼ਾ, BC ਦੇ ਵਿੱਚ ਲਿਬਰਲ ਸਰਕਾਰ ਦੇ ਸਮੇਂ BC ਦੇ ਜੂਆ ਘਰਾਂ ਦੇ ਵਿੱਚ ਆਇਆ ਕਰੋੜਾਂ ਹੀ ਜਿਹੜੇ ਡਾਲਰਾਂ ਦਾ ਰੌਲਾ ਪੈ ਰਿਹਾ, ਇਨਵੈਸਟੀਗੇਸ਼ਨ ਹੋ ਰਹੀ ਹੈ ਤੇ ਪਬਲਿਕ ਇਨਕੁਆਇਰੀ ਸ਼ੁਰੂ ਹੋ ਰਹੀ ਹੈ ਫਰਵਰੀ ਦੇ ਵਿੱਚ। ਪਰ ਉਸ ਦੇ ਵਿੱਚ ਇੱਕ ਗਲੋਬਲ ਨਿਊਜ਼ ਦੇ ਇਨਵੈਸਟੀਗੇਟਿਵ ਜਰਨਲਿਸਟ ਨੇ ਸੈਮ ਕੂਪਰ, ਉਹਨਾਂ ਨੇ ਬੜੀ ਸਨਸਨੀਖੇਜ ਇੱਕ ਰਿਪੋਰਟ ਕੱਢ ਕੇ ਲਿਆਂਦੀ ਹੈ, ਜਿਹਦੇ ਵਿੱਚ ਇੱਕ ਖਾਸ ਪੁਲਿਸ ਦੀ ਯੂਨਿਟ ਜਿਹੜੀ ਕਿ ਸਿਰਫ ਤੇ ਸਿਰਫ BC ਲੋਟਰੀ ਕਾਰਪੋਰੇਸ਼ਨ ਦੇ ਵਿੱਚ ਇਲੀਗਲ ਜੂਆ ਘਰ ਜਿਹੜੇ ਸੀ ਅੰਡਰਗਰਾਊਂਡ ਚੱਲਦੇ, ਉਹਨਾਂ 'ਤੇ ਨਿਗਾਹ ਮਾਰਨ ਨੂੰ ਰੱਖੀ ਸੀ। ਉਹਨੇ ਜਦ ਇੱਕ ਰਿਪੋਰਟ ਦਿੱਤੀ ਕਿ ਇੱਕ ਏਸ਼ੀਆ ਦੇ ਬਹੁਤ ਵੱਡੇ ਮਾਫੀਆ ਡੌਨ ਨੇ BC ਦੇ ਜੂਆ ਘਰਾਂ 'ਚ ਹਿੱਸਾ ਪਾ ਲਿਆ, ਤਾਂ ਉਸ ਸਮੇਂ ਦੇ ਸੋਲਿਸਿਟਰ ਜਨਰਲ ਰਿਚ ਕੋਲਮੈਨ ਨੇ ਅਤੇ ਹੋਰ ਸਰਕਾਰ ਨੇ ਰਲ ਕੇ ਉਹ ਯੂਨਿਟ ਬੰਦ ਕਰ ਦਿੱਤੀ ਤੇ ਉਹ ਹੁਣ ਰਿਪੋਰਟ ਨਿਕਲ ਆਈ ਹੈ। ਰਿਪੋਰਟ ਨੇ ਖਲਾਰਾ ਪਾਇਆ ਪਿਆ। ਇਹ ਗੱਲ ਲੋਕ ਪਹਿਲਾਂ ਵੀ ਕਰਦੇ ਸੀ ਕਿ BC ਲਿਬਰਲ ਦੇ ਸਮੇਂ ਇਹ ਧਾਂਦਲੀਆਂ ਹੋਈਆਂ ਨੇ। BC ਲਿਬਰਲ ਦਾ ਇਹਦੇ ਵਿੱਚ ਕੀ ਯੋਗਦਾਨ ਸੀ, ਉਹਨਾਂ ਦਾ ਕੀ ਕਾਰਨ ਸੀ ਕਿ ਉਹਨਾਂ ਨੇ ਅੱਖਾਂ ਮੀਚੀਆਂ, ਉਹਨਾਂ ਨੇ ਪੁਲਿਸ ਦੀ ਜਿਹੜੀ ਇਹ ਯੂਨਿਟ ਇਹ ਬੰਦ ਕਰ ਦਿੱਤੀ। ਹਾਲੇ ਤਾਂ ਹੋਰ ਇਨਕੁਆਇਰੀ ਸ਼ੁਰੂ ਹੋਣੀ ਹੈ ਜਸਟਿਸ ਕਿਊਲਨ ਦੇ ਥੱਲੇ ਤੇ, ਉਸ ਦੇ ਵਿੱਚ ਹੋਰ ਨਿਕਲੇਗਾ ਬਹੁਤ ਕੁਛ। ਪਰ ਇਹ ਬੜੀ ਸਨਸਨੀਖੇਜ਼ ਰਿਪੋਰਟ ਤੇ ਰਾਜਨੀਤਿਕ ਬੰਦਿਆਂ ਦੇ ਭ੍ਰਿਸ਼ਟ ਬੰਦਿਆਂ ਨਾਲ ਜਿਹੜੀਆਂ ਯਾਰੀਆਂ, ਜਿਵੇਂ ਮੇਨ ਜਿਹੜਾ ਕੈਨੇਡਾ ਦੀ ਲਿਬਰਲ ਪਾਰਟੀ ਦਾ ਮੇਨ, ਜਦ ਜਸਟਿਨ ਟਰੂਡੋ ਦੀ ਲੀਡਰਸ਼ਿਪ ਬਿਡ ਹੋਈ, ਜਿਹੜਾ ਮੇਨ ਜਿਹੜਾ ਫੰਡ ਰੇਜਰ ਸੀ ਬ੍ਰੌਫਮੈਨ, ਸਟੀਫਨ ਬ੍ਰੌਫਮੈਨ ਦੀ ਵੀ ਗੱਲ ਪੜੀ ਚੱਲੀ ਸੀ 2017 'ਚ ਵੀ $8 million ਉਹਦਾ ਪੈਰਾਡਾਈਜ਼ ਪੇਪਰਾਂ 'ਚ, 9 Cayman Islands ਤੇ। ਇਹ ਜਿਹੜਾ ਮਿਲ ਗੁੱਬ ਹੈ, ਜਿੱਧਰ ਨੂੰ ਇਹ ਜਾ ਰਹੀ ਹੈ ਗੱਲ, ਇਹ ਇਕੱਲੀ ਕੈਨੇਡਾ ਦੇ ਵਿੱਚ ਨਹੀਂ, ਇਹ ਦੁਨੀਆਂ ਦੇ ਵਿੱਚ ਵੀ ਇਹ ਰਾਜਨੀਤਿਕ ਲੋਕ ਜਿਹੜੇ ਭ੍ਰਿਸ਼ਟ ਹੋ ਰਹੇ ਨੇ। ਕੁਛ ਤਾਂ ਡੈਜ਼ੀਗਨੇਟਡ ਦੇਸ਼ ਨੇ ਜਿੱਥੇ ਦੇ ਲੋਕ ਭ੍ਰਿਸ਼ਟ ਨੇ, ਜਿਵੇਂ ਭਾਰਤ ਦੇ ਸਾਰੇ ਵੱਡੇ ਰਾਜਨੀਤਿਕ ਬੰਦਿਆਂ ਦੇ ਸਵਿਸ ਬੈਂਕ ਦੇ ਵਿੱਚ ਅਕਾਊਂਟ ਨੇ। ਗੱਲਾਂ ਚੱਲੀਆਂ ਸੀ ਕਿ ਕੱਢ ਲਿਆਵਾਂਗੇ ਅਕਾਊਂਟਾਂ ਦਾ ਨਾਂ, ਤੇ ਮੁੜ ਕੇ ਰਹਿ ਗਈ ਗੱਲ ਕਹਾਣੀ, ਇੰਨੇ ਇੰਨੇ ਮਿਲ ਜਾਣਗੇ। ਮੋਦੀ ਹੁਣ ਵੀ ਕਹਿੰਦੇ ਸੀ ਨਾ ਭਾਰਤ ਦੇ ਵਿੱਚ ਇੰਨੇ ਇੰਨੇ ਹਜ਼ਾਰ, ਇੰਨੇ ਇੰਨੇ ਲੱਖ, ਇਕੱਲੇ ਇਕੱਲੇ ਨੂੰ ਮਿਲੂ ਸਵਿਸ ਬੈਂਕਾਂ, ਪੈਸਾ ਵਾਪਸ ਲੈ ਕੇ ਆਏਗੇ ਬਹਿਨੋ ਬਾਈਓ। ਨਿਬੜ ਗਈ ਗੱਲ, ਫਿਰਦਾ ਅੰਬਾਨੀ ਤੁਰਿਆ ਤੇ ਸਾਰਾ ਦੇਸ਼ ਉਹਨੇ ਖਰੀਦਣਾ, ਤੇ ਸਾਰੇ ਦੇਸ਼ ਦੀਆਂ ਵੱਡੀਆਂ ਜਿਹੜੀਆਂ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਨੇ ਉਹਦਾ ਉਹਨੇ ਟੇਕ ਓਵਰ ਕਰਨਾ। ਤੁਹਾਡੇ ਵੇਖਦੇ ਵੇਖਦੇ ਦੇਖਿਓ 4 ਸਾਲਾਂ 'ਚ ਹੋਣਾ, ਆਲਰੇਡੀ ਹੋ ਹੀ ਜਾਂਦਾ। ਸੋ ਇਹਨਾਂ ਦੇਸ਼ਾਂ 'ਚ ਜਿੱਥੇ ਸਾਰਾ ਕੁਛ ਆਪਾਂ ਛੱਡ ਕੇ ਆਏ ਸੀ, ਜਦ ਡੇਵਿਡ ਈਬੀ ਹੋਣੀ ਸੋਲਿਸਿਟਰ ਜਨਰਲ ਬਣੇ ਨੇ, ਇਸ ਚੀਜ਼ ਦੇ ਉਹ ਪਿੱਛੇ ਲੱਗੇ ਹੋਏ ਨੇ। ਇਹ ਗੱਲ NDP ਦੇ ਖਾਤੇ ਜਾਂਦੀ ਹੈ ਕਿ ਉਹਨਾਂ ਨੇ ਭ੍ਰਿਸ਼ਟ ਬੰਦਿਆਂ ਨੂੰ ਨੰਗਾ ਕਰਨ ਦਾ ਜਿਹੜਾ ਤਹੀਆ ਕੀਤਾ, ਬਹੁਤ ਵੱਡੀ ਗੱਲ ਹੈ। ਨਹੀਂ, ਜ਼ਿਆਦਾਤਰ ਅਪੋਜੀਸ਼ਨ ਇਸ ਤਰ੍ਹਾਂ ਕੁਛ ਨਹੀਂ ਕਰਦੇ ਹੁੰਦੇ। ਉਹ ਕਹਿੰਦੀ ਅਸੀਂ 4 ਸਾਲ ਲਾਉਣਾ, ਸਾਡੇ 'ਤੇ ਕੋਈ ਗਲਤੀ ਹੋ ਜਾਵੇ, ਅਗਲੇ ਆ ਕੇ ਜਾਂ ਦੁਬਾਰਾ ਜੇ ਲਿਬਰਲ ਆ ਗਏ ਉਹ ਨਹੀਂ ਕਰਨਗੇ, ਜਿਵੇਂ ਰਾਜਾ ਹੁਣ ਬਾਦਲਾਂ ਨੂੰ ਨਹੀਂ ਕਹਿੰਦਾ ਕੁਛ, ਇਸ ਤਰ੍ਹਾਂ ਹੀ। ਪਰ NDP ਉਹਨਾਂ ਨੇ ਅਪੋਜੀਸ਼ਨ 'ਚ ਬੈਠੇ ਹੋਏ ਵੀ ਬੜਾ ਕੰਮ ਕੀਤਾ ਤੇ ਹੁਣ ਵੀ ਬੜਾ ਕੰਮ ਕੀਤਾ ਉਹਨਾਂ ਨੇ। ਇਹ ਬਹੁਤ ਵੱਡੀ ਇੱਕ ਰਿਪੋਰਟ ਤੁਹਾਡੇ ਸਾਹਮਣੇ ਹੋਏਗੀ, ਜੋੜਾਂਗਾ ਜਿਹੜੀਆਂ ਲਿੰਕ ਤੁਹਾਨੂੰ ਬਈ ਕੀ ਕਹਾਣੀ ਕੀ ਬਣਦੀ ਹੈ, ਇਹ ਰਾਜਨੀਤਿਕ ਬੰਦੇ ਕੀ ਕੀ ਕਰਦੇ ਆ। ਆਹ ਛੋਟਾ ਜਿਹੜਾ 20-50 lakh ਵਾਲਾ ਕੰਮ ਕੰਸਲਟੈਂਟਾਂ ਨਾਲ ਯਾਰੀਆਂ ਯੂਰੀਆਂ, ਤਾਂ ਥੋੜਾ ਕੰਮ ਹੈ, ਇਹਦੇ ਵੱਲ ਨਹੀਂ ਕੋਈ ਝਾਕਦਾ। ਹੁਣ ਵੱਡੇ ਕੰਮ, ਵੱਡੇ ਮਗਰ ਮੱਛਾਂ ਨੂੰ ਇੱਕ ਨੋਟਡ ਬੰਦਾ ਏਸ਼ੀਆ ਦੀ ਆਰਗੇਨਾਈਜ਼ਡ ਕ੍ਰਾਈਮ ਦਾ, ਜਿਸ ਬਾਰੇ RCMP ਕਹਿ ਰਹੀ ਉਹ ਹਿੱਸਾ ਪਾ ਰਿਹਾ ਤੁਹਾਡਾ ਇਹ ਤੁਹਾਡੇ ਜੂਆ ਘਰਾਂ 'ਚ, ਉਹਦੇ ਹਿੱਸਾ ਪਾਉਣ ਤੋਂ ਬਾਅਦ 2009 ਤੋਂ ਬਾਅਦ ਫਿਰ ਬੈਗ ਭਰੇ ਦੇ ਭਰੇ ਜਿਹੜੇ ਇਹਨਾਂ ਕਸੀਨੋਆਂ 'ਚ ਗਏ ਨੇ, ਬਿਗ ਸਰਕਲ ਬੋਏ ਨੇ ਫਿਰ ਡਫਲ ਬੈਗ ਜਿਹੜੇ ਭਰ ਭਰ ਕੇ ਲਿਆਂਦੇ ਨੇ, ਤੇ ਉਸ ਤੋਂ ਬਾਅਦ ਇਹ ਮਨੀ ਲਾਂਡਰਿੰਗ ਸ਼ੁਰੂ ਹੋਈ ਹੈ। ਉਸ ਤੋਂ ਬਾਅਦ ਹੀ ਜਿਹੜੀਆਂ ਕੀਮਤਾਂ ਘਰਾਂ ਦੀਆਂ ਨੂੰ ਅੱਗ ਲੱਗੀ, ਤੇ ਇਸ ਦੇ ਬਾਰੇ ਗੱਲਬਾਤ ਹੋਏਗੀ। ਦੂਸਰੇ ਹਿੱਸੇ 'ਚ ਆਪਾਂ ਆਪਣੀ ਜ਼ਿੰਦਗੀ ਦੇ ਬਾਰੇ ਅਕਸਰ ਗੱਲਾਂ ਕਰਦੇ ਹਾਂ, 1 ਤੋਂ 2 ਵਜੇ ਤੱਕ ਇੱਥੇ ਰਹਿੰਦਿਆਂ ਹੋਇਆਂ, ਜਿਵੇਂ ਪੰਜਾਬ 'ਚ ਰਹਿੰਦਿਆਂ ਹੋਇਆਂ, ਮੀਂਹ ਕਣੀ ਦੇ ਲਈ ਬੋਰੀ ਕਣਕ ਦੀ ਭਰ ਕੇ ਰੱਖਦੇ ਸੀ ਆਪਾਂ, ਇੱਥੇ ਦੀ ਜ਼ਿੰਦਗੀ ਦੇ ਵਿੱਚ ਕੀ ਸੇਵਿੰਗ ਜਿਹੜਾ
ਬੱਚਤ ਵਾਲਾ ਇੱਕ ਖਾਤਾ ਜਿਹੜਾ ਹੈ ਉਹ ਖੋਲ੍ਹਣਾ ਜ਼ਰੂਰੀ ਹੈ। ਕੀ ਸੇਵਿੰਗਸ ਦੇ ਵਿੱਚ ਕੁਝ ਪਰਸੈਂਟ ਪਾਉਂਦੇ ਹੋ ਜਾਂ ਨਹੀਂ ਪਾਉਂਦੇ, ਜਾਂ ਉੱਥੇ ਲੋੜ ਸੀ ਇੱਥੇ ਲੋੜ ਨਹੀਂ, ਇੱਥੇ ਸਭ ਕੁਝ ਕਵਰ ਹੈ। ਇਸ ਦਾ ਇੱਕ ਹਿਸਾਬ ਅਰਥ ਸ਼ਾਸਤਰੀ ਨੇ ਦੱਸਿਆ ਕਿ ਕਿੰਨੇ ਡਾਲਰ ਜਿਹੜੇ ਨੇ ਹਰ ਮਹੀਨੇ ਤੁਹਾਡੀ ਸੈਲਰੀ ਤਨਖਾਹ ਦੇ ਵਿੱਚੋਂ ਕਮਾਈ ਚੋਂ ਕਿੰਨੇ ਪਰਸੈਂਟ ਤੁਹਾਡੇ ਬੱਚਤ ਖਾਤੇ 'ਚ ਜਾਣੇ ਚਾਹੀਦੇ ਨੇ ਜਿਹੜੇ ਕਿ ਬਹੁਤ ਜ਼ਰੂਰੀ ਨੇ। ਇਸ 'ਤੇ ਗੱਲਬਾਤ ਹੋਏਗੀ 1-844-247-1551-1555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 -
ਪ੍ਰੋਗਰਾਮ ਤੁਹਾਨੂੰ ਜੇ ਰਹਿ ਜਾਵੇ ਤਾਂ ਲੋਕ ਸੱਥ ਤੇ ਪਾਏ ਹੁੰਦੇ ਨੇ ਪਿਛਲੇ ਪੰਜਾਂ ਵਰ੍ਹਿਆਂ ਤੋਂ 2014 ਅਗਸਤ ਦਸੰਬਰ ਦੇ ਲੱਗੇ ਹੋਏ ਆ ਜਦ ਦੇ ਪ੍ਰੋਗਰਾਮ ਤੁਹਾਨੂੰ ਯੂਟਿਊਬ ਤੇ ਪਾ ਕੇ ਦਿੰਦੇ ਨੇ ਪਵਨ ਜਵੰਦੇ ਆਉਣੀ ਧੰਨਵਾਦ ਹੈ ਤੇ ਜਿਹੜੇ ਨਹੀਂ ਪ੍ਰੋਗਰਾਮ ਸੁਣ ਸਕਦੇ ਕਿਉਂਕਿ ਪੂਰਾ ਜ਼ਿਆਦਾ ਢਾਂਚਾ ਤੁਹਾਡਾ ਹਿੱਲ ਜਾਂਦਾ ਉਸ ਸਮੇਂ ਵੀ ਉਸ ਤਰ੍ਹਾਂ ਹੀ ਕੰਮ ਕਰਨਾ ਬੜਾ ਵਧੀਆ ਤੁਸੀਂ ਸਾਥ ਦਿੱਤਾ ਪੰਜ ਵਰੇ ਹੋ ਗਏ ਤੇ ਇਸ ਤਰ੍ਹਾਂ ਹੀ ਸਾਥ ਤੁਹਾਡਾ ਚਾਹੀਦਾ ਇਹ ਆਵਾਜ਼ ਤੁਹਾਡੇ ਕੰਨਾਂ ਤੱਕ ਚੱਲਦੀ ਰਹੇ ਇਹੀ ਮਨ ਹੈ ਇਹ ਮਨ 'ਚ ਚੱਲਦਾ ਰਹੇ ARP Radio.com ਤੇ ਸਿੱਧਾ ਪ੍ਰਸਾਰਣ 604-440-6462 ਦਫ਼ਤਰ ਦਾ ਨੰਬਰ info@ARP Radio.com ਇਹ ਈਮੇਲ ਨਿਮੀ ਡੌਲਾ ਜੀ ਦੀ 604-729-1224 6047291224 ਇਹ ਸੈੱਲ ਨੰਬਰ ਹੈ ਮੇਰਾ ਜਿੱਥੇ ਤੁਸੀਂ ਵਟਸਐਪ ਤੇ ਟੈਕਸਟ ਇਹੀ ਪ੍ਰੈਫਰਡ ਮੈਂ ਇਹੀ ਅਜੇ ਕੋਈ ਵੀ ਤੁਹਾਡਾ ਮਸ਼ਵਰਾ ਮੈਸੇਜ ਕਰਦੇ ਹੋ ਵਟਸਐਪ ਕਰਦੇ ਹੋ ਸੌਖ ਰਹਿੰਦੀ ਤੇ ਨਾਲ ਹੀ ਦਫ਼ਤਰ ਦੇ ਔਨ ਏਅਰ ਗੱਲ ਕਰਨੀ ਤੇ 6844-247-1550 harjeet.g@arpradio.com ਈਮੇਲ ਹੈ ਫੇਸਬੁੱਕ ਹਰਜੀਤ ਸਿੰਘ ਗਿੱਲ ਦਾ ਜਿੱਥੇ ਤੁਸੀਂ ਨਾਲ ਨਾਲ ਰਹਿੰਦੇ ਹੋ ਦਲਾਲ ਤੇ ਵਕੀਲ ਕਦੇ ਹੋਣ ਮਿੱਤ ਨਾ ਸੂਝਵਾਨ ਕਦੇ ਨਾ ਲੜਾਈ ਕਰਦੇ ਦਲਾਲ ਅਤੇ ਵਕੀਲ ਕਦੇ ਹੋਣ ਮਿੱਤ ਨਾ ਸੂਝਵਾਨ ਕਦੇ ਨਾ ਲੜਾਈ ਕਰਦੇ ਦਲਾਲ ਦੇ ਸ਼ਬਦ ਦੀ ਡੈਫੀਨੇਸ਼ਨ ਬਹੁਤ ਵੱਡੀ ਹੈ ਪਿੰਪ ਤੇ ਦਲਾਲ ਹੁਣ ਇੱਕ ਰੂਪ ਜੇ ਹੋ ਗਏ ਦਲਾਲ ਤੇ ਵਕੀਲ ਕਦੇ ਹੋਣ ਮਿੱਤ ਨਾ ਸੂਝਵਾਨ ਕਦੇ ਨਾ ਲੜਾਈ ਕਰਦੇ ਸਾਡੂ ਤੇ ਸ਼ਰੀਕ ਸਦਾ ਰਹਿਣ ਤੁਖ ਦੇ ਵੇਖ ਸੁਖੀ ਵਸਦੇ ਕਦੇ ਨਹੀਂ ਜਰਦੇ ਭੌਰ ਉੱਡੇ ਜਿਸਮਾਂ ਭੌਰ ਉੱਡੇ ਜਿਸਮੋ ਤਾਂ ਵੀ ਨਾ ਮੁੱਕਦੇ ਸੱਚ ਜਾਣੀ ਸੂਰਮੇ ਕਦੇ ਨਹੀਂ ਮਰਦੇ ਨੇਤਾ ਤੇ ਧਨਾੜ ਨੀਤੋ ਨੰਗ ਹੁੰਦੇ ਨੇ ਨੇਤਾ ਤੇ ਧਨਾੜ ਨੀਤੋ ਨੰਗ ਹੁੰਦੇ ਨੇ ਹੋਣ ਭਾਵੇਂ ਘਰੋਂ ਇਹ ਕਿੰਨੇ ਵੀ ਸਰਦੇ ਬਾਣੀਆਂ ਦੀ ਹੱਟ ਤੇ ਅੰਗੀਠੀ ਬਲਦੀ ਹੱਥ ਠੰਡੀ ਕੁੱਟਾਂ ਦੇ ਕਦੇ ਨਹੀਂ ਠਰਦੇ ਕਾਲੇ ਆਣ ਠਾਰਦੇ ਨੇ ਹਿੱਕ ਭੋਏ ਦੀ ਚਿੱਟੇ ਫੰਬੀ ਬੱਦਲ ਕਦੇ ਨਹੀਂ ਵਰਦੇ ਮਾਣ ਵੀ ਨਾ ਸਕਦੇ ਨਜ਼ਾਰਾ ਜਿੱਤ ਦਾ ਬਾਜੀ ਜੋ ਮੈਦਾਨ ਚ ਕਦੇ ਨਹੀਂ ਹਾਰਦੇ ਬਾਂਝ ਤੇ ਰੰਡੇ ਪਾ ਘੁੱਡੇ ਬਾਂਝ ਤੇ ਰੰਡੇ ਪਾ ਘੁੱਦੇ ਦੁੱਖ ਚੰਦਰੇ ਦੱਸਦੇ ਨਾ ਲੋਕੀ ਵਿੱਚੋਂ ਵਿੱਚ ਖੜਦੇ ਭੁੱਖਾ ਢਿੱਡ ਵਿੱਚ ਗਰਮੈਸ਼ ਪਿੰਡੇ ਦੀ ਬੇਵੱਸ ਹੁੰਦੇ ਮਾਪੇ ਬੇਸਵਾ ਦੇ ਘਰ ਦੇ ਭੁੱਖਾ ਢਿੱਡ ਵਿੱਚ ਗਰਮੈਸ਼ ਪਿੰਡੇ ਦੀ ਬੇਵੱਸ ਹੁੰਦੇ ਮਾਪੇ ਬੇਸਵਾ ਦੇ ਘਰ ਦੇ ਉਦਾਂ ਸਿੰਘ ਲਿਖਦਾ ਹੈ ਧੰਨਵਾਦ ਜੀ ਸਾਰਿਆਂ ਦਾ ਜਿੱਥੇ ਵੀ ਬੈਠੇ ਪ੍ਰੋਗਰਾਮ ਸੁਣਦੇ ਹੋ ਤੇ ਅੱਜ ਦੀ ਖਬਰਾਂ ਦੀ ਸ਼ੁਰੂਆਤ ਦੇ ਵਿੱਚ ਜਿਹੜੀਆਂ ਖਬਰਾਂ ਇੰਟਰਨੈਸ਼ਨਲ ਲੈਵਲ ਦੀਆਂ ਉਹ ਅਮਰੀਕਾ ਵਾਲੇ ਪਾਸੇ ਤੁਹਾਨੂੰ ਯਾਦ ਹੈ ਇੱਕ ਵਿਨੀਪੈਗ ਦੇ ਵਿੱਚ ਫੌਜ ਦੇ ਰਿਜ਼ਰਵ ਯੂਨਿਟ ਦੇ ਵਿੱਚ ਕੰਮ ਕਰਦਾ ਪੈਟ੍ਰਿਕ ਮੈਥਿਊ ਜਿਹਦੇ ਕੋਲ ਜਿਹਦਾ ਨਾਜ਼ੀ ਗਰੁੱਪ ਦੇ ਨਾਲ ਨਸਲਵਾਦ ਗਰੁੱਪ ਦੇ ਨਾਲ ਸੰਬੰਧਾਂ ਦਾ ਪਤਾ ਲੱਗਿਆ ਸੀ ਫਿਰ ਉਹ ਸਿਤਮ ਹੋ ਗਿਆ ਕਿਤੇ ਅਗਸਤ ਦੇ ਵਿੱਚ ਉਹ ਲੱਭਿਆ ਨਾ ਜਦ ਪੁਲਿਸ ਨੂੰ ਉਸਦੀਆਂ ਗੱਲਾਂ ਬਾਤਾਂ ਦਾ ਪਤਾ ਲੱਗਿਆ ਵਿਨੀਪੈਗ ਦਾ ਰਹਿਣ ਵਾਲਾ ਉਹ ਹੁਣ ਅਮਰੀਕਾ ਦੇ ਵਿੱਚ ਡੈਲਾਵੇਅਰ ਦੇ ਵਿੱਚ ਫੜਿਆ ਗਿਆ ਨਾਲ ਉਹਦੇ ਦੋ ਜਣੇ ਅਮੈਰੀਕਨ ਨੇ ਜਿਹੜੇ FBI ਨੇ ਫੜੇ ਨੇ ਮੈਰੀਲੈਂਡ ਦੇ ਰਹਿਣ ਵਾਲੇ ਨੇ ਮੈਥਿਊ ਨੇ ਕੰਬੈਟ ਇੰਜੀਨੀਅਰ ਦੇ ਤੌਰ ਤੇ ਕੰਮ ਕੀਤਾ ਸੀ ਐਕਸਪਲੋਜ਼ਿਵ ਟ੍ਰੇਨਿੰਗ ਦੀ ਨਾਲ ਲਈ ਸੀ ਉਹਨੇ ਧਮਾਕਾ ਖੇਜ ਚੀਜ਼ਾਂ ਕਿਵੇਂ ਬਣਾਉਣੀਆਂ ਨੇ ਕਿਵੇਂ ਇਹ ਧਮਾਕਾ ਖੇਜ ਹਥਿਆਰ ਜਾਂ ਬਰੂਦ ਕਿਵੇਂ ਵਰਤਣਾ 36
ਕੈਨੇਡੀਅਨ ਬ੍ਰਿਗੇਡ ਦਾ ਉਹ ਰਿਜ਼ਰਵ ਦੇ ਵਿੱਚ ਕੰਮ ਕਰਦਾ ਸੀ ਵਿਨੀਪੈਗ 'ਚ। ਰਾਈਟ ਵਿੰਗ ਐਕਸਟ੍ਰੀਮਿਸਟ ਵਿਊ ਉਹਦੇ ਹੈਗੇ ਸੀ ਤੇ ਉਸ ਤੋਂ ਬਾਅਦ RCMP ਨੇ ਆਪ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਮੈਥਿਊ ਉਸ ਸਮੇਂ ਮੇਜਰ ਰਿਕਰੂਟਰ ਸੀ ਮਿਲਟਰੀ ਦੇ ਵਿੱਚ। ਉਸਦਾ ਜਦ ਘਰ August 19 ਨੂੰ ਉਸਨੇ ਛਾਪਾ ਮਾਰਿਆ ਤਾਂ ਹਥਿਆਰ ਫੜੇ ਪਰ ਚਾਰਜ ਕੋਈ ਨਾ ਲੇ ਉਹਦੇ ਤੇ ਕੀਤੇ। ਉਹਦਾ ਟਰੱਕ ਫੇਰ ਮੈਨੀਟੋਬਾ ਦੇ ਅਮਰੀਕਾ ਨਾਲ ਲੱਗਦੇ ਬਾਰਡਰ ਤੇ ਖੜਾ ਲੱਭਿਆ ਪੁਲਿਸ ਨੂੰ। ਸੋ ਉਸ ਤੋਂ ਬਾਅਦ ਅਮਰੀਕਾ ਦੀਆਂ ਸੂਈਆਂ ਏਜੰਸੀਆਂ ਇਸਦੇ ਪਿੱਛੇ ਪਈਆਂ। 1 ਸਤੰਬਰ ਨੂੰ ਇਸ ਨੂੰ ਮਿਸ਼ੀਗਨ ਵਾਲੇ ਪਾਸਿਓਂ ਇਹ ਦੋਨੇ ਬੰਦੇ ਮੈਰੀਲੈਂਡ ਲੈ ਕੇ ਗਏ। ਉਸ ਤੋਂ ਬਾਅਦ ਫਿਰ ਇਹਨਾਂ ਨੇ ਅਪਾਰਟਮੈਂਟ ਇੱਕ ਰੈਂਟ 'ਤੇ ਲੈ ਕੇ ਉੱਥੇ ਇਕੱਠੇ ਰਹੇ, ਉਹ ਵੀ ਇਸੇ ਗਰੁੱਪ ਦੇ ਇਸੇ ਪਾਸੇ। ਖਾਸ ਤੌਰ 'ਤੇ ਹੁਣ ਜਿਹੜਾ ਵਾਈਟ ਐਥਨੋ ਸਟੇਟ ਜਿਹੜਾ ਨਿਊ ਨਾਜ਼ੀ, ਉਹ ਇਹੀ ਕਹਿੰਦੇ ਨੇ ਵੀ ਨੀਲੀਆਂ ਅੱਖਾਂ ਵਾਲੇ ਸੁਨੱਖੇ ਲੋਕ ਜਿਹੜੇ ਨੇ ਇਹੀ ਬੰਦੇ ਨੇ, ਬਾਕੀ ਟਿੱਡੀਆਂ ਪਪੜੀਏ ਨੇ ਇਹਨਾਂ ਤੋਂ ਬਿਨਾਂ। ਰਾਈਟ ਵਿੰਗ ਆਈਡਿਓਲੋਜੀ ਇਹ ਹੈ, ਜਿਸ ਤਰ੍ਹਾਂ ਮੈਂ ਕੱਲ੍ਹ ਤੁਹਾਨੂੰ ਕੋਪਨਹੈਗਨ ਦੀ ਗੱਲ ਦੱਸ ਰਿਹਾ ਸੀ, ਡੈਨਿਸ਼ ਵੈਲਿਊਜ਼ ਦੀ ਗੱਲ ਚੱਲਦੀ ਹੈ। ਯੂਰਪ ਦੇ ਵਿੱਚ ਇਹ ਹਵਾ ਵਗ ਰਹੀ ਹੈ ਕਿ ਇਮੀਗ੍ਰੈਂਟਸ ਨੇ ਜਿਹੜੇ ਇਹ ਨਹੀਂ ਚਾਹੀਦੇ ਸੋਸਾਇਟੀ 'ਚ, ਨਹੀਂ ਚਾਹੀਦੇ ਤਾਂ ਖਾਸ। ਔਰ ਅਮਰੀਕਾ ਦੇ ਵਿੱਚ ਤਾਂ ਸ਼ਹਿਰਾਂ ਦੇ ਸ਼ਹਿਰ ਨੇ, ਏਰੀਏ ਨੇ ਜਿੱਥੇ ਇਕੱਲੇ ਵਾਈਟ ਬੰਦੇ ਹੀ ਰਹਿੰਦੇ ਨੇ। ਵਾਈਟ ਦੇ ਵਿੱਚ ਵੀ ਉਹ ਬਲੱਡ ਲਾਈਨ ਦੇਖਦੇ ਆ ਜਿਹੜਾ ਮੋਰਾ ਦੇਖ ਕੇ ਵੀ ਆਹ ਠੀਕ ਹੈ, ਇਹ ਨਹੀਂ ਹੈ ਸਾਡੇ 'ਚ। ਨੀਲੀਆਂ ਅੱਖਾਂ ਅਤੇ ਨੱਕ ਦੀ ਤਿੱਖੀ ਕੋਠੀ ਆ ਜਿਹੜੀ ਭਵਾਂ ਲਮਕਣੀ ਆ, ਅਤੇ ਉਹਦੇ ਤੋਂ ਗੱਲਾਂ ਦਾ ਉੱਪਰਲਾ ਮਾਸ ਜਿਹੜਾ ਹੱਡੀ ਕੈੜੀ ਅਤੇ ਮਾਸ ਥੱਲੇ ਨੂੰ ਟਾਈਟ, ਉਹ ਕਹਿੰਦੇ ਇਹ ਸਾਡੇ 'ਚ। ਇਹਨਾਂ ਨੇ ਹੁਣ ਅਫਰੀਕਨ ਅਮੈਰੀਕਨ ਜਿਊਸ਼ ਅਮੈਰੀਕਨ ਦੇ ਖਿਲਾਫ ਮਿਲਟਰੀ ਸਟਾਈਲ ਟ੍ਰੇਨਿੰਗ ਦੇ ਕੈਂਪ ਲਾਉਣ ਦੀ, ਅਤੇ ਉਹਦੇ ਬਾਅਦ ਐਕਸਪੋਜ਼ਰ ਡਿਵਾਈਸਿਸ ਕਿਵੇਂ ਬਣਾਉਣੀਆਂ ਨੇ ਅਤੇ ਕਿਵੇਂ ਬੰਦੇ ਮਾਰਨੇ ਨੇ, ਇਹ ਗੱਲ ਚੱਲ ਰਹੀ ਸੀ। FBI ਜਿਹੜੀ ਹੈ ਉਹ ਲੱਗੀ ਰਹੀ ਪਿੱਛੇ। ਪ੍ਰੋ ਗਨ ਰੈਲੀ ਜਿਹੜੀ ਅਗਲੇ ਸਾਲ ਅਗਲੇ ਵੀਕ ਹੋ ਰਹੀ ਹੈ ਰਿਚਮੰਡ ਵਰਜੀਨੀਆ ਦੇ ਵਿੱਚ, ਉੱਥੇ ਵੀ ਜਾਣ ਦੀ ਇਹਨਾਂ ਦੀ ਪਲੈਨਿੰਗ ਸੀ। ਅਤੇ ਉਸ ਤੋਂ ਬਾਅਦ ਇਹ ਫੜ ਲਏ ਹੁਣ ਪੁਲਿਸ ਨੇ, 10-10 ਸਾਲ ਦੀ ਸਜ਼ਾ ਹੋ ਸਕਦੀ ਹੈ, ਇਹਨੂੰ ਵੀ ਹੋ ਸਕਦੀ ਹੈ। ਪਰ ਕਹਾਣੀ ਇਹ ਹੈ ਕਿ ਜਿਹੜੀ ਸੁਸਾਇਟੀ ਨੂੰ ਦੁਨੀਆ ਭਰ ਦੇ ਲੋਕ ਸੁਰੱਖਿਅਤ ਸਮਝ ਕੇ ਆਉਂਦੇ ਨੇ, ਚਲੋ ਪਰਸੈਂਟੇਜ ਚਾਹੇ ਘੱਟ ਹੈ, ਬਹੁਤ ਜ਼ਿਆਦਾ ਚੰਗੇ ਲੋਕ ਇੱਥੇ ਵੱਸਦੇ ਹੈ, ਪਰ ਉਹ ਕਿਤੇ ਨਾ ਕਿਤੇ ਤਾਰ ਛਿੜਦੀ ਰਹਿੰਦੀ ਹੈ ਨਸਲਵਾਦ। ਹੁਣ ਇਹ ਮਿਲਟਰੀ ਦੇ ਵਿੱਚ ਦੇਖੋ, ਇਹਦਾ ਮਿਲਟਰੀ ਦੇ ਵਿੱਚ ਲੈਣ ਤੋਂ RCMP ਦੇ ਵਿੱਚ ਜਾਣ ਤੋਂ ਪਹਿਲਾਂ, ਪੁਲਿਸ ਫੋਰਸ 'ਚ ਜਾਣ ਤੋਂ ਪਹਿਲਾਂ ਲਾ ਇਨਫੋਰਸਮੈਂਟ ਦੇ ਵਿੱਚ ਉਸਦਾ ਬੈਕਗਰਾਊਂਡ ਸਾਰਾ ਚੈੱਕ ਕਰਦੇ, ਨਿਕਲ ਗਿਆ ਬੰਦਾ ਵਿੱਚ ਦੀ ਅਤੇ ਪਰ ਫੜਿਆ ਗਿਆ। ਇਹ ਗੱਲ ਵੱਡੀ। ਰਸ਼ੀਆ ਦੀ ਕੱਲ੍ਹ ਦੀ ਖਬਰ, ਪੁਤਿਨ ਦਾ 24 ਦੇ ਵਿੱਚ ਰਿਟਾਇਰ ਹੋਣਾ ਅਤੇ ਇਹਨਾਂ 20-22 ਵਰ੍ਹਿਆਂ ਦੇ ਵਿੱਚ ਉਸਦਾ ਦੁਸ਼ਮਣ ਦਾ ਘੇਰਾ ਐਡਾ ਬਣਾ ਦੇਣਾ ਬਾਹਰ ਅਤੇ ਰਸ਼ੀਆ ਦੇ ਵਿੱਚ, ਇਹਦੇ ਲਈ ਕਿਵੇਂ ਨਾ ਕਿਵੇਂ ਉਹ ਇੱਕ ਪੁਜੀਸ਼ਨ ਕ੍ਰੀਏਟ ਕਰਨੀ ਚਾਹੁੰਦਾ ਹੈ ਜਿੱਥੇ ਉਹ ਤਾ ਜ਼ਿੰਦਗੀ ਜਿੰਨੀ ਉਹਦੀ ਰਹਿੰਦੀ ਆ ਉਸ ਪੁਜੀਸ਼ਨ 'ਤੇ ਬੈਠੇ ਅਤੇ ਉਹਦੀ ਜ਼ਿੰਦਗੀ ਲੰਘ ਸਕੇ। ਨਹੀਂ, ਉਹਨੂੰ ਪਤਾ ਹੈ ਕਿ ਉਹਦੇ ਉਸ ਨੂੰ ਕੁਛ ਨਾ ਕੁਛ ਕੀਤਾ ਜਾ ਸਕਦਾ। ਦੇਸ਼ ਦੀ ਆਰਥਿਕਤਾ ਬਹੁਤ ਮਾੜੀ ਹੈ, ਕਰਪਸ਼ਨ ਦਾ ਰੌਲਾ ਹੈ। ਮੇਜਰ ਹੱਬ ਸੀ ਮੋਸਕੋ ਜਦ ਸਾਡਾ ਵਪਾਰ ਹੋਣ ਲੱਗਿਆ ਪੰਜਾਬ ਦਾ 1990 ਦੇ ਵਿੱਚ, ਮੁੰਡੇ ਜਦ ਚੜ੍ਹਨ ਲੱਗੇ ਮੋਸਕੋ ਉੱਤਰਦੇ ਸੀ, ਇੱਥੋਂ ਫਿਰ ਯੂਕਰੇਨ ਦੇ ਰਾਹੀਂ ਜੰਗਲਾਂ 'ਚ ਆਸਟਰੀਆ ਅਤੇ ਮਤਲਬ ਉੱਥੋਂ ਯੂਰਪ ਵੜਦੇ। ਇਹਨਾਂ ਜੰਗਲਾਂ ਨੇ ਬਹੁਤ ਖਾਧੇ, ਤਰਕਸ਼ ਟੰਗਿਆ ਜੰਡ, ਇਹਨਾਂ ਜੰਗਲਾਂ ਦੀ ਕਹਾਣੀ ਹੈ ਜਿਹੜੀ ਸ਼ਿਵਚੰਨ ਜੱਗੀ ਗੁੱਸੇ ਨੇ ਲਿਖੀ। ਸੋ ਇਸ ਰੂਸ ਦੇ ਵਿੱਚ ਪੁਤਿਨ ਦੀ ਦਾ ਲਾਈਫ ਸਟਾਈਲ ਬੜਾ ਅਲੱਗ ਹੈ। ਬਲੈਕ ਬੈਲਟ ਹੋਲਡਰ ਹੈ, ਕਰਾਟੇ ਖੇਲਦਾ, ਡਾਈਵਿੰਗ ਕਰਦਾ ਹੈ ਅਤੇ ਕੁੱਤਿਆਂ ਦਾ ਸ਼ੌਕੀਨ ਆ, ਖਾਸ ਕਿਸਮ ਦੇ ਬਾਘ ਜਿਹੜੇ ਨੇ ਉਹਨਾਂ ਦਾ ਪਿਆਰ ਕਰਦਾ ਹੈ, ਫਾਈਟਰ ਜੈਟ ਜਿਹੜੇ ਉਡਾ ਲੈਂਦਾ ਹੈ ਅਤੇ ਬੜਾ ਉਹਦਾ ਸਟਾਈਲ ਹੈ, ਮਾਚੋ ਟਾਈਪ, ਮਾਚੋ ਮੈਨ ਆ ਉਹ।
ਅਸਲ ਮਰਦ ਵਾਂਗੂ ਤੁਰਦਾ ਹੈ ਤੇ ਉਹਦਾ ਜਿਹੜਾ ਸਟਾਈਲ ਘੱਟ ਬੋਲਣਾ ਇਹ ਬਹੁਤ ਵੱਡੀ ਗੱਲ ਤੇ ਹੁਣ ਉਹ ਪ੍ਰੈਜ਼ੀਡੈਂਟ ਪਾਵਰਾਂ ਰਾਸ਼ਟਰਪਤੀ ਦੀਆਂ ਪਾਵਰਾਂ ਦੇ ਵਿੱਚ ਜਿਹੜਾ ਕਿ ਹੁਣ ਉਹਦੇ ਕੋਲ ਵੱਧ ਨੇ ਕਿ ਉਹ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੇ ਚੁਣਨਾ ਉਹਨੂੰ ਉਹ ਖਤਮ ਕਰਨ ਲਈ ਇੱਕ ਰੈਫਰੈਂਡਮ ਕਰਾ ਰਿਹਾ ਜਿਵੇਂ ਮੈਂ ਕੱਲ੍ਹ ਦੱਸਿਆ ਪਰ ਉਹਦੇ ਵਿੱਚ ਉਹਨੇ ਕੁਛ ਨਾ ਕੁਛ ਕ੍ਰੀਏਟ ਕਰਨਾ ਨਾ ਤਾਂ ਹੁਣ ਪ੍ਰਧਾਨ ਮੰਤਰੀ ਬਣ ਸਕਦਾ ਤੇ ਨਾ ਹੀ ਉਹ ਰਾਸ਼ਟਰਪਤੀ ਬਣ ਸਕਦਾ ਕਿਉਂਕਿ ਟਰਮਾਂ ਪੂਰੀਆਂ ਹੋਈਆਂ ਚਾਰ ਵਾਰ ਬਣ ਗਿਆ ਵਿੱਚ ਇੱਕ ਵਾਰ ਉਹ ਪ੍ਰਧਾਨ ਮੰਤਰੀ ਵੀ ਰਹਿ ਗਿਆ ਪ੍ਰਧਾਨ ਮੰਤਰੀ ਵਾਲੇ ਪਾਸੇ ਨਹੀਂ ਪਰ ਬੰਦੇ ਉਹਦੇ ਪਪਟ ਹੀ ਨੇ ਜਿਹੜੇ ਪਹਿਲਾਂ ਵੀ ਜਿਹੜੇ ਉਹਨੇ ਰੱਖਿਆ ਜਿਹੜਾ ਹੁਣ ਵੀ ਇੱਕ ਬਿਲਕੁਲ ਲੋ ਲੈਵਲ ਦਾ ਟੈਕਸ ਅਫੀਸਰ ਆ ਬਿਊਰੋਕਰੈਟ ਜਿਹੜਾ ਉਹਨੇ ਪ੍ਰਧਾਨ ਮੰਤਰੀ ਬਣਾ ਦਿੱਤਾ ਹੁਣ ਉਹ ਅਸਲ ਜਿਹੜੀ ਇਹਦੇ ਵਿੱਚ ਅੱਜ ਦਾ ਜਿਹੜਾ ਐਡੀਟੋਰੀਅਲ ਕ੍ਰਿਸ ਬ੍ਰਾਊਨ ਨੇ ਲਿਖਿਆ ਸੀਬੀਸੀ ਨੇ ਉਹ ਕਹਿੰਦਾ ਵੀ ਕੁਛ ਨਾ ਕੁਛ ਹੁਣ ਉਸਨੇ ਸੈੱਟ ਕਰਨਾ 24 ਤੋਂ ਪਹਿਲਾਂ 3 ਵਰ੍ਹਿਆਂ ਦੇ ਵਿੱਚ ਵਿੱਚ ਉਹਦੀ ਰਿਟਾਇਰਮੈਂਟ ਤੋਂ ਪਹਿਲਾਂ ਪ੍ਰੈਜੀਡੈਂਟ ਦੇ ਅਹੁਦੇ ਤੋਂ ਪ੍ਰੈਜੀਡੈਂਟ ਦੀਆਂ ਪਾਵਰਾਂ ਉਹ ਘਟਾਉਣਾ ਚਾਹੁੰਦਾ ਤੇ ਪ੍ਰਧਾਨ ਮੰਤਰੀ ਦੀਆਂ ਵਧਾਉਣਾ ਚਾਹੁੰਦਾ ਤੇ ਕਿਤੇ ਕਿਤੇ ਕੋਈ ਕ੍ਰੀਏਟ ਕਰਨਾ ਚਾਹੁੰਦਾ ਜਿਹੜਾ ਲਾ ਐਨਫੋਰਸਮੈਂਟ ਤੇ ਮਿਲਟਰੀ ਦਾ ਕੋਈ ਇੰਚਾਰਜ ਹੋਵੇ ਇਹੋ ਜਿਹਾ ਕੁਛ ਕਰਨ ਨੂੰ ਫਿਰ ਤੇ ਜਿਹੜੇ ਅਲੱਗ ਅਲੱਗ ਖਿਆਲ ਰੱਖਣ ਵਾਲੇ ਨੇ ਮਾਰੀਆ ਲਿਪਮੈਨ ਇੰਡੀਪੈਂਡੈਂਟ ਪੋਲੀਟੀਕਲ ਐਨਾਲਿਸਟ ਹੈ ਜਿਹੜੀ ਮੋਸਕੋ ਦੀ ਸੈਂਟ ਮੋਸਕੋ ਸੈਂਟਰ ਦੇ ਵਿੱਚ ਇੱਕ ਜਿਹੜਾ ਸਕੂਲ ਹੈ ਥਿੰਕ ਟੈਂਕਾਂ ਦਾ ਗਰੁੱਪ ਹੈ ਉਹਦੇ ਵਿੱਚ ਉਹਨੇ ਉਹ ਕਹਿੰਦੇ ਵੀ ਉਹ ਨੰਬਰ 1 ਰਹਿਣਾ ਚਾਹੁੰਦਾ ਮੋਸਟ ਇੰਪੋਰਟੈਂਟ ਡਿਸੀਜ਼ਨ ਮੇਕਰ ਇਨ ਰਸ਼ੀਆ ਅਤੇ ਰਸ਼ੀਆ ਸਟੇਬਲ ਰੱਖਣਾ ਚਾਹੁੰਦਾ ਜਿਹੜੇ ਉਹਦੇ ਅਮੀਰ ਨੇ ਉਹ ਲੋਇਲ ਰੱਖਣਾ ਚਾਹੁੰਦਾ ਅਤੇ ਕੁਛ ਨਾ ਕੁਛ ਕਿਉਂਕਿ ਇਹ ਜਦ ਇਹ ਖਬਰ ਕੱਲ੍ਹ ਹੋਈ ਤਾਂ ਬਹੁਤ ਵੱਡੀ ਗੱਲ ਚੱਲੀ ਵੀ ਇਹ ਕੀ ਕਹਾਣੀ ਹੁਣ ਜਿਹੜਾ ਮਿਖੇਲ ਮਿਸ਼ੁਸਟਨ ਜਿਹੜਾ ਬਣਾਇਆ ਉਹ ਬਹੁਤ ਲਿਟਲ ਨੋਨ ਬਿਊਰੋਕਰੈਟ ਹੈ ਟੈਕਸ ਦੇ ਵਿੱਚ ਇੱਕ ਅਫਸਰ ਹੈ ਅਤੇ ਉਹਨੂੰ ਚੱਕ ਕੇ ਬਣਾ ਦਿੱਤਾ ਅਤੇ ਜਿਹੜਾ ਪਾਵਰਫੁੱਲ ਜਿਹੜਾ ਪ੍ਰਧਾਨ ਮੰਤਰੀ ਸੀ ਉਹ ਵੀ ਇਹਦਾ ਖਾਸ ਬੰਦਾ ਸੀ ਡਿਮਿਟਰੀ ਜਿਹੜੀ ਡਿਮਿਟਰੀ ਨੂੰ ਮੈਡਵਦੇਵ ਜਿਹੜਾ ਉਸਨੇ ਆਪਣੇ ਆਪ ਨੂੰ ਪਰਾਂ ਕਰ ਦਿੱਤਾ ਵੀ ਮੈਂ ਆਪਣੀ ਪੁਜੀਸ਼ਨ ਬਚਾ ਲਵਾਂ ਅਤੇ ਆਹ ਇੱਕ ਡੰਮੀ ਜਿਹਾ ਬਣਾ ਲਓ ਅਤੇ ਹੁਣ ਚੇਂਜ ਕਰਾ ਲਓ ਪ੍ਰਧਾਨ ਮੰਤਰੀ ਦੀਆਂ ਪਾਵਰਾਂ ਬਹੁਤ ਘੱਟ ਨੇ ਪ੍ਰੈਜੀਡੈਂਟ ਬਦਲ ਸਕਦਾ ਅਤੇ ਇੱਕ ਤਾਂ ਪ੍ਰੈਜੀਡੈਂਟ ਦੇ ਕੋਲੋਂ ਉਹਨੂੰ ਕੱਢਣਾ ਚਾਹੁੰਦਾ ਵੀ ਪ੍ਰਧਾਨ ਮੰਤਰੀ ਨੂੰ ਪ੍ਰੈਜੀਡੈਂਟ ਨਾ ਬਦਲ ਸਕੇ ਲੋਕ ਵੋਟਾਂ ਪਾਉਣ ਹੋ ਸਕਦਾ ਪ੍ਰਧਾਨ ਮੰਤਰੀ ਦੀ ਵੀ ਆਲੇ ਪਾਸੇ ਉਹ ਲੱਗ ਜਾਵੇ ਪ੍ਰਧਾਨ ਮੰਤਰੀ ਬਣ ਜਾਵੇ ਪ੍ਰਧਾਨ ਮੰਤਰੀ ਦੀਆਂ ਪਾਵਰਾਂ ਵਧਾਉਣੀਆਂ ਚਾਹੁੰਦਾ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਵਿੱਚ ਕੋਈ ਨਾ ਕੋਈ ਨੁਕਤਾ ਸੈੱਟ ਕਰਨਾ ਚਾਹੁੰਦਾ ਮਿਸਟਰ ਪੁੱਤਰ ਅਤੇ ਉਹਦਾ ਸਟਾਈਲ ਬਹੁਤ ਗਰੀਬ ਘਰ ਦੇ ਵਿੱਚੋਂ ਉਹ ਪੈਦਾ ਹੋਇਆ ਸੀ ਅਤੇ ਗਰੀਬ ਘਰ ਦੇ ਵਿੱਚ ਪੈਦਾ ਹੋਣ ਤੋਂ ਬਾਅਦ ਜਸੂਸ ਬਣਿਆ ਉਹ ਉੱਥੇ ਦੀ ਸੂਈਆ ਦਾ ਕੇ ਜੀ ਵੀ ਦਾ ਅਤੇ ਜਰਮਨੀ 'ਚ ਰਿਹਾ ਫਿਰ ਉਹ ਵੱਡੀ ਤਾਕਤ ਜਦ ਬਣਨ ਦੀ ਕੋਸ਼ਿਸ਼ ਕਰਦਾ ਹੈ ਤਾਂ 2000 ਦੇ 1990 ਦੇ ਵਿੱਚ ਉਹ ਮੁੜ ਕੇ ਆਉਂਦਾ ਹੈ ਸੇਂਟ ਪੀਟਰਸਬਰਗ ਜਿਹਦਾ ਲੈਨਨ ਗ੍ਰਾਦ ਨਾਂ ਸੀ ਉਸ ਸਮੇਂ ਬੜੇ ਉੱਥੇ ਔਖੇ ਸਮੇਂ ਦੇ ਵਿੱਚ ਬੁਲਿੰਗ ਹੋਈ ਕਹਿੰਦਾ ਬਈ ਅਕਤੂਬਰ 2015 ਦੇ ਪੁੱਤਨੇ ਇੱਕ ਜਗ੍ਹਾ ਕਹਿੰਦਾ ਕਹਿੰਦਾ 50 ਸਾਲ ਪਹਿਲਾਂ ਲੈਨਨ ਗ੍ਰਾਦ ਦੀਆਂ ਸੜਕਾਂ ਨੇ ਮੈਨੂੰ ਇਹ ਨਿਯਮ ਸਿਖਾਇਆ ਜਿਵੇਂ ਜੇ ਲੜਾਈ ਹੋਣੀ ਤੈਅ ਹੈ ਤਾਂ ਪਹਿਲਾਂ ਮੁੱਕਾ ਮਾਰੋ ਬਸ ਉਸ ਤੋਂ ਬਾਅਦ ਫਿਰ 1952 'ਚ 7 ਅਕਤੂਬਰ ਨੂੰ ਉਹ ਪੈਦਾ ਹੋਇਆ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਪੂਰਬੀ ਜਰਮਨੀ ਦੇ ਜਸੂਸ ਰਿਹਾ 90ਵਿਆਂ 'ਚ ਉਹ ਸੇਂਟ ਪੀਟਰਸਬਰਗ ਦੇ ਮੇਅਰ ਐਂਟੋਨੀ ਸੋਵਚਕ ਜਿਹਨੇ ਉਹਨੂੰ ਕਾਨੂੰਨ ਪੜ੍ਹਾਇਆ ਅਤੇ ਉਹਦੀ ਸ਼ਰਨ 'ਚ ਆਇਆ ਉੱਥੋਂ ਫਿਰ ਤੁਰਿਆ 1997 'ਚ ਉਹ ਰੂਸ ਦੇ ਪਹਿਲੇ ਰਾਸ਼ਟਰਪਤੀ ਬੋਰਿਸ ਜੈਲਸਨ ਦੇ ਸਰਕਾਰ 'ਚ ਸ਼ਾਮਿਲ ਹੋਇਆ ਅਤੇ ਉਹਦੇ ਬਾਅਦ 1999 'ਚ ਜਦ ਬੋਰਿਸ ਜੈਲਸਨ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦਿੱਤਾ ਤਾਂ ਪੁੱਤ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾਇਆ 2000 'ਚ ਰਾਸ਼ਟਰਪਤੀ ਚੋਣ ਜਿੱਤ ਗਿਆ 2004 'ਚ ਫਿਰ ਬਣ ਗਿਆ ਫਿਰ ਉਹ ਰਾਸ਼ਟਰਪਤੀ ਚੋਣ ਨਹੀਂ ਸੀ ਲੜ ਸਕਦਾ ਵਿੱਚ ਉਹਨੇ ਗੱਲ ਤੋੜਤੀ ਅਤੇ 8 ਤੋਂ 12 ਤੱਕ ਪ੍ਰਧਾਨ ਮੰਤਰੀ ਬਣ ਗਿਆ 12 ਦੇ ਵਿੱਚ ਫਿਰ ਉਹ 6-6 ਵਰ੍ਹਿਆਂ ਦੀ ਟਰਮ 'ਤੇ ਦਿਆਲੂ ਅਕਸ ਆ ਕਹਿੰਦੇ ਪਰ ਦਿਆਲੂ ਅਕਸ ਨਹੀਂ ਹੈ ਦੋ ਕੁੜੀਆਂ ਨੇ ਅਤੇ ਧੀਆਂ ਉਹਦੀਆਂ ਛੋਟੀ ਧੀ ਕਾਤੇ ਰਹਿਣਾ
ਜਿਹੜੀ ਮਾਸਕੋ ਸਟੇਟ ਯੂਨੀਵਰਸਿਟੀ ਵਿੱਚ ਸਿਖਰ ਦੇ ਪ੍ਰਬੰਧਕੀ ਅਹੁਦੇ 'ਤੇ ਨੌਕਰੀ ਕਰਦੀ ਹੈ। ਵੱਡੀ ਧੀ ਮਾਰੀਆ ਉਹ ਬਾਇਓਲੋਜੀ ਦੇ ਵਿੱਚ ਮਹਾਰਤ ਹੈ ਅਤੇ ਬਾਕੀ ਅਲੀਟਸ ਨੇ ਜਿਹੜੇ ਅਮੀਰ ਨੇ ਜਿਹੜੇ ਜਿਹੜੇ ਰੋਇਲ ਫੈਮਿਲੀ ਦੇ ਨੇੜੇ ਰਹਿੰਦੇ ਨੇ ਉਹਨਾਂ ਉਹ ਬੰਦੇ ਬਹੁਤ ਨੇੜੇ ਨੇ ਅਮੀਰ ਜਿਹੜੇ ਰਸ਼ੀਅਨ ਅਮੀਰ ਨੇ। ਹੁਣ ਸੀਰੀਆ 'ਚ ਕੀ ਕਰ ਰਿਹਾ? ਸੀਰੀਆ ਦੇ ਵਿੱਚ ਅਸਲ ਕਾਸਿਮ ਸੁਲੇਮਾਨੀ ਆ ਜਿਹੜਾ 2015 ਦੇ ਵਿੱਚ ਰਸ਼ੀਆ ਨੂੰ ਅਸਾਦ ਦੇ ਕੋਲ ਲਿਆਉਣ ਵਾਲਾ। ਸਭ ਤੋਂ ਪਹਿਲਾਂ ਕਾਸਿਮ ਸੁਲੇਮਾਨੀ ਨੇ ਵਿਜ਼ਿਟ ਕੀਤਾ ਮਾਸਕੋ, ਮਿਲ ਕੇ ਆਇਆ, ਅਨਅਫੀਸ਼ੀਅਲ ਵਿਜ਼ਿਟ ਸੀ। ਉਸ ਤੋਂ ਬਾਅਦ ਬੰਦੇ ਆਏ, ਫਿਰ ਰਸ਼ੀਆ ਨੂੰ ਉਹ ਲੈ ਕੇ ਆਇਆ। ਰਸ਼ੀਆ ਨੇ ਆਪਣਾ ਇੱਕ ਏਅਰਬੇਸ ਬਿਲਕੁਲ ਡੋਮੈਸਟਿਕਸ ਦੇ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ ਬਣਾ ਲਿਆ। ਉਸ ਤੋਂ ਬਾਅਦ ਸੁਲੇਮਾਨੀ ਨੇ ਆਪਣੇ ਸੀਰੀਆ ਦੇ ਵਿੱਚ, ਯਮਨ 'ਚ, ਲੈਬਨਾਨ ਦੇ ਵਿੱਚ, ਉਹ ਇਰਾਕ ਦੇ ਵਿੱਚ ਉਹ ਆਪਣਾ ਜ਼ੋਰ ਪਾਉਣਾ ਚਾਹੁੰਦਾ ਸੀ ਅਤੇ ਪੁਤਿਨ ਆਪਣਾ ਜ਼ੋਰ ਵਧਾਉਣਾ ਸੀ। ਇੱਕ ਦੂਜੇ ਨੂੰ ਲੰਘਦੇ ਨਾ, ਇੱਕ ਦੂਜੇ ਦੇ ਸਾਹਮਣੇ ਵੀ ਨਾ ਹੁੰਦੇ, ਇੱਕ ਦੂਜੇ ਨੂੰ ਠਿੱਬੀ ਵੀ ਲਾਉਂਦੇ। ਜਿਵੇਂ ਇਰਾਨ ਸੀਰੀਆ ਦੇ ਰਾਹੀਂ ਲੈਬਨਾਨ 'ਚ ਹਿਜ਼ਬੁੱਲਾ ਨੂੰ ਹਥਿਆਰ ਭੇਜਦਾ ਤਾਂ ਪੁਤਿਨ ਉਸ ਵੱਲ ਨਾ ਝਾਕਦਾ। ਇਜ਼ਰਾਈਲ ਨੇ ਹਮਲਾ ਜਦ ਇਰਾਨੀਅਨ ਟਾਰਗੇਟਸ 'ਤੇ ਕੀਤਾ ਸੀਰੀਆ 'ਚ, ਤਾਂ ਕਾਸਿਮ ਸੁਲੇਮਾਨੀ ਦਾ ਮਨ ਸੀ ਕਿ ਪੁਤਿਨ ਇਨਵੋਲਵ ਹੋਵੇ, ਕਹੇ ਵੀ ਤੁਸੀਂ ਸੀਰੀਆ 'ਚ ਅਸੀਂ ਬੈਠੇ ਹਾਂ, ਤੁਸੀਂ ਹਮਲਾ ਕਿਉਂ ਕਰਦੇ ਹੋ? ਪਰ ਪੁਤਿਨ ਨੇ ਅੱਖ ਮੀਚ ਲਈ, ਇਜ਼ਰਾਈਲ ਨੂੰ ਕੁਛ ਨਾ ਕਿਹਾ। ਅਤੇ ਹੁਣ ਕਾਸਿਮ ਸੁਲੇਮਾਨੀ ਤੋਂ ਬਾਅਦ ਪੁਤਿਨ ਦਾ ਜ਼ੋਰ ਵਧਣਾ, ਇਰਾਕ ਦੇ ਵਿੱਚ ਨੂੰ ਵੀ ਬਣਨਾ, ਉਹਨੇ ਸੀਰੀਆ 'ਚ ਵੀ ਬਣਨਾ, ਅਮਰੀਕਾ ਦੀਆਂ ਫੋਰਸਾਂ ਨੂੰ ਉੱਥੋਂ ਕੱਢਣ ਦੀ ਗੱਲ ਜਿਹੜੀ ਚੱਲ ਰਹੀ ਹੈ। ਇਰਾਕ ਦੇ ਵਿੱਚ ਤਾਂ ਓਇਲ ਐਂਡ ਗੈਸ ਤੁਹਾਨੂੰ ਪਤਾ ਹੀ ਆ, ਹੁਣ ਵੀ ਵੱਡੀਆਂ ਮਾਈਨਸ ਦੇ ਜਿਹੜੇ ਠੇਕੇ ਨੇ ਆਲਰੇਡੀ ਸੀਰੀਆ ਦੇ ਵਿੱਚ ਇਸ ਰਾਸ਼ਟਰਪਤੀ ਨੇ ਆਪਣੇ ਚਹੇਤਿਆਂ ਨੂੰ ਦੇ ਦਿੱਤੇ ਆਲਰੇਡੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਦਵਿੰਦਰ ਸਿੰਘ ਦੀ ਗੱਲ ਕਰਦਾ ਮੈਂ, ਜਿਹੜਾ DSP JNK ਪੁਲਿਸ ਦਾ ਫੜਿਆ, ਜਿਹੜਾ ਅੱਤਵਾਦੀਆਂ ਨੂੰ ਪਨਾਹ ਦਿੰਦਾ ਸੀ ਅਤੇ ਚਿਰਾਂ ਦਾ ਇੱਕ ਕਰਪਟ ਬੰਦਾ, ਜਦ ਉਹਨੂੰ ਫੜਿਆ ਤਾਂ ਗੱਲ ਕੀ ਚੱਲੀ? ਜੰਮੂ ਕਸ਼ਮੀਰ ਦਾ ਇੱਕ ਸਿੱਖ ਪੁਲਿਸ ਅਫਸਰ ਦਵਿੰਦਰ ਰੈਣਾ ਜਿਹੜਾ ਫੜਿਆ ਗਿਆ, ਉਸਨੇ ਇੱਕ ਨਵੀਂ ਬਹਿਸ ਛੇੜੀ ਹੈ ਕਿ ਇਹਨਾਂ ਸੰਘਰਸ਼ ਦੇ ਸੰਗਠਨਾਂ ਦੇ ਵਿੱਚ ਉਹਨਾਂ ਦੇ ਨੇੜੇ ਜਦ ਪੁਲਿਸ ਦੇ ਬੰਦੇ ਕੰਮ ਕਰਦੇ ਹੈ, ਕੀ ਸਰਕਾਰਾਂ ਵੱਲੋਂ ਇਹ ਬੰਦੇ ਉਹਨਾਂ 'ਚ ਪਲਾਂਟ ਕੀਤੇ ਗਏ ਹੁੰਦੇ ਆ? ਦੋਨੇ ਪਾਸੇ ਦੋਨੇ ਹੱਥੇ ਹੀ ਲੱਡੂ ਨੇ, ਸੰਗਠਨ ਨੇ ਜਿਹੜੇ ਉਹ ਇਸ ਗੱਲ 'ਤੇ ਖੁਸ਼ ਹੁੰਦੇ ਨੇ, ਸਾਨੂੰ ਪੁਲਿਸ ਦਾ ਬੰਦਾ ਕੋਈ ਪਨਾਹ ਦੇ ਰਿਹਾ, ਸਾਨੂੰ ਡਰ ਕੋਈ ਨਹੀਂ। ਔਰ ਪੁਲਿਸ ਦੇ ਉਸ ਬੰਦੇ ਦੇ ਰਾਹੀਂ ਸਰਕਾਰ ਇਹੋ ਜਿਹੇ ਐਕਸ਼ਨ ਇਸ ਸੰਗਠਨਾਂ ਤੋਂ ਕਰਾਉਂਦੇ ਜਿਹੜੇ ਉਸ ਸੰਗਠਨਾਂ ਦੇ ਖਿਲਾਫ ਜਾਂਦੇ ਨੇ। ਦਵਿੰਦਰ ਰੈਣਾ ਜਿਹੜਾ ਹੈ ਉਹ ਵਿਵਾਦਗ੍ਰਸਤ ਪਹਿਲਾਂ ਤੋਂ ਹੀ ਇੱਕ ਪੁਲਿਸ ਅਫਸਰ ਆ, ਜਿਸਦਾ ਟੱਬਰ ਟਿਹੀਰ ਤਾਂ ਦਿੱਲੀ ਰਹਿੰਦਾ। ਹੁਣ ਇਸ ਨੂੰ ਫੜਨ ਤੋਂ ਬਾਅਦ ਜਦ ਉਸ ਨੂੰ ਫੜਿਆ ਗਿਆ, DIG ਜਦ ਉਸ ਨੂੰ ਫੜ ਰਿਹਾ, ਤਾਂ ਉਹ DIG ਨੂੰ ਇਹ ਕਹਿੰਦਾ, ਸਰ ਇਹ ਗੇਮ ਹੈ, ਤੁਸੀਂ ਗੇਮ ਖਰਾਬ ਨਾ ਕਰੋ। ਉਹ ਦੱਸਣ ਦਾ ਕੀ ਯਤਨ ਕਰ ਰਿਹਾ? ਇਹ ਬਹੁਤ ਵਲਨਰੇਬਲ ਸਿਚੁਏਸ਼ਨ ਹੁੰਦੀ ਹੈ। ਹੋ ਸਕਦਾ ਕਿਸੇ ਉੱਪਰਲੇ ਸੂਈਆ ਏਜੰਸੀ ਦੇ ਵੱਡੇ ਅਫਸਰ ਵੱਲੋਂ ਦਵਿੰਦਰ ਰੈਣਾ ਨੂੰ ਲਾਇਆ ਹੋਵੇ ਅਤੇ ਉਹਦੇ DIG ਨੂੰ ਪਤਾ ਨਾ ਹੋਵੇ ਅਸਲ ਗੇਮ ਕੀ ਚੱਲ ਰਹੀ ਹੈ, ਕਿਉਂਕਿ ਇਹ ਜੱਗ ਜ਼ਾਹਰ ਨਹੀਂ ਹੁੰਦੀ ਕੌਣ ਕਿਹਦੇ ਲਈ ਕੰਮ ਕਰ ਰਿਹਾ, ਸਲੀਪਰ ਸੈੱਲ ਕੌਣ ਨੇ, ਰੈਟ ਕੌਣ ਹੈ। ਦਵਿੰਦਰ ਰੈਣਾ ਨੂੰ ਜਾਂ DIG ਫੜ ਰਿਹਾ, ਕਿਉਂਕਿ ਹੁਣ ਉਹ ਦੋ ਬੰਦਿਆਂ ਨੂੰ ਜਿਹੜਿਆਂ ਨੂੰ ਲੈ ਕੇ ਜਾ ਰਿਹਾ ਸੀ, 26 ਜਨਵਰੀ ਨੇੜੇ ਆ ਰਹੀ ਸੀ, 26 ਜਨਵਰੀ ਦੇ ਵਿੱਚ ਮੇ ਵੀ ਕੋਈ ਐਕਸ਼ਨ ਦਿੱਲੀ 'ਚ ਹੋਣਾ, ਉੱਧਰੋਂ ਕਸ਼ਮੀਰੀਆਂ ਦੀ ਮੰਗ ਕਿ ਸਾਡੀ ਆਜ਼ਾਦੀ ਤੁਸੀਂ ਖੁੱਸ ਲਈ, ਆਜ਼ਾਦੀ ਸਾਡੀ ਤੁਸੀਂ ਅਸੀਂ ਖੁੱਸ ਲਈ ਅਤੇ ਤੁਸੀਂ ਸਾਡੀ ਆਜ਼ਾਦੀ ਦੱਬ ਗਏ, ਉਹਨੂੰ ਇਹਦੇ ਨਾਲ ਡਿੱਚ ਕੀਤਾ ਜਾ ਸਕਦਾ ਸੀ, ਕਿਉਂਕਿ ਇਹ ਬੰਦਾ ਉੱਥੇ ਉੱਥੇ ਦਵਿੰਦਰ ਰੈਣਾ ਰਿਹਾ ਜਿੱਥੇ ਜਿੱਥੇ ਵੱਡੇ ਜਿਹੜੇ ਹਮਲੇ ਹੋਏ, ਜਿਵੇਂ ਪੁਲਵਾਮਾ 'ਚ ਹੋਇਆ ਜਿਹਦੇ 'ਚ 40 ਤੋਂ ਵੱਧ CRP ਦੇ ਬੰਦੇ ਮਰ ਗਏ, ਉਸ ਸਮੇਂ ਵੀ ਇਹ ਉੱਥੇ ਸੀ। ਅਫਜ਼ਲ ਗੁਰੂ ਬਹੁਤ ਰੋਂਦਾ ਰਿਹਾ, ਜਿਹੜੇ ਸੰਸਦ 'ਤੇ ਹੋਏ ਹਮਲੇ ਸੀ, ਉਹ ਕਹਿੰਦਾ ਦਵਿੰਦਰ ਰੈਣਾ ਹੀ ਮੇਨ ਬੰਦਾ ਹੈ, ਇਹ ਸ਼੍ਰੀਨਗਰ ਦੇ ਬਾਰਡਰ ਤੋਂ ਦਿੱਲੀ ਤੱਕ ਬੰਦੇ ਢਾਉਂਦਾ, ਇਹ ਵੀ ਜਿਹੜੇ ਦੋ ਜਣਿਆਂ ਨੂੰ ਲੈ ਕੇ ਜਾ ਰਿਹਾ ਸੀ, ਤਾਂ
ਉਸ ਤੇ ਜਦ ਹਿਜ਼ਬੁਲ ਕਮਾਂਡਰ ਤੇ ਨਵੀਦ ਉਹਦਾ ਸਹਿਯੋਗੀ ਆਸਫ ਰਾਵੇਰ ਰਾਥੇਰ ਤੇ ਉਸ ਤੇ ਜਾਂ ਡੀ ਆਈ ਜੀ ਉਸਨੂੰ ਫੜਨ ਦੀ ਕੋਸ਼ਿਸ਼ ਕਰਦਾ, ਉਹ ਕਹਿੰਦਾ ਬਹੁਤ ਵੱਡੀ ਗੇਮ ਹੈ, ਉਹਨੂੰ ਗੇਮ ਕਿਹਦੇ ਅੰਡਰ ਇਹ ਕਰ ਰਿਹਾ, ਕੀ ਕਰ ਰਿਹਾ, ਇਹ ਬਹੁਤ ਵੱਡਾ ਇਸ਼ੂ। ਇਹਦੇ ਤੇ ਅਲੱਗ ਅਲੱਗ ਚਾਨਣ ਪੈ ਰਿਹਾ ਕਿਉਂਕਿ ਸੂਈ ਏਜੰਸੀਆਂ ਬਹੁਤ ਵੱਡੇ ਜਿਹੜੇ ਐਕਸ਼ਨ ਕਰਾ ਦਿੰਦੀਆਂ ਨੇ ਆਪਣੇ ਬੰਦਿਆਂ ਤੋਂ, ਜਿਹਦੇ ਨਾਲ ਉਸ ਕੌਮ ਨੂੰ ਉਸ ਸੰਘਰਸ਼ ਨੂੰ ਐਡੀ ਢਾਹ ਲੱਗਦੀ ਹੈ, ਜਿਹੜਾ ਜਿਹੜੀ ਕੌਮ ਜਿਹੜਾ ਸੰਘਰਸ਼ ਲੋਕਾਂ ਦੇ ਵਿੱਚ ਅੱਖਾਂ 'ਚ ਸਤਿਕਾਰ ਲਈ ਬੈਠਾ ਹੁੰਦਾ ਉਹਦੇ ਤੋਂ ਜ਼ਿਆਦਾ ਐਡਾ ਵੱਡਾ ਕੋਈ ਐਕਸ਼ਨ ਕਰਾ ਦਿੰਦੀ ਹੈ ਜਿਹਦੇ ਕਰਕੇ ਉਹ ਕੌਮ ਉਹ ਸੰਘਰਸ਼ ਜਿਹੜਾ ਲੋਕਾਂ ਦੀਆਂ ਅੱਖਾਂ 'ਚ ਰੜਕਣ ਲੱਗ ਜਾਂਦਾ। ਇਸ ਤਰ੍ਹਾਂ ਹੀ ਇਹ ਹੈ, ਕਸ਼ਮੀਰ ਦੀ ਹੱਕੀ ਮੰਗ ਹੈ ਕਿ ਉਹ ਆਜ਼ਾਦ ਨੇ, ਉਹ ਪਹਿਲਾਂ ਤੋਂ ਹੀ 47 ਤੋਂ ਆਜ਼ਾਦ ਨੇ, ਪਰ ਹੁਣ ਜਦ ਉਸਨੂੰ ਦੱਬ ਲਿਆ ਭਾਰਤੀ ਸਰਕਾਰ ਨੇ ਤਾਂ ਉੱਥੇ ਲੋਕ ਜਿਹੜੇ ਦੁਨੀਆਂ ਦੇ ਵਿੱਚ ਨੇ ਉਸਦੇ ਹੱਕ 'ਚ ਨੇ। ਫਿਰ ਦਵਿੰਦਰ ਰੈਣੇ ਅਰਗੇ ਤੋਂ ਫਿਰ ਐਕਟਿਵ ਕਰਕੇ ਕੋਈ ਨਾ ਕੋਈ ਵੱਡਾ ਉੱਧਰ ਸੰਗਠਨਾਂ ਨੂੰ ਇਹ ਹੁੰਦਾ ਹੈ ਬੰਦਾ ਸਾਨੂੰ ਪਨਾਹ ਦਿੰਦਾ, ਪਰ ਇਹ ਸਰਕਾਰ ਲਈ ਕੰਮ ਕਰਦਾ ਹੁੰਦਾ ਕੋਈ ਵੀ ਇਸ ਤਰ੍ਹਾਂ, ਨਹੀਂ ਤਾਂ ਬਹੁਤ ਔਖਾ। ਜਿਵੇਂ ਇੱਕ ਦੂਜੇ ਐਸ ਪੀ ਦੀ ਜਿਹੜਾ ਗੁਰਦਾਸਪੁਰ ਦਾ ਸੀ ਜਿਹੜਾ ਬਾਰਡਰੋਂ ਪਾਰ ਤੇ ਉਹਦਾ ਕੇਸ ਜਿਹਾ ਜਿਹੜਾ ਚੱਲਿਆ ਸੀ, ਬੰਦੇ ਕਿਵੇਂ ਆਏ, ਕਿਹਨੇ ਨੰਗਾਏ, ਸਲਵਿੰਦਰ ਸਿੰਘ ਸੀ ਸ਼ਾਇਦ। ਇਹ ਬਹੁਤ ਆਪਣੀ ਸੋਚ ਤੋਂ ਬਾਹਰ ਦੀਆਂ ਗੱਲਾਂ ਨੇ, ਸੂਈ ਏਜੰਸੀਆਂ ਆਪਣੇ ਖਾਕੇ ਸੈੱਟ ਕਰਦੀਆਂ। ਸੋ ਇਹ ਹੁਣ ਦਵਿੰਦਰ ਰੈਣਾ ਤੋਂ ਵੱਡੀ ਜਿਹੜੀ ਗੱਲ ਜਿਹੜੀ ਚੱਲ ਰਹੀ ਹੈ, ਪੁੱਛਗਿੱਛ 'ਚ ਕੀ ਕਰਨਾ ਹੈ, ਪੁੱਛਗਿੱਛ ਦਾ ਪਤਾ ਹੀ ਹੈ ਹੁਣ, ਕਿਉਂਕਿ ਉਹ ਕਿਸੇ ਲਈ ਵੱਡੇ ਲਈ ਕੰਮ ਕਰਦਾ ਹੋਊਗਾ, ਛੋਟਿਆਂ ਨੂੰ ਕੀ ਪਤਾ। ਹੁਣ ਛੋਟੇ ਉਸ 'ਤੇ ਕੇਸ ਕਰਨਗੇ, ਕੇਸ ਬਣਾਉਣਗੇ, ਉਹ ਮੰਨੂਗਾ ਦੁਬਾਰਾ। ਹੁਣ ਕੜਿੱਕੀ 'ਚ ਦਵਿੰਦਰ ਰੈਣੇ ਨੇ ਆਉਣਾ ਆਖੀ, ਮਤਲਬ ਜਦ ਤੁਸੀਂ ਆਪਣੀ ਲਾਈਨ ਤੋਂ ਹਟ ਕੇ ਕੰਮ ਕਰਦੇ ਹੋ, ਸੂਨਰ ਔਰ ਲੇਟਰ ਇੱਕ ਦਿਨ ਤੁਸੀਂ ਫਸੇ ਜਾਣਾ। ਜਿਹੜੇ ਤੁਹਾਡੇ ਸਿਰ 'ਤੇ ਮੌਕੇ ਦੇ ਆਕੇ ਹੁੰਦੇ ਨੇ ਉਹ ਸਭ ਭੱਜ ਜਾਂਦੇ ਨੇ। ਹੁਣ ਇਹ ਕੀ ਚੀਜ਼ ਕਦੇ ਨਹੀਂ ਸਿੱਟ ਹੋਣੀ ਹੈ, ਕੋਈ ਹੁਣ ਇਨਕਸ਼ਾਫ ਕਰਨ ਦਾ ਯਤਨ ਕਰੂ, ਮੈਨੂੰ ਉਹਨੇ ਕਿਹਾ, ਮੈਨੂੰ ਇਹਨੇ ਕਿਹਾ, ਉਹਦਾ ਲੂਪ ਇੰਨੇ ਹੁੰਦੇ ਨੇ। ਜਿਹੜਾ ਮੇਨ ਘੁਮਾਉਣ ਵਾਲਾ ਬੰਦਾ ਉੱਪਰ ਹੁੰਦਾ ਫਿਰ ਕੀ, ਉਹਦਾ ਨਾਂ ਕਦੇ ਵੀ ਨਹੀਂ ਆਉਂਦਾ। ਔਰ ਨਾਲੇ ਇਸ 'ਚ ਕਿਸੇ ਨੇ ਮੰਨਣਾ ਕਿ ਹੁਣ ਪੁਲਿਸ ਨੇ ਕਿਹਦੀ ਮੰਨਣੀ ਹੈ, ਇਹਦੇ ਬਿਆਨ ਕਿੱਥੇ ਜਾਣੇ ਨੇ, ਕੀ ਹੋਣਾ, ਇਹ ਬਹੁਤ ਔਖਾ। ਪਰ ਕੁਤਾਹੀ ਜਦ ਇਸਨੇ ਕੀਤੀ ਆਪਣੇ ਕੰਮ ਦੇ ਨਾਲ, ਸਮਝੌਤਾ ਇਹਨੇ ਕੀਤਾ ਦੇਸ਼ ਦੇ ਨਾਲ, ਗਦਾਰੀ ਕੀਤੀ ਇਹਨੇ, ਉਹ ਇੱਕ ਬਹੁਤ ਵੱਡੇ ਇਸ਼ੂ ਦੇ ਤੌਰ 'ਤੇ ਹੈ। ਬਾਲ ਬੱਚਾ ਇਹਨੇ ਆਪਣਾ ਦਿੱਲੀ ਭੇਜਤਾ ਜੀ, ਉੱਥੇ ਜਵਾਕ ਪੜ੍ਹ ਰਹੇ ਸੀ, ਹੁਣ ਇਹ ਗੱਲਾਂ ਚੱਲ ਰਹੀਆਂ, ਉਹਦੀ ਘਰ ਵਾਲੀ ਰੁਦਨ ਕਰਦੀ ਹੈ ਮੇਰਾ ਘਰ ਵਾਲਾ ਫਸਾਤਾ ਨਹੀਂ ਫਸਾਤਾ, ਇਹ ਨਹੀਂ ਹੁਣ ਪਤਾ ਨਹੀਂ। ਜਿਵੇਂ ਪ੍ਰੈਜੀਡੈਂਟ ਕੈਨੇਡੀ ਨੂੰ ਕਿਸੇ ਨੇ ਗੋਲੀ ਮਾਰੀ, ਉਹਦੇ ਪਿੱਛੋਂ ਮਾਰਨ ਵਾਲੇ ਨੂੰ ਕਿਸੇ ਨੇ ਪਿੱਛੇ ਨੂੰ ਮਾਰੀ ਤਾਂ ਕੋਈ ਨਹੀਂ ਲੱਭਿਆ ਹੁਣ ਤੱਕ। ਇਸੇ ਤਰ੍ਹਾਂ ਹੀ ਏਅਰ ਇੰਡੀਆ ਦੀ ਬੌਂਬਿੰਗ ਹੈ, ਉਹਦੇ ਵਿੱਚ ਮੇਨ ਜਿਹੜੇ ਦੋਸ਼ੀ ਨੇ ਉਹ ਹਲੇ ਤੱਕ ਨਹੀਂ ਲੱਭੇ, ਉਹ ਗੱਲ ਵਿੱਚੇ ਰੁੜ ਗਈ। ਕਿਤਾਬਾਂ ਹੀ ਨੇ ਪੜ੍ਹ ਲਓ, ਸੋਫਟ ਟਾਰਗੇਟ ਪੜ੍ਹ ਲਓ ਅਤੇ ਓਪਨ ਸੀਕਰੇਟ ਪੜ੍ਹ ਲਓ, ਪਤਾ ਲੱਗ ਜੂ ਕਿ ਏਜੰਸੀਆਂ ਓਪਰੇਟ ਕਿਵੇਂ ਕਰਦੀਆਂ। ਇਹੀ ਗੱਲ ਦਵਿੰਦਰ ਰੈਣੇ ਨਾਲ ਹੋਈ ਹੈ। ਦਵਿੰਦਰ ਰੈਣੇ ਨੇ ਜਿਹੜਾ ਵੀ ਕੁਛ ਕੀਤਾ ਉਹ ਹੁਣ ਕਿਸੇ ਪਾਸੇ ਨਹੀਂ ਜਾਣਾ, ਹੁਣ ਤੋਂ ਬਾਅਦ ਬਰਬਾਦੀ ਹੈ, ਬਸ ਦਾਸਤਾਂ ਬਰਬਾਦੀ ਦੀ ਸ਼ੁਰੂ ਹੋ ਗਈ। ਕਈ ਕਈ ਵਾਰ ਵੱਡਿਆਂ ਨੂੰ ਬਚਾ ਲੈਂਦੇ ਨੇ, ਜਿਸ ਤਰ੍ਹਾਂ ਪੰਜਾਬ ਦੇ ਡਰੱਗ ਰੈਕਟ ਦੇ ਵਿੱਚ ਐਸ ਐਸ ਪੀ ਦਾ ਨਾਂ, ਐਸ ਐਸ ਪੀ ਦੇ ਉੱਪਰ ਦਿਨਕਰ ਗੁਪਤਾ ਉਹਦਾ ਗੋਡਫਾਦਰ ਹੈ, ਜਸਜੀਤ ਸਿੰਘ ਨੂੰ, ਉਹਨੂੰ ਕੁਛ ਨਹੀਂ ਹੋਇਆ, ਬੀ ਐਸ ਪੀ ਮੋਗੇ, ਐਸ ਐਸ ਪੀ ਮੋਗੇ ਨੂੰ, ਅਤੇ ਬਾਹਰ ਬੈਠਾ ਅਤੇ ਸਾਰਾ ਮੋਹਾਲੀ ਉਹਦੇ ਕੋਲ, ਹੁਣ ਜੋਬ ਵੀ ਕੋਈ ਨਹੀਂ ਪਰ ਸਾਰਾ ਜ਼ੋਰ ਉਹਦੇ ਕੋਲ ਹੈ, ਉਹਦੇ ਰਾਹੀਂ ਸਭ ਕੁਛ ਹੋ ਰਿਹਾ। ਇਹ ਜਿਹੜੀਆਂ ਖਬਰਾਂ ਨੇ ਇਹ ਨੇ ਕਿ ਉਹ ਹਲੇ ਵੀ ਡੀ ਜੀ ਪੀ ਦਾ ਸਭ ਤੋਂ ਚਹੇਤ ਹੈ, ਅਤੇ ਡੀ ਜੀ ਪੀ ਦੇ ਰਾਹੀਂ ਉਹ ਸਾਰਾ ਕੰਮ ਕਰਵਾ ਰਿਹਾ, ਸਾਰਾ ਉਹਦੇ ਕੋਲ ਪਾਵਰ ਹੈ। ਜਦ ਇੰਸਪੈਕਟਰ ਫੜਿਆ ਗਿਆ ਸੀ ਇੱਕ, ਜਿਹਦੇ ਕੋਲੋਂ ਡਰੱਗ ਫੜੀ ਸੀ, ਉਹ ਇੰਸਪੈਕਟਰ ਦੇ ਬਾਰੇ ਅੰਮ੍ਰਿਤਸਰ ਦੇ ਉਹ ਪਰਿਵਾਰ ਦੇ ਜੀ, ਉਹ ਕਹਿੰਦੇ ਕਦੇ ਵੀ ਨਹੀਂ ਹੋ ਸਕਦਾ ਸਾਡਾ ਭਾਈ ਜਿਹੜਾ ਉਹ ਕਰਪਟ ਹੋਵੇ, ਨੇ ਤਾਂ ਇੰਨੀ ਡਰੱਗ ਫੜੀ ਹੈ ਅੱਜ ਤੱਕ, ਮਤਲਬ ਹੀ ਨਹੀਂ ਕੋਈ। ਪਰ ਕਹਾਣੀ ਉਹ ਦੱਬੀ ਗਈ ਵਿੱਚ ਵਿਚਾਲੇ, ਇਸ ਤਰ੍ਹਾਂ ਹੀ ਖਤਮ ਹੋ। ਹਰਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਲਾਈਨ ਨੰਬਰ 2? ਹੈਲੋ, ਸਤਿ ਸ਼੍ਰੀ ਅਕਾਲ ਹਰਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਇਹੋ ਜਿਹੀਆਂ ਜਿੰਨੀਆਂ ਵੀ ਕਾਰਵਾਈਆਂ ਉਹ ਮੈਨੂੰ ਲੱਗਦਾ ਵੱਡੀ ਸਰਪ੍ਰਸਤੀ ਤੋਂ ਬਿਨਾਂ ਨਹੀਂ ਹੋ ਸਕਦੀਆਂ।
ਜਦੋਂ ਪੁਲਵਾਮਾ ਦਾ ਹੋਇਆ ਸੀ ਉਹਦੇ ਵਿੱਚ ਅੱਗੇ ਜਦੋਂ ਕੋਈ ਇਹੋ ਜਿਹੀ ਘਟਨਾ ਹੋ ਜਾਂਦੀ ਸੀ ਉਹਦੀ ਪੂਰੀ ਜਾਂਚ ਹੁੰਦੀ ਸੀ, ਕਿਵੇਂ ਉੱਥੇ ਮਤਲਬ ਆਰ ਡੀ ਐਸ ਪਹੁੰਚਿਆ, ਕਿਵੇਂ ਸਾਰੀ ਗੱਲਬਾਤ ਹੋਈ, ਬੰਦੇ ਕਿੱਧਰੋਂ ਆਏ ਕਿੱਧਰ ਨੂੰ ਗਏ। ਤੁਸੀਂ ਕਮਾਲ ਦੀ ਗੱਲ ਦੇਖੋ, ਮੁੜ ਕੇ ਉਹਦੇ ਬਾਰੇ ਕੋਈ ਤਬਦੀਲ ਹੀ ਨਹੀਂ ਹੋਈ, ਬੰਦਾ ਕਿਵੇਂ ਵੀ ਉੱਥੇ ਵੀ ਉਹ ਇੰਨਾ ਉਹ ਲੈ ਕੇ ਉਹ ਬੰਬ ਲੈ ਕੇ ਉੱਥੇ ਪਹੁੰਚ ਗਿਆ, ਕਿੱਧਰੋਂ ਆਇਆ ਕਿੱਧਰ ਨੂੰ ਗਿਆ, ਕੋਈ ਗੱਲ ਨਹੀਂ ਹੋਈ। ਅੱਗੇ ਜਦੋਂ ਹੁੰਦਾ ਸੀ ਜਦੋਂ ਮੀਡੀਆ ਸਾਰਾ ਇਹੀ ਰੌਲਾ ਪਾਉਂਦਾ ਸੀ ਗੌਰਮੈਂਟ ਦੀ ਨਾਕਾਮੀ ਹੈ, ਐਂ ਹੋਇਆ ਐਂ ਹੋ ਗਿਆ, ਮੁੜ ਕੇ ਕੋਈ ਗੱਲ ਨਹੀਂ ਹੋਈ। ਇਹਦੇ ਵਿੱਚ ਦੇਖੋ ਹੁਣ ਇਹ ਅਸਲ 'ਚ ਤਾਂ ਇਹ ਲੱਗਦਾ ਸੀ ਵੀ ਕੋਈ ਵੱਡੀ ਕਾਰਵਾਈ ਕਰਨ ਦੇ ਮੂਡ ਦੇ ਵਿੱਚ ਸੀਗੇ, ਜਿਵੇਂ 26 ਜਨਵਰੀ ਆਉਂਦੀ ਹੈ ਉੱਥੇ ਕੋਈ ਛੋਟੀ ਮੋਟੀ ਗੱਲ ਕਰਕੇ ਮੈਨੂੰ ਲੱਗਦਾ ਵੀ ਫਿਰ ਦੇਸ਼ ਭਗਤੀ ਜਗਾਉਣ ਦੀ ਕੋਈ ਵੱਡਾ ਪਲੈਨ ਸੀ, ਜਿਵੇਂ ਪਹਿਲਾਂ ਪੁਲਵਾਮਾ ਦੇ ਜਗਾਇਆ ਗਿਆ ਸੀ, ਜਿਵੇਂ ਦਿੱਲੀ ਦੀ ਇਲੈਕਸ਼ਨ ਆ ਰਹੀ ਆ ਉਹ ਜੀ ਕੋਈ ਘਟਨਾ ਕਰਕੇ ਫਿਰ ਲੋਕਾਂ ਨੂੰ ਮਤਲਬ ਇਕਜੁੱਟ ਕਰਕੇ ਫਿਰ ਮਤਲਬ ਇੱਕ ਲੜੀ ਵਿੱਚ ਪਰੋਇਆ ਜਾਵੇ, ਦੇਸ਼ ਭਗਤੀ ਉਹਨਾਂ 'ਚ ਜਗਾਈ ਜਾਵੇ, ਮਤਲਬ ਇਹ ਗੱਲਾਂ ਕਦੇ ਸਾਹਮਣੇ ਆਉਣੀਆਂ ਹੀ ਨਹੀਂ। ਇਹ ਸਾਰਾ ਆਪਾਂ ਨੂੰ ਪਤਾ ਵੀ ਇਹ ਉੱਪਰਲੇ ਆਕਿਆਂ ਦੇ ਬਿਨਾਂ ਹੋ ਹੀ ਨਹੀਂ ਸਕਦਾ। ਅਤੇ ਵਿੱਚ ਹੀ ਤੁਸੀਂ ਇਹ ਦੇਖ ਲਓ ਵੀ ਉਹਦਾ ਮੀਡੀਆ ਦੇਖੋ ਉਹਦੇ ਉਹਦਾ ਤਾਰਾਂ ਆਉਂਦੀਆਂ ਖਾਲਿਸਤਾਨੀਆਂ ਨਾਲ ਜੋੜਤੀਆਂ ਉਹਨਾਂ ਨੇ, ਮਤਲਬ ਕਮਾਲ ਦੀ ਗੱਲ ਦੇਖੋ ਉਹਨਾਂ ਦੀ। ਮਤਲਬ ਇਹ ਉੱਥੇ ਦਾ ਮੀਡੀਆ ਜਿਵੇਂ ਲੱਗਿਆ ਹੋਇਆ ਲੱਗਦਾ ਨਹੀਂ ਇਹਦੇ ਵਿੱਚੋਂ ਕੋਈ ਵਿੱਚੋਂ ਨਿਕਲਣਾ, ਜਾਂ ਸਰਕਾਰ ਜਿਵੇਂ ਲੱਗੀ ਹੋਈ ਆ ਤਾਂ ਆਉਣ ਵਾਲੇ ਟਾਈਮ ਹੀ ਦੱਸੋ ਜੀ ਕੀ ਬਣਦਾ ਵਾ। ਓਕੇ ਧੰਨਵਾਦ ਜੀ। ਦਵਿੰਦਰ ਸਿੰਘ, ਲੇਟਲੀ ਜਦ ਯੂਰਪੀਅਨ ਅੰਬੈਸਡਰ 15 ਦੇ ਕਰੀਬ ਗਏ ਨੇ ਦੇਖਣ ਕੇ ਸਭ ਕੁਛ ਅੱਛਾ ਹੈ, ਉਸ ਸਮੇਂ ਸ਼੍ਰੀਨਗਰ ਤੇ ਏਅਰਪੋਰਟ ਤੇ ਸੀ, ਉਹਨੇ ਐਸਕੌਰਟ ਕੀਤਾ ਇਹਨਾਂ ਅੰਬੈਸਡਰਾਂ ਨੂੰ, ਇਹੀ ਬੰਦਾ ਫਿਰ ਦੋ ਅੱਤਵਾਦੀਆਂ ਨੂੰ ਲੈ ਕੇ ਜਾ ਰਿਹਾ। ਸਮਝ ਨਹੀਂ ਇਸ ਦੀ ਆਉਂਦੀ ਕਿ ਵੱਡੇ ਐਕਸ਼ਨ ਜਿਹੜੇ ਉੱਥੇ ਹੋਏ ਨੇ ਉਹਦੇ ਵਿੱਚ ਦਵਿੰਦਰ ਰੈਣਾ ਕੀ ਕਰ ਰਿਹਾ ਸੀ ਤੇ ਉਹਦੀ ਕੀ ਭੂਮਿਕਾ ਹੋਏਗੀ, ਉਹ ਕਿੱਥੇ ਕਿੱਥੇ ਕੀ ਕੀ ਕਰਦਾ। ਰਿਤਪਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਲਾਈਨ ਨੰਬਰ 3? ਹਾਂਜੀ ਸਤਿ ਸ਼੍ਰੀ ਅਕਾਲ ਹਰਜੀਤ ਜੀ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਹਾਂ, ਜਿਹੜੀ ਤੁਸੀਂ ਖਬਰ ਬ੍ਰੇਕ ਕੀਤੀ ਹੈ ਇਹ ਤਕਰੀਬਨ ਤੁਸੀਂ ਅੱਤਵਾਦ ਵੇਲੇ ਦੇਖ ਸਕਦੇ ਹੋ ਕਿ ਜਿਹੜਾ ਸੁਰਜੀਤ ਗਰੇਵਾਲ ਹੁਣ ਚਾਰਜ ਕੀਤਾ ਗਿਆ ਮੋਦੀ ਦੇ ਕੇਸ ਦੇ ਵਿੱਚ, ਕਿਉਂਕਿ ਪਟਿਆਲੇ ਦੇ ਵਿੱਚ ਕਿਡਨੈਪਿੰਗ ਹੋਈ ਸੀਗੀ ਅੱਤਵਾਦ ਵੇਲੇ, ਗੱਲਾਂ ਜਿਹੜੀਆਂ ਹੈਗੀਆਂ 90 ਦੇ ਦਹਾਕੇ ਦੀਆਂ ਹੈਗੀਆਂ ਤੇ ਉਹਦੇ ਵਿੱਚ ਫਰੌਤੀ ਦਿੱਤੀ ਗਈ ਸੀ ਤੇ ਉਦੋਂ ਤੋਂ ਹੀ ਰੌਲਾ ਪੈ ਰਿਹਾ ਸੀ ਵੀ ਸੁਦਰਸ਼ਨ ਮੋਦੀ ਨੂੰ ਜਦੋਂ ਕਿਡਨੈਪ ਕੀਤਾ ਗਿਆ ਸੀ, ਜਿਹੜੀ ਜਿਪਸੀ ਯੂਜ਼ ਕੀਤੀ ਗਈ ਉਹ ਕਿਸੇ ਟਾਈਮ ਸੁਦਰਸ਼ਨ ਮੋਦੀ ਦੇ ਘਰ ਜਦੋਂ ਵੀ ਸੁਰਜੀਤ ਗਰੇਵਾਲ ਉਹਨਾਂ ਦੇ ਗਨਮੈਨਾਂ ਕੋਲ ਹੁੰਦੀ ਸੀ ਔਰ ਉਹਨੇ ਪਛਾਣਤੀ ਸੀ ਉਹ ਜਿਪਸੀ। ਔਰ ਇਹ ਕੋਈ ਲੁਕੀ ਛੁਪੀ ਗੱਲ ਨਹੀਂ ਹੈਗੀ, ਇਹ ਬਹੁਤ ਦੇਰ ਤੋਂ ਚੱਲੀ ਆ ਰਹੀ ਹੈ ਔਰ ਏਜੰਸੀਆਂ ਆਪਣੇ ਸੂਈਏ ਤੇ ਆਰਗੇਨਾਈਜੇਸ਼ਨ ਨੂੰ ਬਦਨਾਮ ਕਰਨ ਲਈ ਹਮੇਸ਼ਾ ਕਾਰਵਾਈਆਂ ਕਰਦੀ ਰਹੀ ਹੈ। ਚਾਹੇ ਤੁਸੀਂ ਇੱਥੇ ਮਿਸਟਰ ਐਕਸ ਲੈ ਲਓ ਏਅਰ ਇੰਡੀਆ ਦੇ ਬੰਬ ਕਾਂਡ ਦੇ ਵਿੱਚ, ਤੇ ਚਾਹੇ ਤੁਸੀਂ ਦੇਖ ਰਹੇ ਹੋ ਕਿ ਉਸ ਦੇ ਵਿੱਚ ਸ਼ਮੂਲੀਅਤ ਵਾਲੇ ਵਿਅਕਤੀ ਸਿੱਧੇ ਹੋਮ ਮਿਨਿਸਟਰੀ ਦੇ ਆਫਿਸ ਦੇ ਵਿੱਚ ਜਾਂਦੇ ਨੇ ਔਰ ਉਹਨਾਂ ਨੂੰ ਉੱਥੇ ਵੈਲਕਮ ਕੀਤਾ ਜਾਂਦਾ। ਇਹ ਲੁਕੀਆਂ ਛਿਪੀਆਂ ਗੱਲਾਂ ਨਹੀਂ ਹੈਗੀਆਂ। ਜੇ ਮੈਂ ਗੱਲ ਕਰਾਂ ਕੈਨੇਡਾ ਦੀ, ਜਿਹੜੀ ਤੁਸੀਂ ਪਹਿਲਾਂ ਗੱਲ ਕਰਕੇ ਹਟੇ ਮਨੀ ਲਾਂਡਰਿੰਗ ਦੇ ਵਿੱਚ ਹਿੱਸੇ ਪਏ ਮਕਾਓ ਦੇ ਕਸੀਨੋਸ ਦੇ ਜਿਹੜੇ ਜੂਏ ਘਰਾਂ ਦੇ ਵਿੱਚ ਮਨੀ ਲਾਂਡਰ ਕਰਦੇ ਸੀਗੇ ਤੇ ਸਰਕਾਰ ਨੇ ਕਿਵੇਂ ਆਰ ਸੀ ਐਮ ਪੀ ਨੂੰ ਖਤਮ ਕਰਕੇ ਕਹਿਤਾ ਜੀ ਅੱਖਾਂ ਬੰਦ ਕਰ ਲਓ, ਹੋਣ ਦਿਓ ਜੋ ਹੋ ਰਿਹਾ। ਇਹਨਾਂ ਦੇ ਲਿੰਕ ਬਹੁਤ ਲੰਬੇ ਹੁੰਦੇ, ਇਤਿਹਾਸ ਬਹੁਤ ਪੁਰਾਣਾ ਹੈਗਾ। ਜੇ ਤੁਸੀਂ ਇਤਿਹਾਸ ਤੇ ਨਿਗਾਹ ਮਾਰੋ, ਜਿਹੜੀ ਆਪਣੀ ਬ੍ਰੋਨਫਨ ਮੈਨ ਸਟੀਵਨ ਬ੍ਰੋਨਫਨ ਮੈਨ ਦੀ ਫੈਮਿਲੀ ਦੀ ਆਪਾਂ ਗੱਲ ਕਰੀਏ ਤਾਂ 1899 ਦੇ ਵਿੱਚ ਕੈਨੇਡਾ ਦੇ ਵਿੱਚ ਆ ਕੇ ਸਕੈਚਵਨ ਦੇ ਨੇੜੇ ਵਸਦੀ ਹੈ ਜਿੱਥੇ ਉਹ ਆਪਣਾ ਤੰਬਾਕੂ ਦਾ ਬਹੁਤ ਵੱਡਾ ਬਿਜ਼ਨਸ ਚਲਾਉਂਦੀ ਹੈ। 1920 ਦੇ ਵਿੱਚ ਤੁਸੀਂ ਦੇਖੋ ਕਿ ਮਤਲਬ ਕਿ ਪੰਜਾਬ ਆਪਣੇ ਅਮੈਰੀਕਾ ਦੇ ਵਿੱਚ ਸ਼ਰਾਬਬੰਦੀ ਹੋ ਜਾਂਦੀ ਹੈ ਤਾਂ ਇਸ ਫੈਮਿਲੀ ਦਾ ਅਮੈਰੀਕਾ ਦੇ ਬਾਰਡਰ ਦੇ ਨਾਲ ਦੇ ਸ਼ਹਿਰਾਂ ਦੇ ਵਿੱਚ ਸ਼ਰਾਬ ਵੇਚੀ ਜਾਂਦੀ ਹੈ ਔਰ ਉਹਦੇ ਵਿੱਚ ਨਾ ਆਉਂਦਾ ਤੇ ਉਹ ਕਿਵੇਂ ਮਤਲਬ ਕਿ ਪਾਰਲੀਮੈਂਟ 1922 ਚ ਰੌਲਾ ਪੈਂਦਾ ਕਿ ਵੀ ਉਹਨਾਂ ਦੀ ਇਨਵੈਸਟੀਗੇਸ਼ਨ ਕਿਵੇਂ ਸਟੋਪ ਕਰ ਦਿੱਤੀ ਜਾਂਦੀ ਹੈ ਔਰ ਉਹਨਾਂ ਦਾ ਲੀਕਰ ਬਿਜ਼ਨਸ ਪ੍ਰਫੁੱਲਿਤ ਹੁੰਦਾ। ਫਿਰ ਦੇਖੋ ਤੁਸੀਂ 1991 ਦੇ ਵਿੱਚ ਰੈਵਨਿਊ ਕੈਨੇਡਾ ਅਪਰੂਵ ਕਰ ਦਿੰਦਾ ਹੈ $2.2 billion ਟੈਕਸ ਪੇ ਕੀਤੇ ਬਗੈਰ ਆਫ ਸ਼ੋਰ ਇਨਵੈਸਟਮੈਂਟ ਕਰ ਦਿੰਦੇ ਆ। ਬਾਅਦ ਸੈਟਲਮੈਂਟ ਹੋ ਜਾਂਦੀ $700 million ਦੇ ਕੇ ਔਰ ਉਸ ਤੋਂ ਬਾਅਦ ਪੈਰਾਡਾਈਜ਼ ਪੇਪਰ 'ਚ ਵੀ ਉਹਨਾਂ ਦੇ ਨਾਂ ਆ ਜਾਂਦੇ ਨੇ ਔਰ ਟਰੂਡੋ ਸਾਹਿਬ ਉਹਨਾਂ ਨਾਲ ਲੈ ਕੇ ਬਾਰਕ ਓਬਾਮਾ ਦੇ ਨਾਲ ਡਿਨਰ ਕਰਨ ਜਾਂਦੇ, ਉਹਨਾਂ ਨਾਲ ਲੈ ਕੇ ਜਾਂਦੇ। ਉਸ ਤੋਂ ਬਾਅਦ ਉਹਨਾਂ ਦਾ ਨਾਂ ਆਉਂਦਾ ਕਿ ਸਾਊਦੀ ਅਰਬ ਦੇ ਵਿੱਚ ਜਦੋਂ ਮਤਲਬ ਕਿ 2010 ਦੇ ਵਿੱਚ ਇੰਡੀਪੈਂਡੈਂਟ ਲੀਬੀਆ ਫਾਊਂਡੇਸ਼ਨ ਸੈਟਅਪ ਕੀਤੀ ਗਈ ਔਰ ਜਿਹੜਾ ਉਹਦਾ ਫਾਊਂਡਰ ਸੀਗਾ ਜਨਰਲ ਅਬਦੁਲ ਫਤਿਹ ਯੂਨਸ,
ਉਹ ਇਸੇ ਪਰਿਵਾਰ ਦੇ ਨਾਲ ਇੱਥੇ ਆ ਕੇ ਡਿਨਰ ਕਰਦਾ ਹੈ ਔਰ ਫੰਡਿੰਗ ਦਿੱਤੀ ਜਾਂਦੀ ਹੈ ਜਿੱਥੇ ਦੋ ਆਰਗੇਨਾਈਜੇਸ਼ਨ ਸੈਟਅਪ ਕੀਤੀ ਜਾਂਦੀਆਂ ਨੇ ਇੰਡੀਪੈਂਡੈਂਟ ਲੀਬੀਆ ਫਾਊਂਡੇਸ਼ਨ ਔਰ ਨੈਸ਼ਨਲ ਟ੍ਰਾਂਜਿਟ ਕੌਂਸਲ ਜਿਹੜੀ ਬਾਅਦ ਦੇ ਵਿੱਚ ਗਦਾਫੀ ਦਾ ਤਖਤਾ ਪਲਟ ਕਰਦੀ ਹੈ ਨੈਟੋ ਦੀ ਫੋਰਸਿਸ ਦੀ ਉਹਦੇ ਨਾਲ ਔਰ ਦੂਜੇ ਪਾਸੋਂ ਐਜ਼ ਐਨ ਐਸੈਂਸੀ ਲੈਵਲਿੰਗ ਦੇ ਜੀਓ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਉਹਦੇ ਵਾਈਫ ਨੌਕਰੀ ਆਪਣੀ ਆਰਗੇਨਾਈਜੇਸ਼ਨ ਦਿੱਤੇ ਆ ਔਰ ਉਹਨਾਂ ਨੂੰ ਕੈਨੇਡਾ ਤੋਂ ਬਾਹਰ ਕੱਢਦੇ ਆ ਤਾਂ ਹਰਜੀਤ ਜੀ ਤੁਸੀਂ ਕੀ ਸਮਝਦੇ ਹੋ You're listening to 1550 AM KRPI Ferndale. The views expressed are not necessarily those of the staff, management, or ownership of this station. ਹਾਂਜੀ ਸਿੱਖੋ ਸਾਹਿਬ ਹਾਂਜੀ ਮੈਂ ਗੱਲ ਕਰ ਰਿਹਾ ਸੀਗਾ ਤੁਸੀਂ ਦੇਖੋ ਕਿ ਮਤਲਬ 2010 ਦੇ ਵਿੱਚ ਇੰਡੀਪੈਂਡੈਂਟ ਲੀਬੀਆ ਫਾਊਂਡੇਸ਼ਨ ਸੈਟਅਪ ਕੀਤੀ ਜਾਂਦੀ ਹੈ ਨੈਸ਼ਨਲ ਆਪਣਾ ਟ੍ਰਾਂਜਿਟ ਕੌਂਸਲ ਸੈਟਅਪ ਕੀਤੀ ਜਾਂਦੀ ਹੈ ਔਰ ਉਦੋਂ ਜਨਰਲ ਅਬਦੁਲ ਫਤਿਹ ਯੂਨਸ ਨੂੰ ਮਤਲਬ ਕਿ ਫੰਡਿੰਗ ਵੀ ਦਿੱਤੀ ਜਾਂਦੀ ਹੈ ਡਿਨਰ ਵੀ ਕਰਾਇਆ ਜਾਂਦਾ ਕੈਨੇਡਾ 'ਚ ਲੈ ਕੇ ਇੱਕ ਪਾਸੇ ਐਸ ਐਨ ਸੀ ਗਦਾਫੀ ਦੇ ਪਰਿਵਾਰ ਨੂੰ ਵਿਚਾਰੀ ਦੂਜੇ ਪਾਸੇ ਤਖਤਾ ਪਲਟ ਦੀਆਂ ਤਿਆਰੀਆਂ ਹੋ ਰਹੀਆਂ ਨੇ ਇਹ ਜਿਹੜੀਆਂ ਦੋਗਲੀਆਂ ਨੀਤੀਆਂ ਹੁੰਦੀਆਂ ਨੇ ਹਮੇਸ਼ਾ ਰਹੀਆਂ ਨੇ ਔਰ ਚੱਲਦੀ ਰਹਿਣੀਆਂ ਨੇ ਇਹ ਚੱਲਦੀਆਂ ਰਹਿਣਗੀਆਂ ਤੁਸੀਂ ਦੇਖੋ ਵੀ ਜਦੋਂ ਇਹ ਜੇ ਤਰੀਕੇ ਦੇ ਨਾਲ ਇੰਨੀ ਇੰਨੀ ਵੱਡੀਆਂ ਆਰਗੇਨਾਈਜੇਸ਼ਨ ਇਨਵੋਲਵ ਹੁੰਦੇ ਨੇ ਇੰਨੇ ਵੱਡੇ ਬਿਜ਼ਨਸ ਅਦਾਰੇ ਇਨਵੋਲਵ ਹੁੰਦੇ ਆ ਔਰ ਸਰਕਾਰਾਂ ਇਨਵੋਲਵ ਹੁੰਦੀਆਂ ਨੇ ਔਰ ਕਿੱਦਾਂ ਕੌਂਸਪਰੇਸੀਜ਼ ਹੁੰਦੀਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਕਿ ਵੀ ਕੋਈ ਵੀ ਮੁਲਕ ਵਾਂਝੇ ਨਹੀਂ ਹੈਗਾ ਕੌਂਸਪਰੇਸੀ ਉਹ ਤਾਂ ਬਹੁਤ ਛੋਟਾ ਤੁਸੀਂ ਗੱਲ ਕਰ ਰਹੇ ਹੋ ਕਸ਼ਮੀਰ ਦੀ ਜਿਹੜੀ ਉਹ ਬੰਦੇ ਦੀ ਰੋਲ ਹੈਗਾ ਉਹਨੂੰ ਕਿਉਂ ਫੜਿਆ ਗਿਆ ਉਹਨੂੰ ਕਿਉਂ ਐਕਸਪੋਜ਼ ਕੀਤਾ ਗਿਆ ਉਹ ਹੁਣ ਅੱਗੇ ਚੱਲ ਕੇ ਪਤਾ ਚੱਲੇਗਾ ਪਰ ਇਹ ਹਮੇਸ਼ਾ ਸਰਕਾਰਾਂ ਤੇ ਵੱਡੀਆਂ ਕਾਰਪੋਰੇਸ਼ਨਾਂ ਆਪਣੇ ਮਫਾਦ ਦੇ ਲਈ ਹਮੇਸ਼ਾ ਨੈਕਸਸ ਬਣਾਉਂਦੀਆਂ ਨੇ ਔਰ ਬੰਦਿਆਂ ਨੂੰ ਵਰਤਦੀਆਂ ਨੇ ਔਰ ਬੰਦਿਆਂ ਨੂੰ ਵਰਤ ਕੇ ਆਪਣਾ ਜਿਹੜਾ ਮਕਸਦ ਹੁੰਦਾ ਪੂਰਾ ਕਰਦੀਆਂ ਥੈਂਕ ਯੂ ਜੀ ਧੰਨਵਾਦ ਜੀ ਸੂਚਨਾ ਇੱਕ ਦੇ ਦਿਆਂ ਕਿ ਸਟਾਰ ਬੰਤ ਸਿੰਘ ਸਿੱਧੂ ਜਿਨ੍ਹਾਂ ਦਾ ਪਿਛਲਾ ਪਿੰਡ ਚੱਕਰ ਹੈ ਸਵਰਗਵਾਸ ਹੋ ਗਏ ਨੇ ਸੰਸਕਾਰ ਉਹਨਾਂ ਦਾ ਰਿਵਰ ਜਿਹੜਾ ਫਰੇਜ਼ਰ ਰਿਵਰ ਫਿਊਨਰਲ ਹੋਮ ਐਬਸਫੋਰਡ ਦੇ ਵਿੱਚ ਹੈ 12:30 ਅਤੇ 19 ਜਨਵਰੀ ਨੂੰ ਐਤਵਾਰ ਨੂੰ ਅਤੇ ਉਸ ਤੋਂ ਬਾਅਦ 2:30 ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਅੰਤਿਮ ਅਰਦਾਸ 604-897-5421 ਸਿੱਧੂ ਫੈਮਿਲੀ ਨਾਲ ਤੁਸੀਂ ਇਸ ਫੋਨ 'ਤੇ ਗੱਲ ਕਰ ਸਕਦੇ ਹੋ 6048974521 ਸੋ ਇਹ ਦਵਿੰਦਰ ਰੈਣਾ ਵਾਲੇ ਕੇਸ ਦੇ ਵਿੱਚ ਇਹ ਗੱਲ ਬੜੀ ਚੱਲ ਰਹੀ ਹੈ ਬਾਹਰ ਕਿ ਐਗਜੈਕਟਲੀ ਕੀ ਹੋਇਆ ਦੂਸਰੀ ਖਬਰ ਜਿਹੜੇ ਕੁਝ ਭੰਗੜੇ ਵਾਲਿਆਂ ਦੇ ਬੁੱਤ ਲਾਏ ਹੋਏ ਸੀ ਨਾ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੇ ਪਾਸਿਓਂ ਨਵੀਨੀਕਰਨ ਦੇ ਥੱਲੇ ਉਹ ਬੁੱਤ ਕੁਛ ਸਿੱਖ ਨੌਜਵਾਨਾਂ ਨੇ ਤੋੜ ਦਿੱਤੇ ਬੁੱਤ ਤੋੜਨ ਤੋਂ ਬਾਅਦ ਰਲਮਾ ਮਿਲਮਾ ਹੰਗਾਰਾ ਬਹੁਤਾਤ ਚ ਲੋਕ ਕਹਿੰਦੇ ਨੇ ਬਿਲਕੁਲ ਠੀਕ ਹੈ ਸਾਡਾ ਉੱਥੇ ਇਹ ਧਾਰਮਿਕ ਸਥਾਨ ਹੈ ਉੱਥੇ ਇਹ ਕੀ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਉਹਦੇ ਵਿੱਚ ਕੀ ਹੈ ਕਦੇ MLA ਜਿਹੜੇ ਨੇ ਹਰਮਿੰਦਰ ਗਿੱਲ ਵਰਗੇ ਕਹਿੰਦੇ ਨੇ ਮੱਥਾ ਟਿਕਾ ਕੇ ਤੁਹਾਨੂੰ ਲਿਆਵਾਂਗੇ ਹਰੀ ਕੇ ਉੱਥੇ ਫਿਰ ਮੱਛੀ ਮੁੱਛੀ ਵੀ ਖਿਲਾਇਆ ਕਰਾਂਗੇ ਤੇ ਜਾਂ ਫਿਰ BJP ਵਾਲੇ ਇੱਕ ਬੱਸ ਸਟੈਂਡ ਦਾ ਬਣਾ ਰਹੇ ਨੇ ਉੱਥੇ ਰੇਲਵੇ ਸਟੇਸ਼ਨ ਦਾ ਉਹਦੇ ਤੇ ਗੱਬੇ ਕਮਲ ਦਾ ਫੁੱਲ ਤੇ ਉਹ ਡਿਜ਼ਾਇਨ ਇਹੋ ਜਿਹਾ ਸੋ ਇਹ ਹੁਣ ਲੁਕੀਆਂ ਨਹੀਂ ਹੈ ਗੱਲਾਂ ਸਾਹਮਣੇ ਨੇ ਜਿਹੜਾ ਕੁਛ ਹੋ ਰਿਹਾ ਉਹ ਇਦੋਂ ਵੱਧ ਨਹੀਂ ਹੋ ਸਕਦਾ ਪਰ ਸਿੱਖ ਕੌਮ ਕੋਲ ਇੱਕ ਐਡਾ ਵੱਡਾ ਇਤਿਹਾਸ ਹੈ ਇਹ ਤਾਂ ਕੱਖ ਦੀ ਕਹਾਣੀ ਨਹੀਂ ਹੈ ਇਸ ਦਰਬਾਰ ਸਾਹਿਬ ਨੂੰ ਬਰੂਦ ਦੇ ਕੁੱਪੇ ਲਾ ਲਾ ਕੇ ਅੜਾਉਂਦੇ ਰਹੇ ਨੇ ਅਬਦਾਲੀ ਵਰਗੇ ਜਹੀਆ ਖਾਨ ਵਰਗੇ ਜਸਪਤ ਲਖਪਤ ਵਰਗੇ ਕੋਸ਼ਿਸ਼ ਕਰਦੇ ਰਹੇ ਨੇ ਮੱਸੇ ਰੰਗੜ ਵਰਗੇ ਕਰਦੇ ਰਹੇ ਤੇ ਇੰਦਰਾ ਵਰਗੇ ਕਰਦੇ ਰਹੇ ਔਰ ਚੱਲਦੇ ਰਹਿਣਾ ਇਹ ਟੋਡੀਆਂ ਨੇ ਆਪਣਾ ਕੰਮ ਕਰਦੇ ਰਹਿਣਾ ਕੌਮ ਦੇ ਸਿਪਾਹ ਸਲਾਰਾਂ ਨੇ ਆਪਣਾ ਕੰਮ ਕਰਦੇ ਰਹਿਣਾ ਇਹਨੂੰ ਕੋਈ ਗਲਤ ਕਹੇ ਕੋਈ ਚੰਗਾ ਕਹੇ ਪਰ ਇਹ ਕੋਈ ਉਸਦੀ ਹਦੂਦ ਦੇ ਵਿੱਚ ਜਿਹੜਾ ਭਗਤੀ ਤੇ ਸ਼ਕਤੀ ਦਾ ਸੁੰਮ ਹੈ ਉੱਥੇ ਭੰਗੜੇ ਵਾਲੀਆਂ ਕਹਾਣੀਆਂ ਨਹੀਂ ਹੈ ਨਚਾਰਾਂ ਵਾਲਾ ਕੰਮ ਨਹੀਂ ਹੈ ਕੌਮ ਦੇ ਮਰਦੇ ਮੁਜਾਹਦਾਂ ਦੀ ਜਗ੍ਹਾ ਜਿਹੜੇ ਉੱਥੇ ਬੈਠੇ ਰਹੇ ਨੇ ਜਿਹੜੇ ਉਸ ਅਜ਼ਮਤ ਦੀ ਉਹਦੇ ਸਤਿਕਾਰ ਦੇ ਲਈ ਜਾਨਾਂ ਵਾਰ ਗਏ ਭੰਗੜਿਆਂ ਦਾ ਉਹਦੇ 'ਚ ਕੰਮ ਨਹੀਂ ਕੋਈ ਹੈ ਇਹ ਗੱਲ ਸਹੀ ਉਹਨਾਂ ਨੇ ਕੀਤੀ ਨੌਜਵਾਨਾਂ ਜਿਹਨਾਂ ਨੇ ਕੀਤੀ ਔਰ ਜਦ ਜਦ
ਸਰਕਾਰਾਂ ਇਹੋ ਜਿਹਾ ਕੁਛ ਕਰਨ, ਫਿਰ ਲੋਕ ਆਪਣਾ ਕੰਮ ਆਪ ਨਿਬੇੜਦੇ। ਬੜੀ ਹੋਈ ਕਈ ਇੱਥੇ ਟੋਲਾ ਪੱਤਰਕਾਰਾਂ ਦਾ ਜਿਹੜਾ ਨਾਸਤਿਕ ਬਿਰਤੀ ਵਾਲਾ, ਉਹਨਾਂ ਨੂੰ ਬੜਾ, ਉਹਨਾਂ ਨੂੰ ਬਹੁਤ ਔਖੇ ਹੋਏ ਵੀ ਹਾਂ ਹਾਂ ਜੀ ਉਹ ਬੁੱਤ ਤੋੜਤੇ ਜੀ, ਉਹ ਆਹ ਹੋ ਗਿਆ ਜੀ, ਉਹ ਹੋ ਗਿਆ। ਬਹੁਤ ਵਾਰ ਸਿੱਖ ਪ੍ਰਚਾਰਕ ਅਤੇ ਸਿੱਖ ਸੋਚ ਅਤੇ ਲਿਖਣ ਵਾਲੇ ਕਹਿੰਦੇ ਨੇ ਵੀ ਤੁਸੀਂ ਆਪਣਾ ਨਾ ਕੰਨ ਵਾਲੀ ਪੈਨਸਿਲ ਟੰਗੀ ਹੋਈ ਜਿਹੜੀ ਉਹਨੂੰ ਲਾ ਕੇ ਲਿਖਿਆ ਲੁਖਿਆ ਕਰੋ, ਅਤੇ ਆਪਣਾ ਦਿਮਾਗ ਨੂੰ ਖੁਰਚ ਕੇ ਸਿੱਧਾ ਕਰਿਆ ਕਰੋ, ਅਤੇ ਆਪਣਾ ਹੱਥ ਨੇ ਪੈਗ ਸ਼ੈਗ ਲਾਇਆ ਕਰੋ। ਤੁਸੀਂ ਧਰਮ ਤੋਂ ਲੈਣਾ ਕੀ ਹੈ, ਜਾਂ ਤੁਹਾਡਾ ਮਤਲਬ ਇਹ ਹੈ ਨਹੀਂ ਇੱਧਰ, ਜਾਂ ਤੁਸੀਂ ਮੰਨਦੇ ਹੀ ਨਹੀਂ ਇਸ ਚੀਜ਼ ਨੂੰ, ਤੁਸੀਂ ਕਾਹਦੇ ਲਈ ਫਸਦੇ ਹੋ ਮੁੜ ਕੇ ਆ ਕੇ? ਮੱਥਾ ਟੇਕਣਾ ਨਹੀਂ, ਗੁਰਦੁਆਰੇ ਜਵਾਨੀ ਤੁਸੀਂ ਚੜ੍ਹਾਉਣੀ ਨਹੀਂ, ਧਰਮ ਦੀਆਂ ਤੁਸੀਂ ਗੱਲਾਂ ਕਰਨੀਆਂ ਨੇ। ਅਤੇ ਇਹ ਜਿਹੜੀ ਇੱਕ ਸੋਚ ਆ, ਜਿਹੜੀ ਅਸਲ ਇਹ ਸੋਚ ਪਹਿਲਾਂ ਭਾਰੂ ਰਹੀ ਇਹ ਸੋ ਕਾਲਡ ਇੰਟਲੈਕਚੁਅਲ ਪੰਜਾਬ ਦੇ ਉਸ ਸੰਘਰਸ਼ ਦੇ ਸਮੇਂ ਦੇ ਵਿੱਚ ਇਹਨਾਂ ਨੇ ਜਿਹੜੀਆਂ ਪਿੱਠਾਂ ਦਿਖਾਈਆਂ, ਇੱਥੇ ਆ ਕੇ ਬਹੁਤ ਆ ਗਰਮੀ 'ਚ ਉਤਰੇ ਹੋਣੇ, ਦਸ ਵੀ ਆਉਂਦੇ ਨੇ, ਇੱਕ ਤਾਂ ਹਰ ਸਾਲ ਇਹ ਕਈ ਆਉਂਦੇ ਨੇ, ਬੜੀਆਂ ਗੱਲਾਂ ਕੌਮ ਦੀਆਂ, ਧਰਮ ਦੀਆਂ, ਕਈ ਮਾਝੇ ਦੇ ਨੇ, ਉਹ ਬੜੀਆਂ ਸੋਹਣੀਆਂ ਗੱਲਾਂ ਸੁਣਾਉਂਦੇ ਨੇ, ਉਹ ਫਿਰ ਆਪਣੇ ਆਪ ਨੂੰ ਗਿਣਦੇ ਨੇ ਵੀ ਅਸੀਂ ਵੀ ਉਸ ਉੱਧਰਲੇ ਸਰਦਾਰ ਹਾਂ, ਪਰ ਚੁਟਕਲੇ ਜੇ ਕਿਤੇ ਤੁਸੀਂ ਰਿਕਾਰਡ ਕਰ ਲਵੇ ਕੋਈ, ਉਹ ਫਿਰ ਸੁਣਨ ਵਾਲੇ ਨੇ, ਕਿਤੇ ਕੌਫੀ 'ਤੇ ਕੋਈ ਪਿੱਛੇ ਲੁੱਕ ਕੇ ਬਹਿ ਜਾਵੇ, ਤੁਸੀਂ ਸੁਣਿਓ ਸਹੀ ਗੱਲਾਂ ਹੁੰਦੀਆਂ ਕੀ ਨੇ। ਸੋ ਇਹ ਜਿਹੜੀ ਇੱਕ ਵੱਡਾ ਇਹ ਵਿਸ਼ਾ ਰਿਹਾ ਕਿ ਇਹ ਗੱਲ ਹੋਈ ਕੀ ਔਰ ਕਿਉਂ ਹੋਵੇ। ਪ੍ਰਜਿਤਪਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਲਾਈਨ ਨੰਬਰ 2? ਪ੍ਰਜਿਤਪਾਲ ਸਿੰਘ ਜੀ, ਕਸ਼ਮੀਰ ਸਿੰਘ ਜੀ ਲਾਈਨ ਨੰਬਰ 4, ਤਾਂ ਕਸ਼ਮੀਰ ਸਿੰਘ ਜੀ ਹੈਲੋ। ਹਾਂਜੀ 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 ਜੀ, ਕੀ ਆਵਾਜ਼ ਨਹੀਂ ਸੁਣ ਰਹੀ ਤੁਹਾਨੂੰ? ਨਾ ਜੀ, ਮੈਨੂੰ ਸੁਣ ਰਹੇ ਆ, ਤੁਸੀਂ ਬੋਲੇ ਹੁਣ। ਅੱਛਾ ਨਹੀਂ, ਮੈਂ ਤਾਂ ਪਹਿਲਾਂ ਫਤਿਹ ਬੁਲਾ ਚੁੱਕਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਹੁਣੇ ਸੁਣੇ ਅੰਮ੍ਰਿਤਸਰ ਸਾਹਿਬ ਜੀ ਦਾ ਦੱਸਿਆ ਵੀ ਉੱਥੇ ਕੀ ਕੁਛ ਹੋਇਆ ਮੁਗਲਾਂ ਦੇ ਟਾਈਮ ਚ। ਦੇਖੋ, ਸਾਡੇ ਕੋਲ ਉੱਥੇ ਬੂੰਗੇ ਸੀਗੇ ਬਹੁਤ ਸਾਰੇ, ਜਿਹਨਾਂ ਚੋਂ ਇੱਕੋ ਹੀ ਹੁਣ ਰਾਮਗੜੀਆ ਬੂੰਗਾ ਬਚਿਆ, ਬਾਕੀ ਸਾਰੇ ਦੇ ਸਾਰੇ ਢਾਹ ਢੇਰੀ ਕਰਕੇ ਉੱਥੇ ਹੋਰ ਕੁਛ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਸਰਕਾਰਾਂ ਆਈਆਂ, ਅੰਗਰੇਜ਼ ਸਰਕਾਰ ਨੇ ਆ ਕੇ ਉਹ ਸਾਰੇ ਬੂੰਗੇ ਢਾਏ ਆ। ਉੱਥੇ ਉਹਨਾਂ ਨੇ ਸਭ ਤੋਂ ਵੱਡਾ ਆਪਣਾ ਚਰਚ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਟਾਈਮ ਦੇ ਵਿੱਚ, ਉਹ ਚਰਚ ਬਣਾ ਕੇ ਉਹਨੇ ਖੜਾ ਕਰ ਦਿੱਤਾ, ਘੰਟਾ ਘਰ ਬਣਾ ਦਿੱਤਾ, ਕਿ ਇਹ ਨਿਸ਼ਾਨੀਆਂ ਮਿਟਾ ਦਿੱਤੀਆਂ ਜਾਣ ਜਿਹੜੀਆਂ ਕਿ ਕੌਮਾਂ ਦੇ ਬਹਾਦਰਾਂ ਦੀਆਂ ਹੈਗੀਆਂ। ਪਰ ਸਾਡੀ ਆਪਣੀ ਕੌਮ ਜਿਹੜੀ ਹੈਗੀ ਆ, ਉਹ ਸਾਨੂੰ ਨਚਾਰਾਂ ਦੀ ਕੌਮ ਬਣਾ ਕੇ ਖੜਾ ਕਰਨਾ ਚਾਹੁੰਦੀ ਆ। ਸਾਡੇ ਆਪਣੇ ਜਿਹੜੇ ਲੀਡਰ ਹੈਗੇ ਆ, ਉਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਹੀ ਚੀਜ਼ ਭਰ ਗਈ ਆ, ਇਹਨਾਂ ਲੋਕਾਂ ਨੂੰ ਕਬੱਡੀ ਮਗਰ ਲਾ ਦਿਓ, ਇਹਨਾਂ ਲੋਕਾਂ ਨੂੰ ਨਚਾਰਾ ਮਗਰ ਬਰਸਾ ਦਿਓ, ਇਹ ਇਸੇ ਜੋਗੇ ਹੀ ਰਹਿ ਜਾਣ। ਜੋ ਬਹਾਦਰੀ, ਜੋ ਇਹਨਾਂ ਦੇ ਵਿੱਚ ਜਜ਼ਬੇ ਸੀ, ਉਹਨਾਂ ਨੂੰ ਖਤਮ ਕਰ ਦਿਓ। ਹੁਣ ਤੁਸੀਂ ਇੱਕ ਹੋਰ ਵਿੱਚ ਭਾਈ ਸਾਹਿਬ ਪਿੱਛੇ ਗੱਲ ਕਰਕੇ ਹਟੇ ਆ ਵੀ ਜਿਹੜੇ ਆਹ ਮਨੀ ਲਾਂਡਰਿੰਗ ਦੀ। ਦੇਖੋ, ਜਿਹੜਾ ਆਪਣਾ ਇਟਲੀ ਤੇ ਫਰਾਂਸ ਨੇ ਅਟੈਕ ਕੀਤਾ ਲੀਬੀਆ ਤੇ, ਉਹਦਾ ਕਾਰਨ ਇਹ ਸੀ ਕਿ ਲੀਬੀਆ ਦਾ ਕਰਨਲ ਗਡਾਫੀ ਕਹਿੰਦਾ ਸੀ ਕਿ ਮੈਂ ਜੇ ਤੁਹਾਡੇ ਨਾਲ ਟ੍ਰੇਡ ਕਰਨਾ ਬਾਹਰਲੇ ਲੋਕਾਂ ਨਾਲ, ਮੈਂ ਆਪਣੇ ਦਿਨਾਰ ਦੇ ਵਿੱਚ ਕਰਨਾ, ਮੇਰੀ ਆਪਣੀ ਕਰੰਸੀ ਦੇ ਵਿੱਚ ਮੈਂ ਕਰਨਾ, ਮੈਂ ਡਾਲਰ 'ਚ ਨਹੀਂ ਕਰਨਾ। ਤਾਂ ਜਿਹੜਾ ਅਮੈਰੀਕਨ ਬਿਜ਼ਨਸਮੈਨ ਡਾਲਰ ਦੀ ਜਿਹੜਾ ਪੂੰਜੀ ਲਈ ਬੈਠਾ ਹੈਗਾ ਆ, ਉਹਨੂੰ ਇਹ ਪਾਇਆ ਨਹੀਂ। ਉਹਦਾ ਡਾਲਰ ਜੇ ਖਤਮ ਹੁੰਦਾ ਸੀ, ਕਿਉਂਕਿ ਅਮੈਰੀਕਨ ਕਰੰਸੀ ਜਿਹੜੀ ਹੈਗੀ ਆ, ਇਹ ਗਵਰਨਮੈਂਟ ਕਰੰਸੀ ਨਹੀਂ, ਇੱਕ ਬਿਜ਼ਨਸਮੈਨ ਦੀ ਕਰੰਸੀ ਹੈਗੀ ਆ, ਤਾਂ ਹੀ ਕਰਕੇ ਉਹ ਦੂਸਰੇ ਦੇਸ਼ਾਂ ਵਿੱਚ ਉਸ ਨੂੰ ਵਰਤਣ ਦੀ ਇਜਾਜ਼ਤ ਦੇ ਸਕਦਾ ਆ। ਹੁਣ ਜਿਹੜਾ ਇਹ ਕਰਨ ਗਡਾਫੀ ਦਾ ਖਤਮ ਹੋਣਾ, ਉਹ ਸਾਰਾ ਕੁਛ ਹੀ ਇਹਨਾਂ ਲੋਕਾਂ ਨੇ ਕਰਾਇਆ ਜੋ ਕੁਛ ਹੋਇਆ, ਜਿੱਥੇ ਕਿ ਇੰਨੇ ਮਿਲੀਅਨ ਲੋਕੀ ਬਾਹਰੋਂ ਆ ਕੇ ਕੰਮ ਕਰਦੇ ਸੀ, ਅੱਜ ਉੱਥੋਂ ਦੇ ਲੋਕਾਂ ਨੂੰ ਖੁਦ ਨੂੰ ਰੋਟੀ ਖਾਣ ਲਈ ਰੁਜ਼ਗਾਰ ਹੈ ਨੀਗਾ, ਇਸੇ ਵਾਸਤੇ ਉੱਥੇ ਹੁਣ ਅਫੜਾ ਤਫੜੀ ਮੱਚੀ ਹੈ। ਦੇਖੋ, ਸਾਡੇ ਇੱਥੇ ਭਾਰਤ ਤੋਂ ਜਿਹੜੇ ਲੋਕ ਆ ਕੇ ਵਸੇ ਹੋਏ ਆ, ਅਸੀਂ ਮਿਹਨਤ ਕਸ਼ ਕੇ ਸਵੇਰ ਤੋਂ ਜਾ ਕੇ $8 ਤੇ, $12 ਤੇ, ਜਾਂ ਜਿੰਨੇ ਦੇ ਵੀ ਕਰਦੇ ਰਹੇ, ਮਿਹਨਤਾਂ ਕਰਕੇ ਖਾਂਦੇ ਰਹੇ ਆ। ਪਰ ਤੁਹਾਡੇ ਇੱਥੇ ਆਪਣੇ ਸਾਡੇ ਨੋਜ਼ ਦੇ ਥੱਲੇ ਇੱਥੇ ਵੀ ਬਿਜ਼ਨਸਮੈਨ ਇੱਕ ਐਸੇ ਹੈਗੇ ਆ ਜਿਹੜੇ ਕਿ ਜਿਨ੍ਹਾਂ ਨੇ ਆ ਕੇ ਉੱਥੋਂ ਚਿੱਟੇ ਕੱਪੜਿਆਂ ਤੋਂ ਬਗੈਰ ਕੁਛ ਪਾਇਆ ਨਹੀਂ, ਉਹਨਾਂ ਨੇ ਛੋਟੇ ਛੋਟੇ ਬਿਜ਼ਨਸ ਖੋਲ੍ਹੇ, ਅੱਜ ਉਹ ਮਿਲੀਅਨਸ ਡਾਲਰ ਦੇ ਡਿਵੈਲਪਮੈਂਟ ਕਰ ਰਹੇ ਹੈਗੇ ਆ। ਉਹਨਾਂ ਦੇ ਕੋਲ ਇਹ ਪੈਸਾ ਕਿੱਥੋਂ ਆਇਆ, ਕਿੱਦਾਂ ਆਇਆ, ਇਹ ਜਿਹੜੀ ਮਨੀ ਲਾਂਡਰਿੰਗ, ਉੱਥੋਂ ਦੇ ਮਿਨਿਸਟਰ ਹੈਗੇ ਆ, ਉਹ ਉੱਥੇ ਪੈਸੇ
ਦੇ ਕੇ ਇਹਨਾਂ ਕੋਲ ਡਾਲਰ ਇੱਥੇ ਲੈ ਕੇ ਇਹਨਾਂ ਨੂੰ ਦੇ ਕੇ ਉਹ ਜੋ ਕਰ ਰਹੇ ਹੈਗੇ ਆ ਇਹ ਵੀ ਇਹ ਤੇ ਵੀ ਝਾਤੀ ਮਾਰਨ ਦੀ ਜ਼ਰੂਰਤ ਹੈਗੀ ਆ ਕਿਉਂਕਿ ਇਹ ਲੋਕ ਬਹੁਤ ਛਾਤਰ ਹੈਗੇ ਆ ਅਸੀਂ ਇੰਨੀ ਮਿਹਨਤ ਕਰਕੇ ਇੱਕ ਕੁੱਲੀ ਜੀ ਬਣਾ ਸਕੇ ਆ ਤੇ ਇਹ ਲੋਕ ਜਿਹੜੇ ਆ ਕੱਖ ਨਾ ਕਰਕੇ ਵੀ ਅੱਜ ਮਿਲੀਅਨਸ ਬਿਲੀਅਨਸ ਡਾਲਰ ਦੇ ਵਿੱਚ ਆਪਣੇ ਬਿਜ਼ਨਸ ਜਾਰੇ ਆਪਣੇ ਕਾਇਮ ਕਰ ਰਹੇ ਹੈਗੇ ਆ ਡਿਵੈਲਪਮੈਂਟ ਕਰ ਰਹੇ ਆ ਇਹਨਾਂ ਤੇ ਵੀ ਝਾਤੀ ਰੱਖਣ ਦੀ ਜ਼ਰੂਰਤ ਆ ਹਰਜੀਤ ਸਿੰਘ ਜੀ ਆਪਣਾ ਤੁਹਾਡਾ ਵਕਤ ਦੇਣ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਫਤਿਹ ਕੁਲਦੀਪ ਸਿੰਘ ਸੇਖੋਂ ਜੀ ਲਾਈਨ ਨੰਬਰ 5 ਸਤਿ ਸ੍ਰੀ ਅਕਾਲ ਭਾਈ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਨਵੀਂ ਹੋਰ ਖਬਰ ਸੁਣੀ ਹੈ ਡਾਲਰ ਟਰੰਪ ਨੇ ਚਾਈਨਾ ਦੇ ਨਾਲ ਤਾਂ ਟ੍ਰੀਟੀ ਕਰ ਲਈ ਕਨੋਲਾ ਆਇਲ ਬੀਫ ਪੋਰਕ ਸੋਇਆਬੀਨ ਤੇ ਕੈਨੇਡਾ ਨੂੰ ਪਸਾ ਕੇ ਉਹ ਚੀਨਾ ਨੂੰ ਅਸੀਂ ਉਹਨੂੰ ਇੱਥੇ ਪਸਾ ਕੇ ਚਾਈਨਾ ਦੇ ਨਾਲ ਸਾਡੇ ਸਵਾਦ ਪਕੜਾ ਤੇ ਤੇ ਆਪ ਚਲਾਕੀ ਮਾਰ ਕੇ ਕੀ ਕਰ ਗਿਆ ਤੇ ਦੂਜਾ ਹੈਗਾ ਜਿਹੜਾ ਇੰਡੀਆ ਬਾਰੇ ਗੱਲ ਆ ਦੇਖੋ ਜਨਰਲ ਸੁਖਬੀਰ ਸਿੰਘ ਨਾਲ ਕੀ ਹੋਇਆ ਸੀ ਉਹਨੂੰ ਵਰਤਿਆ ਵਰਤ ਕੇ ਪਾਕਿਸਤਾਨ ਦੇ ਟੋਟੇ ਹੋਏ ਜਦੋਂ ਮੁੜ ਕੇ ਉਹਦੇ ਤੇ ਇਲਜ਼ਾਮ ਲਾ ਕੇ ਉਹਨੂੰ ਵਿਚਾਰੇ ਨੂੰ ਹਰਾਸਤ ਕੀਤਾ ਗਿਆ ਆਹ ਇਸੇ ਤਰ੍ਹਾਂ ਜਿਹੜਾ ਹੁਣ ਜੰਮੂ ਕਸ਼ਮੀਰ ਦਾ ਐਸ ਐਸ ਪੀ ਆ ਉਹਨੂੰ ਪਹਿਲਾਂ ਉਹਦਾ ਸ਼ੇਰ ਦਾ ਖਿਤਾਬ ਦਿੱਤਾ ਉਹਨੂੰ ਵਰਤਿਆ ਹੁਣ ਉਹਦਾ ਆਪਣੀ ਦੁਨੀਆਂ ਦੇ ਵਿੱਚ ਜਿਹੜਾ ਚਿਹਰਾ ਸਿੱਖ ਸਿੱਖ ਚਿਹਰਾ ਮੋਹਰਾ ਉਹਨੂੰ ਬਦਨਾਮ ਕਰਤਾ ਤੇ ਇਹ ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਇਹ ਸਾਰੇ ਕੋਈ ਇਕੱਲੇ ਇੰਡੀਆ ਚ ਨੀ ਕੈਨੇਡਾ ਅਮਰੀਕਾ ਦੇ ਵੀ ਜਿਹੜੇ ਇਹ ਅਮੀਰ ਲੋਕ ਆ ਧਰਾੜ ਲੋਕ ਆ ਇਹ ਮਨੁੱਖੀ ਚਾਨਾ ਦਾ ਵੀ ਦੇਖਦੇ ਗਏ ਕੀ ਹੋਇਆ ਕੀ ਨਹੀਂ ਹੁਣ ਇਹਨਾਂ ਨੇ ਆਪਦੇ ਮਫਾਦਾਂ ਦੀ ਖਾਤਰ ਲਿਬੀਆ ਕੀ ਇਰਾਕ ਕੀ ਸੀਰੀਆ ਕੀ ਇਰਾਨ ਨੂੰ ਵੀ ਦਵਾਈ ਬੈਠੇ ਆ ਨੌਰਥ ਕੋਰੀਆ ਨੂੰ ਵੀ ਇਹ ਆਪਦੇ ਮਫਾਦਾਂ ਦੀ ਆਪਤੀ ਕਰਦੇ ਆ ਇਹ ਕਿਸੇ ਦਾ ਕੋਈ ਭਲਾ ਭੋਲਾ ਨੀ ਸੋਚਦੇ ਜੇ ਹੁਣ ਕਹੀਏ ਵੀ ਜਿਹੜੀ ਇਹ ਆਪਣੀ ਕੈਨੇਡਾ ਨੂੰ ਲੋਲੀਪੋਪ ਦਿੱਤਾ ਵੀ ਤੁਹਾਡੇ ਤੁਹਾਡਾ ਵੀ ਅਸੀਂ ਪਾਸ ਕਰਤਾ ਤੇ ਉਹ ਇਹਨਾਂ ਦਾ ਆਪਦਾ ਮਫਾਦ ਹੀ ਆ ਆਪਣਾ ਨੂੰ ਕੋਈ ਫਾਇਦਾ ਨੀ ਹੋਣਾ ਧੰਨਵਾਦ ਜੀ ਧੰਨਵਾਦ ਜੀ ਦੋ ਅਲੱਗ ਅਲੱਗ ਰੋਲ ਨੇ ਜੀ ਗੁਰਦੀਪ ਰੈਣੇ ਦੇ ਨਾਲ ਜਨਰਲ ਸ਼ਵੇਗ ਸਿੰਘ ਦੇ ਰੋਲ ਨੂੰ ਨੀ ਮਿਲਾਇਆ ਜਾ ਰਿਹਾ ਉਹ ਦੇਸ਼ ਦੇ ਲਈ ਕੰਮ ਕਰਨ ਗਿਆ ਤੇ ਦੇਸ਼ ਨੇ ਉਹਦੀ ਡਿਊਟੀ ਬੰਗਲਾਦੇਸ਼ ਚ ਲਾਈ ਉਹਨੇ ਉਹ ਕੰਮ ਕੀਤਾ ਯੈਸ ਉਹਦੇ ਸਿੱਖ ਚਿਹਰਾ ਬਾਹਰ ਨਾ ਵਧੀਆ ਆ ਜਾਵੇ ਉਹਦੇ ਲਈ ਜਿਹੜਾ ਉਹ ਉਹਨੂੰ ਬਦਨਾਮ ਕੀਤਾ ਗਿਆ ਉਹਦੇ ਤੇ ਮਾੜੇ ਚਾਰਜਸ ਲਾਏ ਗਏ ਪਰ ਉਸਨੇ ਫਿਰ ਆਪਣੇ ਤੌਰ ਤੇ ਦੱਸ ਦਿੱਤਾ ਫਿਰ ਜੇ ਇਉਂ ਨਹੀਂ ਤਾਂ ਵੀ ਇਉਂ ਵੀ ਹੋ ਸਕਦਾ ਫਿਰ ਉਹਨੇ ਮਹਿਤਾਜ ਸਿੰਘ ਭੰਗੂ ਮੀਰਕੋਟੀਆ ਦੀ ਆਪਣੀ ਸਲਤਨਤ ਦੇ ਵਿੱਚੋਂ ਉਸ ਬਲੱਡ ਲਾਈਨ ਦੇ ਵਿੱਚੋਂ ਉਸਨੇ ਦੱਸ ਦਿੱਤਾ ਇੱਕ DSP ਅੱਤਵਾਦੀਆਂ ਨੂੰ ਢੋ ਰਿਹਾ ਉਸ ਦੀ ਵਰਦੀ 'ਚ ਸ਼ਵੇਗ ਸਿੰਘ ਨੇ ਕੰਮ ਗਵਰਨਮੈਂਟ ਲਈ ਕੀਤਾ ਜਿਹੜਾ ਕੁਛ ਉਸ ਸਮੇਂ ਦੀ ਮਿਲਟਰੀ ਨੇ ਉਹਨੂੰ ਜਿਹੜਾ ਅਸਾਈਨ ਕੀਤਾ ਦੋ ਅਲੱਗ ਅਲੱਗ ਗੱਲਾਂ ਨੇ ਜਨਰਲ ਸਾਹਿਬ ਨੇ ਗਦਾਰੀ ਨਹੀਂ ਦੇਸ਼ ਨਾਲ ਕੀਤੀ ਉਹਨੇ ਅਖੀਰ ਆ ਕੇ ਉਸ ਜਗ੍ਹਾ 'ਤੇ ਉਹ ਖੜਾ ਹੋਇਆ ਜਦ ਉਸਨੂੰ ਉੱਥੇ ਖੜਾ ਦਿੱਤਾ ਜਦ ਉਹਦੀ ਬੇਹਰਮਤੀ ਬੇਇੱਜ਼ਤੀ ਕੀਤੀ ਫੇਰ ਆਇਆ ਵਪਾਰਕ ਸੰਦੇਸ਼ਾਂ ਤੋਂ ਬਾਅਦ ਸਿੱਖ ਇਤਿਹਾਸ ਦਾ ਸਮਾਂ ਹੋ ਗਿਆ ਜੀ ਉਹ ਸੁਣਾਉਂਦਾ ਤੇ ਫਿਰ ਹੋਰ ਗੱਲਾਂ ਹੋਰ ਕਾਲ ਤੁਹਾਡੀਆਂ ਲਊਂਗਾ ਕੱਲ ਬੁੱਢਾ ਦਲ ਤੇ ਤਰਨਾ ਦਲ ਜਦ ਦਲ ਬਣ ਗਏ ਉਸ ਤੋਂ ਬਾਅਦ ਜਥੇ ਬਣ ਗਏ ਬੁੱਢਾ ਦਲ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿ ਗਿਆ ਤੇ ਤਰਨਾ ਦਲ ਹਾਂਸੀ ਹਿਸਾਰ ਨੂੰ ਚੜ ਗਿਆ ਤੇ ਕਾਰਨ ਕੀ ਸੀ ਕਿ ਮਾਝੇ ਦਾ ਇਲਾਕਾ ਸਦਾ ਸੁਰੱਖਿਅਤ ਨਹੀਂ ਸੀ ਜ਼ਕਰੀਆ ਬੈਠਾ ਲਾਹੌਰ ਦੇ ਵਿੱਚ ਗਸ਼ਤੀ ਫੌਜਾਂ ਭੇਜਦਾ ਚੌਧਰੀ ਪਿੱਛੇ ਪਏ ਹੋਏ ਤਾਂ ਬੁੱਢਾ ਦਲ ਦੇ ਖਰਚੇ ਨਾ ਜਦ ਪੂਰੇ ਹੋਏ ਉਹ ਵੀ ਪਿੰਡਾਂ 'ਚ ਨੂੰ ਖਿੱਲ ਪਏ ਵੀ ਕਿਤੇ ਨਾ ਕਿਤੇ ਖਰਚਾ ਕੋਈ ਦਿੰਦਾ ਮਾਮਲਾ ਵੀ ਅਗਰਾਉਂਦੇ ਨੰਬਰਦਾਰਾਂ ਦੇ ਪਿੱਛੇ ਪੈ ਗਏ ਅਤੇ ਚੌਧਰੀਆਂ ਨੂੰ ਖਾਸ ਤੌਰ 'ਤੇ ਵੀ ਲਿਆਓ ਵੇ ਦੋ ਲੰਗਰਾਂ ਦੇ ਰਸਤਾ ਸੂਬਾ ਲਾਹੌਰ ਦੇ ਦੀਵਾਨ ਲਖਪਤ ਰਾਏ ਨੇ ਮੁਖਲਸ ਖਾਂ ਦੇ ਆਪਣੇ ਭਤੀਜੇ ਨਾਲ 10,000 ਗਸ਼ਤੀ ਫੌਜ ਇਲਾਕੇ ਵਿੱਚ ਭੇਜੀ ਉਹ ਜਿੱਥੇ ਵੀ ਕੋਈ ਸਿੱਖ ਮਿਲਦਾ ਉਹਨੂੰ ਕਤਲ ਕਰਦੇ ਨਵਾਬ ਕਪੂਰ ਸਿੰਘ ਹੋਣੀ ਬਰਨਾਲੇ ਜਾ ਉਤਰੇ ਪਟਿਆਲੇ ਰਾਜ ਦੇ ਬਾਨੀ ਆਲਾ ਸਿੰਘ ਦੀ ਉਹ ਰਾਜਧਾਨੀ ਸੀ ਬਰਨਾਲਾ ਆਲਾ ਸਿੰਘ ਨੇ ਆਪਣੇ ਘਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਇਆ ਇਕੱਠੇ ਹੋਏ ਸਿੰਘਾਂ ਨੂੰ ਲੰਗਰ ਛਕਾਇਆ ਹਰ ਇੱਕ ਨੂੰ ਖੇਸ ਅਤੇ ਲੂੰਗੀਆਂ ਅਤੇ ਬਸਤਰ ਭੇਟ ਕੀਤੇ ਆਲਾ ਸਿੰਘ ਨੇ ਉਸ ਸਮੇਂ ਨਵਾਬ ਕਪੂਰ ਸਿੰਘ ਉਹਨਾਂ ਤੋਂ ਅੰਮ੍ਰਿਤ ਛਕਿਆ ਆਲਾ ਸਿੰਘ ਦਾ ਸਤਿਕਾਰ ਵੱਧ ਗਿਆ ਉਸ ਸਮੇਂ ਉੱਥੋਂ ਇਹ ਦਲ ਜਿਹੜਾ ਕਿ ਅੰਮ੍ਰਿਤਸਰੋਂ ਬੁੱਢੇ ਦਲ ਦੇ ਰਾਹੀਂ ਨਵਾਬ ਕਪੂਰ ਸਿੰਘ ਹੁਣੀ ਗਏ ਸੀ ਜਦ ਇਸ ਏਰੀਏ ਦੇ ਵਿੱਚ ਮੁਖਲਸ ਖਾਨ ਚੜ੍ਹਿਆ ਆ ਇੱਥੋਂ ਗੇੜਾ ਕੱਢ ਕੇ ਮਲੇਰਕੋਟਲੇ ਦੇ ਵਿੱਚ ਉੱਤਰ ਗਏ ਜਾ ਕੇ ਅਤੇ ਉਹਦੇ ਬਾਅਦ ਸਰਹੰਦ ਪਹੁੰਚ ਗਏ ਅਤੇ ਉਹਦੇ ਬਾਅਦ ਸਤਲੁਜ ਟੱਪ ਕੇ ਜਲੰਧਰ 'ਚ ਆ ਗਏ
ਰੋਪ ਪੈ ਗਿਆ ਏਰੀਆ ਜਿਹੜਾ ਕਵਰ ਕਰ ਲਿਆ, ਕਿਉਂਕਿ ਸਰਹੰਦ ਦੀ ਅਲੱਗ ਇੱਕ ਸਰਕਾਰ ਸੀ। ਸਰਹੰਦ ਤਾਂ ਬਹੁਤ ਜ਼ੋਰ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਦ ਉਜਾੜੀ, ਜਦ ਉਜੜੀ, ਨਹੀਂ ਤਾਂ ਸਰਹੰਦ ਦਾ ਬੜਾ ਲੰਮਾ ਗਾਂ ਜਾ ਕੇ ਸਰਹੰਦ ਦੇ ਕੋਲ ਹੀ ਅਹਿਮਦ ਸ਼ਾਹ ਅਬਦਾਲੀ ਦੀ ਅਤੇ ਕੁਤਬਦੀਨ ਦੀ ਜਿਹੜੀ ਜਿਹੜਾ ਜਕਰੀਏ ਦਾ ਸਾਲਾ ਸੀ ਅਤੇ ਜਈਏ ਦਾ ਮਾਮਾ ਸੀ, ਉਹਦੇ ਨਾਲ ਲੜਾਈ ਹੁੰਦੀ ਆ। ਮਾਨੂਪੁਰ ਦੇ ਏਰੀਏ 'ਚ ਲੜਾਈ ਕਹਿੰਦੇ ਨੇ ਸਰਹੰਦ ਤੋਂ ਉਰੇ ਖੰਨੇ ਅਤੇ ਜਿਹੜੀ ਸਰਹੰਦ ਦੇ ਸੰਨ 'ਚ ਹੈ ਅਤੇ ਕੁਤਬਦੀਨ ਆਸ਼ਿਦ ਦੀ, ਮੀਰ ਆਸ਼ਿਦ ਦੀ ਉੱਥੇ ਹੀ ਕਹਿੰਦੇ ਕਬਰ ਬਣੀ ਹੋਈ ਹੈ ਮਾਨੂਪੁਰ ਪਿੰਡ 'ਚ। ਅਤੇ ਮਾਝੇ ਦੇ ਵਿੱਚ ਦੁਆਬੇ ਦੇ ਵਿੱਚ ਬੁੱਢਾ ਦਲ ਅਤੇ ਤਰਨਾ ਦਲ ਫਿਰ ਇਕੱਠੇ ਹੋਏ, ਕਹਿੰਦੇ ਵੀ ਦੀਪਮਾਲਾ ਇਸ ਵਾਰ ਕਰਨੀ ਹੈ ਗੋਇੰਦਵਾਲ ਨੂੰ। ਚਲੋ ਗੋਇੰਦਵਾਲ ਬਿਆਸ ਦਰਿਆ ਟੱਪ ਕੇ ਅਤੇ ਉੱਥੇ ਪਹਿਲਾ ਮੇਲਾ ਬੌਲੀ ਸਾਹਿਬ ਕੀਤਾ ਅਤੇ ਸਿੱਖ ਉੱਥੇ ਇਕੱਠੇ ਹੋ ਗਏ। ਉਦੋਂ ਅਗਲੇ ਜਿਹੜਾ ਮੇਲਾ ਖਡੂਰ ਸਾਹਿਬ ਕੀਤਾ, ਇੱਥੋਂ ਵਿਹਲੇ ਹੋ ਕੇ ਤਰਨ ਤਰਨ ਸਾਹਿਬ ਆ ਗਏ। ਤਰਨਾ ਦਲ ਇੱਥੇ ਰਿਹਾ, ਬੁੱਢਾ ਦਲ ਬਾਸਰ ਕੀ ਬੀੜ, ਬਾਬਾ ਬੁੱਢੇ ਸਾਹਿਬ ਦੀ ਬੀੜ ਉੱਥੇ ਉੱਤਰ ਗਏ। ਜ਼ਖਰੀਏ ਨੂੰ ਪਤਾ ਲੱਗ ਗਿਆ 7,000 ਫੌਜ ਦਬਾਨ ਲਖਪਤ ਰਾਏ, ਹੈਬਤ ਖਾਂ, ਸਲਾਬਤ ਖਾਂ, ਕੁਤਬਦੀਨ ਜਰਨੈਲਾਂ ਨੇ ਬਾਸਰ ਕੀ ਬੁੱਢੇ ਦਲ 'ਤੇ ਹਮਲਾ ਕਰ ਦਿੱਤਾ। ਬਹੁਤ ਤਕੜੀ ਲੜਾਈ ਹੋਈ। ਇਹ ਲੜਾਈ ਆ ਜਿਹੜੀ ਇਹ 1736 ਨੂੰ ਹੋਈ ਦੱਸੀ ਜਾਂਦੀ ਹੈ। ਇੱਥੋਂ ਜਿਹੜਾ ਕੁਤਬਦੀਨ ਸਵੰਦ ਖਾਂ ਦਾ ਜਵਾਈ ਅਤੇ ਸਲਾਬਤ ਖਾਂ ਮਾਰੇ ਗਏ, ਜਦ ਮਰੇ ਤਾਂ ਫੌਜ ਭੱਜ ਲਈ। ਇੱਥੋਂ ਖੇਮਕਰਨ ਨੂੰ ਸਿੰਘ ਜਾਂਦੇ ਆ, ਸ਼ਾਹੀ ਫੌਜ ਵੀ ਪਿੱਛੇ ਹੋ ਗਈ। ਖੇਮਕਰਨ ਕੋਲ ਤਰਨਾ ਦਲ ਆ ਕੇ ਬੁੱਢਾ ਦਲ ਨੂੰ ਮਿਲ ਗਿਆ। ਦੋਵੇਂ ਦਲ ਇਕੱਠੇ ਹੋ ਕੇ ਚੂਣੀਆਂ ਦੇ ਇਲਾਕੇ ਚਲੇ ਗਏ, ਪਿੱਛੇ ਸ਼ਾਹੀ ਫੌਜ ਆ। ਅਤੇ ਹੁਜਰਾ ਸ਼ਾਹ ਮਕੀਮ ਦੇ ਕੋਲ ਦੋਨੇ ਦਲਾਂ ਦਾ ਟਾਕਰਾ ਹੋਇਆ। ਫਿਰ ਸਿੱਖਾਂ ਦੇ ਦਿਲ ਵਿੱਚ ਬਾਸਰਕੀ ਦੀ ਬੀੜ 'ਚ ਬੈਠੇ ਬਜ਼ੁਰਗ ਬੁੱਢੇ ਦਲ 'ਤੇ ਹੋਏ ਹਮਲੇ ਦਾ ਦੁੱਖ ਬਹੁਤ ਸੀ। ਇੰਨੀ ਬਹਾਦਰੀ ਨਾਲ ਲੜੇ ਅਤੇ ਹਜ਼ਾਰਾਂ ਹੀ ਸਿਪਾਹੀ, ਜਮਾਲ ਖਾਂ, ਤਤਾਰ ਖਾਂ, ਦੁਨੀ ਚੰਦ, ਲਖਪਤ ਰਾਏ ਦਾ ਭਤੀਜਾ ਅਤੇ ਜਰਨੈਲ ਮਰਵਾ ਕੇ ਲਾਹੌਰ ਨੂੰ ਫਿਰ ਜਿਹੜੀ ਫੌਜ ਭੱਜ ਗਈ। ਪੂਰਾ ਫਤਿਹ ਇਹਦੇ ਵਿੱਚ ਹੋਇਆ, ਪੰਥ ਪ੍ਰਕਾਸ਼ 'ਚ ਲਿਖਿਆ ਗਿਆ। ਅਤੇ ਜਿਹੜਾ ਵੀ ਸੌਦਾ ਮਾਲ ਪੱਤਾ ਹੱਥ 'ਚ ਆਇਆ, ਫੌਜ ਦਾ ਘੇਰ ਲਿਆ। ਇੱਥੋਂ ਫਿਰ ਸਿੰਘ ਅੰਮ੍ਰਿਤਸਰ ਨੂੰ ਆਏ ਦੁਬਾਰਾ, ਅਤੇ ਕਲਾਨਾਰ, ਗੁਰਦਾਸਪੁਰ, ਪਠਾਨਕੋਟ ਦਾ ਗੇੜਾ ਕੀਤਾ। ਦਰਿਆ ਰਾਵੀ ਟੱਪ ਕੇ ਸਿੰਘ ਪਸਰੂਰ, ਸਿਆਲਕੋਟ, ਵਜ਼ੀਰਾਬਾਦ ਦੇ ਇਲਾਕੇ ਦੇ ਵਿੱਚ ਲਾਹੌਰ ਨੂੰ ਛੱਡਿਆ। ਆਲੇ ਦੁਆਲੇ ਜਾਂ ਦੋਨੇ ਦਲ ਇਕੱਠੇ ਹੋ ਗਏ। ਫਿਰ ਜਿੱਧਰ ਨੂੰ ਜਾਂਦੇ, ਕਿਉਂਕਿ ਵਹੀਰ ਸੀ, ਕੱਟ ਸੀ, ਖਰਚਾ ਚਾਹੀਦਾ ਸੀ, ਘੋੜੇ, ਬਸਤਰ, ਸ਼ਸਤਰ ਅਤੇ ਰਸਦਾਂ। ਜ਼ਕਰੀਆ ਨੇ ਫਿਰ ਇੰਨਾ ਦੇਖਿਆ, ਉਹ ਕਹਿੰਦਾ ਸਿਰਾਂ ਦੇ ਮੁੱਲ ਪਾਤੇ, ਵੱਢ ਤੇ ਟੁੱਕ ਤੇ ਹੈ ਕੀ। ਕਾਜੀ ਕਹਿੰਦੇ ਇਹਨਾਂ ਦਾ ਗੁਰੂ ਅੰਮ੍ਰਿਤਸਰ ਦੇ ਤਲਾਬ ਵਿੱਚ ਆਬੇ ਹਯਾਤ ਪਾ ਗਿਆ, ਉੱਥੋਂ ਇਸ਼ਨਾਨ ਕਰਕੇ ਆਬੇ ਹਯਾਤ ਪੀ ਕੇ ਅਮਰ ਹੋ ਜਾਂਦੇ, ਸਿੰਘਾਂ ਦਾ ਅੰਮ੍ਰਿਤਸਰ ਜਾਣਾ ਬੰਦ ਕਰੀਏ ਤਾਂ ਮੁੱਕਣ। ਇਸ 'ਤੇ ਖਾਨ ਬਹਾਦਰ ਨੇ ਕਾਜ਼ੀ ਅਬਦੁਲ ਰਹਿਮਾਨ ਅਤੇ ਮੁਹੰਮਦ ਬਖਸ਼ ਨੂੰ 10,000 ਫੌਜ ਦੇ ਕੇ ਅੰਮ੍ਰਿਤਸਰ ਸ਼ਹਿਰ 'ਤੇ ਕਬਜ਼ਾ ਕਰ ਲਿਆ ਅਤੇ ਸਰੋਵਰ ਦੇ ਦੁਆਲੇ ਸਖ਼ਤ ਪਹਿਰਾ। ਇਸ ਵੇਲੇ ਭਾਈ ਮਨੀ ਸਿੰਘ ਜੀ ਹੋਣੀ ਫਿਰ ਇੱਥੇ ਆਉਂਦੇ ਨੇ ਥੋੜ੍ਹੇ ਜਿਹੇ ਸਾਥੀਆਂ ਨੂੰ ਲੈ ਕੇ ਫਕੀਰੀ ਰੂਪ ਦੇ ਵਿੱਚ। ਅਤੇ ਇਸ 'ਤੇ ਜਦ ਆਮ ਲੋਕਾਂ ਦੇ ਵਿੱਚ ਗੱਲ ਚੱਲੀ ਕਿ ਸਿੱਖ ਤਾਂ ਆਉਣੋਂ ਹਟ ਗਏ, ਤਾਂ ਨਾਮ ਦੇ ਹੀ ਇਹ ਤਾਂ ਸ਼ੇਰ ਨੇ ਹੁਣ ਆਉਂਦੇ ਨਹੀਂ, ਤਾਂ ਉਹ ਗੱਲ ਜਦ ਪਹੁੰਚੀ ਸੁੱਖਾ ਸਿੰਘ ਮਾੜੀ ਕੰਬੋ ਕੇ ਥਰਾਸ ਸਿੰਘ, ਭਾਈ ਮਨੀ ਸਿੰਘ ਦਾ ਭਤੀਜਾ, 50 ਸਿੰਘਾਂ ਦੇ ਜਥੇ ਸਣੇ ਅੰਮ੍ਰਿਤਸਰ ਉਹ ਇਸ਼ਨਾਨ ਕਰਨ ਵਾਸਤੇ ਆਉਂਦੇ ਆ। ਬਾਕੀ ਜਥੇ ਨੂੰ ਗਿੱਲਾਂ ਵਾਲੀ ਦਰਵਾਜ਼ਿਓਂ ਬਾਹਰ ਖੜਾ ਕਰਦੇ, ਭੇਸ ਬਦਲ ਕੇ ਸਰੋਵਰ 'ਚ ਪਹੁੰਚਦੇ ਆ ਦੋਨੇ, ਰਾਜ ਸਿੰਘ, ਭਾਈ ਮਨੀ ਸਿੰਘ ਦਾ ਭਤੀਜਾ, ਅਤੇ ਸੁੱਖਾ ਸਿੰਘ ਮਾੜੀ ਕੰਬੋ ਕੇ ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਮਹਿਤਾਬ ਸਿੰਘ ਦੇ ਨਾਲ, ਪੰਗੂ ਵੀਰ ਕੋਟੀ ਦੇ ਨਾਲ, ਦੋਨੇ ਜਾ ਵੜੇ, ਜਾ ਕੇ ਸਰੋਵਰ 'ਚ ਪਹੁੰਚੇ ਅੰਮ੍ਰਿਤ ਵੇਲਾ। ਸ਼ਾਹੀ ਸੈਨਾ ਦੇ ਸਿਪਾਹੀ ਤੰਬੂਆਂ ਸੁੱਤੇ ਪਏ, ਸਿੰਘਾਂ ਨੇ ਇਸ਼ਨਾਨ ਕੀਤਾ, ਜਕਾਰੇ ਛੜਦੇ ਘੋੜਿਆਂ 'ਤੇ ਸਵਾਰ ਹੋ ਕੇ ਜਥੇ ਚਾਰ ਵਾਲੇ, ਅਤੇ ਜਕਾਰੇ ਸੁਣ ਕੇ ਫੌਜ ਭੱਜ ਲਈ। ਸਿੰਘ ਆਪ ਹੈ ਕਹਿੰਦੇ ਜਿੱਧਰ ਨੂੰ ਮਰਜ਼ੀ ਭੱਜ ਗਏ ਅਤੇ ਹੱਲਾ ਸ਼ੇਰੀ ਇੱਕ ਦੂਜੇ ਨੂੰ ਦਿੰਦੇ ਵੀ ਹੁਣ ਦੇਖੀਏ। ਜਦ ਉਹ ਗਿੱਲਾਂ ਵਾਲੀ ਦਰਵਾਜ਼ਿਓਂ ਬਾਹਰ ਜਕਾਰੇ ਛੱਡ ਕੇ ਆਏ ਅਤੇ ਪਿੱਛੇ ਕਾਜ਼ੀ ਅਤੇ ਉਹਦਾ ਪੁੱਤ ਫੌਜ ਲੈ ਕੇ ਪਿੱਛੇ ਆਇਆ, ਫਿਰ ਉੱਥੇ ਲੜਾਈ ਹੋਈ ਜੰਗ ਗਿੱਲਾਂ ਵਾਲੀ, ਜਿਹੜੀ ਇਹਨੂੰ ਕਹੀ ਜਾਂਦਾ। ਜੰਗ ਗਿੱਲ ਵਾਲੀ ਜਿਹੜੀ ਹੈ ਉਹਦੇ ਵਿੱਚ ਕਾਜ਼ੀ ਅਬਦੁਲ ਰਹਿਮਾਨ, ਉਹਦਾ ਪੁੱਤ ਜਿਹੜਾ ਭੇਜੇ ਸੀ ਜ਼ਕਰੀਆ ਨੇ, ਜਦ ਲਾਹੌਰ ਇਹ ਖਬਰ ਪਹੁੰਚਦੀ ਹੈ ਤਾਂ ਜ਼ਕਰੀਆ ਗਸ਼ਤੀ ਫੌਜ ਦੀ ਗਿਣਤੀ ਹੋਰ ਵਧਾਉਂਦਾ, ਅਫਸਰਾਂ ਨੂੰ ਸਖ਼ਤੀ ਦੇ ਹੁਕਮ ਦਿੰਦਾ। ਸਿੰਘ ਸਮਾਂ ਵਿਚਾਰ ਕੇ ਮਾਲਵੇ ਨੂੰ ਚਲ ਗਏ, ਹਰਨ ਹੋ ਜਾਂਦੇ ਜਾਂ ਫਿਰ ਛਾਪਾ ਮਾਰਨਾ ਅਤੇ ਹਰਨ ਉੱਥੋਂ।
ਹੰਸੀ ਹਿਸਾਰ ਤੱਕ ਪਹੁੰਚ ਗਏ। ਮੱਝ ਤੇ ਰਿਆੜਕੀ ਵਿੱਚ ਗਸ਼ਤੀ ਫੌਜਾਂ ਨੇ ਸਿੱਖਾਂ ਦੇ ਘਰ ਬਾਰ ਫੇਰ ਲੁੱਟ ਲਏ। ਘਟਨਾਵਾਂ ਜਿਹੜੀਆਂ ਨੇ 1737 ਦੀਆਂ। ਦੀਵਾਨ ਲਖਪਤ ਰਾਏ ਨੇ ਨੂੰ ਸੂਬੇਦਾਰ ਨੇ ਅੰਮ੍ਰਿਤਸਰ ਦਾ ਪ੍ਰਬੰਧ ਕਰਨ ਵਾਸਤੇ ਭੇਜਿਆ। ਲਖਪਤ ਨੇ ਪਹਿਲੀ ਵਾਰ ਸਰੋਵਰ 'ਚ ਮਿੱਟੀ ਸਟਾ ਕੇ ਉਹਨੂੰ ਪੂਰਿਆ। ਉੱਥੋਂ ਦਾ ਅਫਸਰ ਕਾਜੀ ਅਬਦਰ ਰਜ਼ਾਕ ਨੂੰ ਥਾਪਿਆ। ਇਹਨਾਂ ਗੜਬੜਾਂ 'ਚ ਭਾਈ ਮਨੀ ਸਿੰਘ ਅੰਮ੍ਰਿਤਸਰ 'ਚ ਟਿਕੇ ਰਹੇ, ਨਿਰਮਲੇ ਸੰਤਾਂ ਦੇ ਭੇਜ 'ਚ ਰਹਿੰਦੇ ਜਿੱਥੋਂ ਨਿਰਮਲੇ ਸੰਤਾਂ ਦੀ ਲੜੀ ਚੱਲਦੀ ਹੈ। ਪ੍ਰਣਾਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਟਕਸਾਲੀ ਅਰਥ ਭਾਈ ਮਨੀ ਸਿੰਘ ਨੇ ਚਲਾਏ ਨੇ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਦੇ ਤੇ ਨਿਰਮਲੇ ਹੋ ਕੇ ਰਹਿੰਦੇ। ਸਾਰੇ ਕੱਪੜੇ ਕਸ਼ਹਿਰਾ ਚੋਗਾ ਤੇ ਦਸਤਾਰ ਸਫੈਦ ਪਹਿਨਦੇ। ਸਫੈਦ ਤੇ ਸਿੱਧੀ ਦਸਤਾਰ ਤੋਂ ਕਈਆਂ ਨੂੰ ਮੁਸਲਮਾਨੀ ਭੁਲੇਖਾ ਲੱਗਦਾ। ਫੌਜ ਵਿੱਚ ਨੌਕਦਾਰ ਨੀਲੀ ਦਸਤਾਰ ਲੋਕ ਸਿੰਘ ਪਹਿਨਦੇ ਸੀ। ਹਰ ਵੇਲੇ 15-20 ਹਿੰਦੂ ਸਿੱਖ ਸੰਤ ਤੇ ਮੁਸਲਮਾਨ ਫਕੀਰ ਟਿਕੇ ਰਹਿੰਦੇ। ਹਰ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਸੰਗਤਾਂ ਨੂੰ ਸਮਝਾਉਂਦੇ। ਸਾਂਝਾ ਫਕੀਰ ਸਮਝ ਕੇ ਲੋਕ ਪੁੱਛ ਨਾ ਕਹਿੰਦੇ। ਸਿੱਖਿਆ ਇਤਿਹਾਸ ਦੇ ਪ੍ਰਸਿੱਧ ਲਿਖਾਰੀ ਪੰਥ ਪ੍ਰਕਾਸ਼ ਦੇ ਤਵਾਰੀਖ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਪੜਪੋਤਰੇ ਸਨ। ਗਿਆਨੀ ਜੀ ਭਾਈ ਸਾਹਿਬ ਜੀ ਦੀ ਸਾਖੀ ਪੰਥ ਪ੍ਰਕਾਸ਼ ਵਿੱਚ ਬੜੇ ਵਿਸਥਾਰ ਨਾਲ ਲਿਖਦੇ ਨੇ ਵੀ ਕਿਵੇਂ ਪੜਦਾਦਾ ਜੀ ਵਿਚਰਦੇ। ਤੇ ਭਾਈ ਮਨੀ ਸਿੰਘ ਦਾ ਜਿਹੜਾ ਜੀਵਨ ਹੈ ਉਹ ਇਹ ਹੈ ਕਿ ਤੇਗ ਬਹਾਦਰ ਸਾਹਿਬ ਜਦ ਅਕੋਈ ਉਤਰੇ ਸੀ ਤਾਂ ਸੁਨਾਮ ਦੇ ਕੋਲ ਕੈਂਥੋਵਾਲ ਦਾ ਇੱਕ ਸਿੱਖ ਭਾਈ ਕੱਲਾ ਆਪਣੇ ਪੁੱਤ ਮਨੀਆਂ ਤੇ ਗਨਾਈਆਂ ਨੂੰ ਲੈ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਣ ਗਿਆ। ਦਸ਼ਮੇਸ਼ ਜੀ ਪਟਨੇ ਸਾਹਿਬ ਤੋਂ ਆਨੰਦਪੁਰ ਆਏ ਤਾਂ ਭਾਈ ਕੱਲਾ ਆਪਣੇ ਪੁੱਤਰ ਮਨੀਆਂ ਨੂੰ ਗੁਰੂ ਸਾਹਿਬ ਪਾਸ ਛੱਡਿਆ ਆ। ਉਸ ਵੇਲੇ ਭਾਈ ਮਨੀ ਸਿੰਘ ਦੀ ਉਮਰ 7 ਸਾਲ ਦੀ ਸੀ। ਦਸ਼ਮੇਸ਼ ਜੀ ਦੀ ਇੱਥੇ ਦੀ ਉਮਰ ਤੋਂ ਸੰਸਾਰਕ ਉਮਰ ਤੋਂ 2 ਸਾਲ ਵੱਡੇ ਸੀ। ਤੇ ਭਾਈ ਮਨੀ ਸਿੰਘ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਸਮੇਂ ਬਾਲ ਅਵਸਥਾ 'ਚ ਇਕੱਠੇ ਵਿਚਰੇ ਨੇ ਤੇ ਗੁਰੂ ਜੀ ਨੇ ਜਦ ਖਾਲਸੇ ਦੀ ਰਚਨਾ ਕੀਤੀ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤ ਛੱਕ ਕੇ ਭਾਈ ਮਨੀ ਆ ਉਸ ਸਮੇਂ ਮਨੀ ਸਿੰਘ ਬਣਿਆ। ਅਨੰਦਪੁਰ ਸਾਹਿਬ ਜਾ ਛੱਡਿਆ ਤਾਂ ਭਾਈ ਮਨੀ ਸਿੰਘ ਜੀ ਗੁਰੂ ਸਾਹਿਬ ਦੇ ਮਹਿਲਾਂ ਨੂੰ ਦਿੱਲੀ ਲੈ ਕੇ ਚਲੇ ਗਏ। ਮੁਕਤਸਰ ਯੁੱਧ ਵਿੱਚੋਂ ਮਾਤਾ ਸਾਹਿਬ ਦੇਵਾ ਜੀ ਨਾਲ ਭਾਈ ਮਨੀ ਸਿੰਘ ਜੀ ਗੁਰੂ ਮਹਾਰਾਜ ਨੂੰ ਦਮਦਮਾ ਸਾਹਿਬ ਆ ਕੇ ਮਿਲਦੇ ਨੇ ਤੇ ਮਨੀ ਸਿੰਘ ਹਜ਼ੂਰ ਸਾਹਿਬ ਤੱਕ ਨਾਲ ਗੁਰੂ ਸਾਹਿਬ ਦੇ ਗਿਆ। ਉਸ ਤੋਂ ਬਾਅਦ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਮਨੀ ਸਿੰਘ ਜੀ ਮਾਤਾ ਸਾਹਿਬ ਦੇਵਾ ਨਾਲ ਦਿੱਲੀ ਆ ਗਏ ਤੇ ਉਸ ਤੋਂ ਬਾਅਦ 1721 ਵਿੱਚ ਮਾਤਾ ਸੁੰਦਰੀ ਜੀ ਨੇ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਹਰਿਮੰਦਰ ਸਾਹਿਬ ਦਾ ਜਾਂ ਗ੍ਰੰਥ ਨਿਯਤ ਕੀਤਾ ਜਦ ਤੱਤ ਤੇ ਬੰਦਈ ਖਾਲਸਾ ਲੜੇ ਨੇ ਜਦ ਉਹ ਆਏ। ਤੇ ਆਪ ਜੀ ਦਾ ਭਰਾ ਜਿਹੜਾ ਨਗਾਈਆ ਸਿੰਘ ਸੀ ਉਹ ਸਣੇ ਪਰਿਵਾਰ ਅੰਮ੍ਰਿਤਸਰ ਆਇਆ। ਉਹਨਾਂ ਦੇ 7 ਪੁੱਤਰ ਅਗੜ ਸਿੰਘ, ਥਰਾਸ ਸਿੰਘ, ਦਰਗਾਹਾ ਸਿੰਘ, ਰੋਗਾ ਸਿੰਘ, ਬਖਸ਼ ਸਿੰਘ, ਸੁਜਾਨ ਸਿੰਘ, ਉਹਨਾਂ ਨੇ ਵੀ ਅੰਮ੍ਰਿਤ ਜਿਹੜਾ ਛਕਿਆ ਭਾਈ ਮਨੀ ਸਿੰਘ। ਤੇ ਉਸ ਤੋਂ ਬਾਅਦ ਅਗੜ ਸਿੰਘ, ਥਰਾਸ ਸਿੰਘ, ਦਰਗਾਹਾ ਸਿੰਘ ਤਾਂ ਕੋਲ ਹੀ ਰਹਿ ਗਏ ਆਪਣੇ ਤਾਇਆ ਜੀ ਦੇ, ਚਾਚਾ ਜੀ ਦੇ, ਤੇ ਬਾਕੀ ਆਪਣੇ ਪਿਤਾ ਨਾਲ ਚਲੇ ਗਏ। ਤੇ ਇਹ ਦੋਨੇ ਜਿਹੜੇ ਥਰਾਸ ਸਿੰਘ ਨੇ ਕੌਮ ਦੀ ਬੜੀ ਸੇਵਾ ਕੀਤੀ, ਦਰਗਾਹਾ ਸਿੰਘ ਵੀ ਨਾਲ ਰਿਹਾ। ਤੇ ਜਦ ਅੰਮ੍ਰਿਤਸਰ ਦੇ ਵਿੱਚ ਅਸਲੋਂ ਸਿੰਘਾਂ ਦਾ ਆਉਣਾ ਬੰਦ ਕਰ ਦਿੱਤਾ, ਭਾਈ ਮਨੀ ਸਿੰਘ ਜੀ ਦੀ ਆਤਮਾ ਨੂੰ ਇਹ ਦੁੱਖ ਬਹੁਤ ਅਸਹਿ ਸੀ। ਇਸ ਦਿੱਲੀ ਰੀਝ ਦੇ ਬਹਾਨੇ ਹੀ ਉਹਨਾਂ ਦਾ ਮਨ ਸੀ ਵੀ ਕਿਵੇਂ ਨਾ ਕਿਵੇਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੋਈ ਇਕੱਠ ਕੀਤਾ ਜਾਵੇ। ਅੰਮ੍ਰਿਤਸਰ ਦਾ ਜਿਹੜਾ ਹਾਕਮ ਕਾਜ਼ੀ ਅਬਦੁਲ ਰਜ਼ਾਕ ਉਹਨੂੰ ਮਿਲੇ ਤਾਂ ਭਾਈ ਮਨੀ ਸਿੰਘ ਜੀ ਨੇ ਦੀਪਮਾਲਾ ਜਿਹੜਾ ਕਰਨ ਦਾ ਪਹਿਲਾ ਜਿਹੜਾ ਜਦ ਮਨੀ ਸਿੰਘ ਜੀ ਦੀ ਸ਼ਹੀਦੀ ਹੁੰਦੀ ਆ ਉਸ ਸਮੇਂ ਉਹਨਾਂ ਨੇ ਕਿਹਾ ਮੈਂ ਦੀਵਾਲੀ ਦਾ ਇਕੱਠ ਕਰਨਾ, 5,000 ਠੇਕੇ ਵਜੋਂ ਸਰਕਾਰ ਨੂੰ ਦਊਂ, ਇੱਥੋਂ ਕੱਲ੍ਹ ਤੁਰਾਂਗੇ। ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਅੱਜ ਉਹ ਲਿਬਰਲ ਸਰਕਾਰ ਦੇ ਸਮੇਂ ਦੀ ਗੱਲ ਹੈ। ਲਿਬਰਲ ਸਰਕਾਰ ਦੇ ਸਮੇਂ ਯੁਵਾ ਘਰ ਜਿਹੜੇ BC ਲਾਟਰੀ ਕਾਰਪੋਰੇਸ਼ਨ ਤੋਂ ਬਿਨਾਂ ਜਿਹੜੇ ਚੱਲਦੇ ਸੀ, ਐਂਟੀ ਇਲੀਗਲ ਗੇਮਿੰਗ ਯੂਨਿਟ, ਉਹ ਇੱਕ ਬਣਾਈ ਸੀ। ਉਹਨੇ ਇੱਕ ਰਿਪੋਰਟ ਦਿੱਤੀ ਸਰਕਾਰ ਨੂੰ 2009 ਦੇ ਵਿੱਚ। ਉਹਨਾਂ ਨੇ ਦੱਸਿਆ ਕਿ ਔਰਗੇਨਾਈਜ਼ਡ ਕ੍ਰਾਈਮ ਜਿਹੜਾ ਏਸ਼ੀਆ ਬੇਸਡ ਇੱਕ ਬਹੁਤ ਵੱਡਾ ਕ੍ਰਾਈਮ ਯੂਨਿਟ ਹੈ, ਉਹ BC ਗਵਰਨਮੈਂਟ ਦੇ ਜਿਹੜੇ ਕਸੀਨੋ ਨੇ BC ਲਾਟਰੀ ਦੇ ਥੱਲੇ ਉਹਨਾਂ ਨੂੰ ਖਰੀਦ ਰਿਹਾ, ਉਹਨਾਂ ਦੇ ਵਿੱਚੋਂ ਹਿੱਸਾ ਪਾ ਰਿਹਾ। ਪਾਰਟ ਜਿਹੜਾ ਹੈ ਕਿਸੇ ਵੀ ਕਸੀਨੋ ਦਾ ਇੱਕ ਹਿੱਸਾ ਖਰੀਦ ਰਿਹਾ ਤੇ ਇਹ ਜਿਹੜੀ ਰਿਪੋਰਟ ਦਿੱਤੀ ਤੇ ਤੁਹਾਡਾ BC ਲਾਟਰੀ ਕਾਰਪੋਰੇਸ਼ਨ ਦੇ ਪਹਿਲਾਂ ਜਿਹੜਾ BC ਗਵਰਨਮੈਂਟ ਦੇ ਵਿੱਚ ਇੱਕ ਸੀਨੀਅਰ ਅਫੀਸਰ ਆ ਉਹ ਡੀਲ ਕਰਵਾ ਰਿਹਾ।
ਇਹ ਜਦ ਇਹ ਜਿਹੜਾ ਗਵਰਨਮੈਂਟ ਇੰਪਲੋਈ ਸੀ ਜਿਹਨੇ ਡੀਲ ਕਰਾਈ, ਬਾਅਦ ਚ ਉਸ ਨੂੰ ਬੀ ਸੀ ਕਸੀਨੋ ਨੇ ਹਾਇਰ ਕਰ ਲਿਆ। ਆਰ ਸੀ ਐਮ ਪੀ ਦੀ ਇਹ ਰਿਪੋਰਟ ਜਦ ਜਾਂਦੀ ਹੈ ਉਸ ਸਮੇਂ ਦੇ ਸੋਲਿਸਿਟਰ ਜਨਰਲ ਦੇ ਕੋਲ, ਉਹਨਾਂ ਨੇ ਇਹ ਕਿਹਾ ਵੀ ਸਾਨੂੰ ਹੋਰ ਫੰਡਿੰਗ ਦਿਓ, ਅਸੀਂ ਇਹ ਲੀਗਲ ਕਸੀਨੋ ਤੋਂ ਬਿਨਾਂ ਇਹ ਮਨੀ ਬਹੁਤ ਲੌਂਡਰ ਹੋ ਰਹੀ ਹੈ ਅਤੇ ਸਾਨੂੰ ਹੋਰ ਅਸਾਸੇ ਚਾਹੀਦੇ। ਰਿਪੋਰਟ ਦੀਆਂ ਰਿਕਮੈਂਡੇਸ਼ਨਾਂ ਜਦ ਹੋਣ ਤੋਂ ਬਾਅਦ ਤਿੰਨ ਮਹੀਨੇ ਬਾਅਦ ਸੂਬਾ ਸਰਕਾਰ, ਜਿਸਦਾ ਸੋਲਿਸਿਟਰ ਜਨਰਲ ਰਿਚ ਕੋਲਮੈਨ ਸੀ, ਉਸਨੇ ਇਹ ਜਿਹੜਾ ਯੂਨਿਟ ਇਹ ਬੰਦ ਕਰ ਦਿੱਤਾ, ਉਹਦੀ ਫੰਡਿੰਗ ਬੰਦ ਕਰ ਦਿੱਤੀ। ਹੁਣ ਇਹ ਰਿਪੋਰਟ ਕਿਵੇਂ ਨਾ ਕਿਵੇਂ ਸੈਮ ਕੂਪਰ ਦੇ ਹੱਥ ਆ ਗਈ ਗਲੋਬਲ ਨਿਊਜ਼ ਦੇ, ਉਹਨੇ ਇੱਕ ਬਹੁਤ ਵੱਡੀ ਰਿਪੋਰਟ ਕਾਲੇ ਦੇ ਉੱਤੇ ਛਾਪੀ ਹੈ। ਉਸਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਕ੍ਰਿਮੀਨਲ ਆਰਗੇਨਾਈਜੇਸ਼ਨ ਨੇ ਬੀ ਸੀ ਦੇ ਕਸੀਨੋਆਂ ਦਾ ਹਿੱਸਾ ਖਰੀਦਿਆ, ਉਸ ਤੋਂ ਬਾਅਦ ਇਸਤਰੀਆਂ ਜਿਹੜੀਆਂ ਏਸ਼ੀਆ ਦੇ ਵਿੱਚ ਉਹਨਾਂ ਦਾ ਕਰਜ਼ਾ ਜਿਨ੍ਹਾਂ ਨੇ ਦੇਣਾ ਸੀ ਉਹਨਾਂ ਨੂੰ ਇੱਥੇ ਲਿਆ ਕੇ ਬੀ ਸੀ 'ਚ ਕਿਵੇਂ ਦੇਹ ਵਪਾਰ ਦਾ ਧੰਦਾ ਕਰਾਇਆ ਗਿਆ, ਕਿਵੇਂ ਚੱਲਦੇ ਇਲੀਗਲ ਕਸੀਨੋਆਂ ਦੇ ਵਿੱਚ ਤਿੰਨ ਜਿਹੜੇ ਜਵਾਕ ਨੇ ਉਹ ਟਰੰਕ ਦੇ ਵਿੱਚ ਕਿਡਨੈਪ ਕੀਤੇ ਗਏ, ਅਤੇ $3,00,000 ਕਿਉਂਕਿ ਉਹਨਾਂ ਦੇ ਪਿਤਾ ਨੇ ਇਹਨਾਂ ਦਾ ਲੋਨ ਸ਼ਾਰਕਾਂ ਦਾ ਦੇਣਾ ਸੀ। ਬੀ ਸੀ ਲੋਟਰੀ ਕਾਰਪੋਰੇਸ਼ਨ ਇਹਨੂੰ ਫੰਡਿੰਗ ਕਰਦਾ ਸੀ, ਐਂਟੀ ਇਲੀਗਲ ਗੇਮਿੰਗ ਯੂਨਿਟ ਨੂੰ, ਆਰ ਸੀ ਐਮ ਪੀ ਨੂੰ, ਅਤੇ ਸਿਰਫ ਅਤੇ ਸਿਰਫ ਇਲੀਗਲ ਕਸੀਨੋ ਟਾਰਗੇਟ ਕਰਨ ਦਾ ਉਹਦੇ ਕੋਲ ਅਧਿਕਾਰ ਖੇਤਰ ਸੀ। ਪਰ ਆਰ ਸੀ ਐਮ ਪੀ ਦੇ ਪੁਲਿਸ ਅਫੀਸਰਾਂ ਨੇ ਇਹ ਜਦ ਗੱਲ ਲੱਭ ਲਈ ਕਿ ਇਹ ਤਾਂ ਕਸੀਨੋਆਂ ਦੇ ਵਿੱਚ ਏਸ਼ੀਆ ਦਾ ਇੱਕ ਬਹੁਤ ਵੱਡਾ ਗਰੋਹ ਆ ਜਿਹੜਾ ਮਾਫੀਆ ਹੈ ਉਹ ਕਸੀਨੋ ਖਰੀਦਣ ਨੂੰ ਜਾਂਦਾ, ਉਹਨੇ ਰਿਪੋਰਟ ਦਿੱਤੀ ਅਤੇ ਇਹ ਜਿਹੜੀ ਉਸੇ ਸਮੇਂ ਜਿਹੜੀ ਹੈ ਯੂਨਿਟ ਬੰਦ ਕਰ ਦਿੱਤੀ। ਅੱਛਾ, ਹੁਣ ਇਹਦੇ 'ਤੇ ਸਰਕਾਰੀ ਵਕੀਲ ਸੈਂਡੀ ਯਾਰੋਸੇਨੋ ਜਿਹੜੀ ਉਹਨੇ ਇਸ ਕੰਫੀਡੈਂਸ਼ੀਅਲ ਰਿਪੋਰਟ 'ਤੇ ਦੱਸਿਆ, ਉਹ ਕਹਿੰਦਾ ਇਹ ਤਾਂ ਕੁਛ ਨਹੀਂ ਹੈ, ਇਹ ਬਹੁਤ ਵੱਡੀ ਇੱਕ ਵੱਡਾ ਇੱਕ ਪਲੋਟ ਹੈ ਅਤੇ ਜਿਹੜੀ ਪਬਲਿਕ ਇਨਕੁਆਇਰੀ ਹੋਣੀ ਹੈ, ਇਹਦੇ ਸਾਹਮਣੇ ਕੁਛ ਨਹੀਂ ਕੱਖ ਨਹੀਂ ਹੈ, ਇਹ ਤਾਂ ਸਰਕਾਰ ਇਨਵੋਲਵ ਹੈ। ਅਤੇ ਕਰਪਸ਼ਨ ਜਿਹੜਾ ਰੈਗੂਲੇਟਰੀ ਸਿਸਟਮ ਦੇ ਵਿੱਚ ਜਿਹੜੀ ਵੱਡੀ ਕਰਪਸ਼ਨ ਹੈ ਅਤੇ ਇਹਦੇ 'ਤੇ ਹੁਣ ਹੋਰ ਕੰਮ ਹੋਣਾ ਚਾਹੀਦਾ, ਔਰ ਆਉਣ ਵਾਲੇ ਦਿਨਾਂ 'ਚ ਵੱਡੇ ਇਹਦੇ 'ਤੇ ਖੁਲਾਸੇ ਹੋਣੇ ਨੇ। ਬੀ ਸੀ ਲੋਟਰੀ ਕਾਰਪੋਰੇਸ਼ਨ ਨੇ, ਬੀ ਸੀ ਗਵਰਨਮੈਂਟ ਨੇ ਇਹ ਗੱਲ ਕਹਿਤੀ ਰਿਚ ਕੋਲਮੋਨ, ਉਹਨਾਂ ਨੇ ਕਹਿੰਦੇ ਵੀ ਮੈਂ ਤਾਂ ਡਿਸੀਜਨ ਜਿਹੜਾ ਲਿਆ ਉਹ ਇਹ ਹੈ ਵੀ ਬੀ ਸੀ ਲੋਟਰੀ ਕਾਰਪੋਰੇਸ਼ਨ ਕਹਿੰਦੀ ਅਸੀਂ ਫੰਡਿੰਗ ਨਹੀਂ ਕਰਨੀ, ਤਾਂ ਉਹਦੇ ਬਾਅਦ ਸਾਡੇ ਕੋਲ ਹੈ ਨਹੀਂ ਸੀ। ਜਨਵਰੀ 2009 ਦੇ ਵਿੱਚ ਆਰ ਸੀ ਐਮ ਪੀ ਦੀ ਰਿਪੋਰਟ ਇਹ ਦੱਸ ਰਹੀ ਹੈ ਕਿ ਮਨੀ ਲੌਂਡਰਿੰਗ ਹੋ ਰਹੀ ਆ ਲੀਗਲ ਅਤੇ ਇਲੀਗਲ ਕਸੀਨੋਆਂ ਦੇ ਵਿੱਚ, ਅਤੇ ਇਹ ਬਹੁਤ ਇੰਟੈਗ੍ਰਿਟੀ ਦੀ ਗੱਲ ਹੈ ਬੀ ਸੀ ਦੇ ਇਸ ਸਰਕਾਰ ਦੇ ਵਿੱਚ। ਜਨਵਰੀ 2009 ਦੀ ਇਹ ਰਿਪੋਰਟ ਹੈ, ਉਹ ਕਹਿੰਦੇ ਵੀ ਔਰਗੇਨਾਈਜ਼ਡ ਕ੍ਰਾਈਮ ਆ ਜਿਹੜੀ, ਕ੍ਰਾਈਮ ਦੇ ਜਿਹੜੇ ਵੱਡੇ ਸਰਗਣੇ ਨੇ ਉਹ ਬਹੁਤ ਪੈਸਾ ਅੰਡਰਗਰਾਊਂਡ ਕਸੀਨੋਆਂ 'ਚ ਬਣਾ ਰਹੇ ਨੇ, ਅਤੇ ਨਾਲ ਹੀ ਉਹਦੇ ਬਾਅਦ ਇਹ ਜਿਹੜੇ ਕਸੀਨੋ ਵੀ ਖਰੀਦ ਰਹੇ ਨੇ ਜਿਹੜੇ ਸਰਕਾਰ ਦੇ ਬੀ ਸੀ ਲੋਟਰੀ ਦੇ ਥੱਲੇ, ਅਤੇ ਉਹਦੇ ਬਾਅਦ ਇਹ ਜਿਹੜਾ ਪਰ ਇਸ ਰਿਪੋਰਟ 'ਤੇ ਕੁਛ ਨਾ ਕੀਤਾ ਗਿਆ, ਅਤੇ ਇਹ ਬਹੁਤ ਵੱਡਾ ਕਿਉਂਕਿ ਮਨੀ ਹੋਈ ਉੱਥੋਂ ਸ਼ੁਰੂ ਹੋਈ ਹੈ ਜਦ ਉਹਨਾਂ ਨੇ ਇਹ ਕਸੀਨੋਆਂ 'ਚ ਹਿੱਸਾ ਪਾ ਲਿਆ, ਅਤੇ ਇਲੀਗਲ ਅਤੇ ਲੀਗਲ ਉਹਦੇ 'ਚ ਦੋਨੇ ਕਿਸਮ ਦੇ ਕੰਮ ਕਰਦੇ ਆ, ਲੋਨ ਸ਼ਾਰਕਾਂ ਨੇ ਉਹਦੇ ਵਿੱਚ, ਉਹਦੇ 'ਚ ਕਿਡਨੈਪਿੰਗ ਅਸੋਲਟ ਅਤੇ ਮਰਡਰ ਹੋ ਰਹੇ ਨੇ। ਇਹ ਜਿਹੜੇ ਨੇ ਜਦ ਆਰ ਸੀ ਐਮ ਪੀ ਵੱਲੋਂ ਦਿੱਤੀ ਰਿਪੋਰਟ 'ਤੇ ਵੀ ਉਸ ਸਮੇਂ ਦੀ ਲਿਬਰਲ ਸਰਕਾਰ ਨੇ ਕੰਮ ਨਾ ਕੀਤਾ, ਫਿਰ ਇਹਨਾਂ ਕਸੀਨੋਆਂ ਦੇ ਵਿੱਚ ਬੈਗਾਂ ਦੇ ਬੈਗ ਕੈਸ਼ਾਂ ਦੇ ਭਰ ਕੇ ਕੈਸ਼ ਆਉਂਦੇ ਰਹੇ। ਅਤੇ ਏਸ਼ੀਅਨ ਔਰਗੇਨਾਈਜ਼ਡ ਕ੍ਰਾਈਮ ਜਿਹੜਾ ਜਿਹਨੇ ਜਿਹਨੂੰ ਅਲਾਓ ਕੀਤਾ ਗਿਆ ਕਸੀਨੋਆਂ ਦੇ ਵਿੱਚ ਖਰੀਦਣ ਦੇ ਲਈ, ਅਤੇ ਜਿਹੜਾ ਰੈਗੂਲੇਟਰੀ ਇਨਵੈਸਟੀਗੇਟਰ ਇਹਦੇ 'ਚ ਇਨਵੋਲਵ ਸੀ ਸ਼ੇਅਰ ਟ੍ਰਾਂਸਫਰ ਪ੍ਰੋਸੈਸ 'ਚ, ਅਤੇ ਉਹਨਾਂ ਨੂੰ ਪਤਾ ਸੀ ਉਸਨੂੰ ਕਿ ਇਹ ਕਸੀਨੋ ਜਿਹੜਾ ਖਰੀਦ ਰਿਹਾ ਇਹ ਏਸ਼ੀਆ ਦੇ ਵਿੱਚ ਵੱਡਾ ਇੱਕ ਗਰੁੱਪ ਹੈ। ਮੁੜ ਕੇ ਉਹ ਬੰਦਾ ਜਿਹੜਾ ਉਸਨੂੰ ਨੌਕਰੀ ਬੀ ਸੀ ਲੋਟਰੀ ਕਾਰਪੋਰੇਸ਼ਨ 'ਚ ਮਿਲਦੀ।
ਅੱਛਾ ਜਿਹੜੀ ਫਿਨਟ੍ਰੈਕ ਹੈ ਐਂਟੀ ਮਨੀ ਲਾਂਡਰਿੰਗ ਵਾਚ ਡੌਗ ਆ ਜਿਹੜਾ ਉਸਦੇ ਫਾਰਮਰ ਡਿਪਟੀ ਡਾਇਰੈਕਟਰ ਡੈਨਿਸ ਮਿਊਨੀਅਨ ਨੇ ਕਿਹਾ ਉਹ ਕਹਿੰਦਾ ਇਹ ਬਹੁਤ ਵੱਡੀ ਇੱਕ ਰਿਪੋਰਟ ਹੈ ਐਕਸਪਲੋਜ਼ਿਵ ਹੈ ਜਾਂ ਲਾਇਸੈਂਸ ਦਿੰਦੇ ਹੋ ਕਸੀਨੋ ਨੂੰ ਉਸ ਸਮੇਂ ਡਿਊ ਡਿਲੀਜੈਂਸ ਹੋਣੀ ਚਾਹੀਦੀ ਆ ਵੀ ਕੌਣ ਆ ਓਨਰ ਆ ਕੌਣ ਇੰਪਲਾਈ ਆ ਕੌਣ ਐਸੋਸੀਏਟ ਜੇ ਕ੍ਰਿਮੀਨਲ ਹੀ ਜਿਹਨਾਂ ਦੇ ਕੋਲ ਜਿਹਨਾਂ ਨੇ ਉਹ ਪੈਸਾ ਸਾਫ ਕਰਨਾ ਜੇ ਉਹ ਮਾਲਕ ਇਹਨਾਂ ਕਸੀਨੋਆਂ ਦੇ ਬਣ ਜਾਣਗੇ ਤਾਂ ਇਹਨੂੰ ਸਾਂਭੂ ਕੌਣ ਇਸੇ ਤਰ੍ਹਾਂ ਹੀ ਜਿਹੜਾ ਇਹ ਗੈਰੋਸਟੈਨੋ ਨੇ ਇਹ ਜਿਹੜਾ ਜਿਹੜੀ ਸਰਕਾਰੀ ਵਕੀਲ ਆ ਉਸਨੇ ਕਿਹਾ ਮਿਨਿਸਟਰ ਜਿਹੜਾ ਉਸ ਸਮੇਂ ਰਿਸਪੋਂਸੀਬਲ ਸੀ 2009 ਦੀ RCMP ਰਿਪੋਰਟ ਜਿਸਨੇ ਇਸ ਨੂੰ ਯੂਨਿਟ ਨੂੰ ਡਿਸਬੈਂਡ ਕੀਤਾ ਉਹ ਸੋਲਿਸਟਰ ਜਨਰਲ ਰਿਚ ਕੋਲਮੈਨ ਤੇ ਹੁਣ ਰਿਚ ਕੋਲਮੈਨ ਨੇ ਹਾਲੇ ਤੱਕ ਇਸ ਦੇ ਬਾਰੇ ਜਦ ਸੈਮ ਕੂਪਰ ਨੇ ਕਿਹਾ ਉਹਨੇ ਕੋਈ ਇੰਟਰਵਿਊ ਨਹੀਂ ਦਿੱਤੀ ਹੁਣ ਰਿਚ ਕੋਲਮੈਨ ਕੀ ਕਹਿ ਰਿਹਾ ਉਹ ਕਹਿੰਦਾ ਵੀ ਇਨਕੁਆਰੀ ਇਹਦੇ 'ਤੇ ਪਬਲਿਕ ਇਨਕੁਆਰੀ ਹੋ ਰਹੀ ਹੈ ਅਤੇ ਮੈਂ ਆਪਣੀ ਡਿਊਟੀਆਂ ਕੀਤੀਆਂ ਜਿਸ ਤਰ੍ਹਾਂ ਮੈਂ ਇਹਦੀ ਹੁਣ ਡਿਊਟੀ ਜਿਹੜੀ ਇਹ ਸ਼ੁਰੂ ਜਿਹੜੀ ਇਨਕੁਆਇਰੀ ਸ਼ੁਰੂ ਹੋਣੀ ਆ ਅਤੇ ਉਹਦੇ ਵਿੱਚ ਕੀ ਨਿਕਲਦਾ ਕੀ ਲੱਭਦਾ ਇਹ ਸਮਾਂ ਦੱਸੇਗਾ ਹੁਣ ਇਸ ਦੇ ਵਿੱਚ ਏਸ਼ੀਅਨ ਜਿਹੜੇ ਔਰਗਨਾਈਜ ਕ੍ਰਾਈਮ ਦੇ ਲੋਕ ਨੇ ਜਿਸ 'ਚ ਬਿਗ ਸਰਕਲ ਬੋਏ ਦਾ ਨਾਂ ਬਹੁਤ ਆਉਂਦਾ 47 ਦੇ ਕਰੀਬ ਸ਼ਾਰਕ ਲੋਨ ਸ਼ਾਰਕ ਜਿਹੜੇ ਲੋਕਾਂ ਨੂੰ ਜੂਆ ਖੇਲਣ ਲਈ ਦਿੰਦੇ ਆ ਲੋਨ ਮੈਟਰੋ ਵੈਨਕੂਵਰ ਦੇ ਕਸੀਨੋ ਅਤੇ ਵੈਨਕੂਵਰ ਦੇ ਕਿੰਗਜ਼ਵੇ ਐਵਨਿਊ ਦੇ 12 ਬਲੋਕਾਂ ਦੇ ਵਿੱਚ ਘੱਟੋ ਘੱਟ 9 ਅੰਡਰਗਰਾਊਂਡ ਕਸੀਨੋ ਚੱਲਦੀ ਸੀ ਜਿੱਥੇ 5 ਸਾਲ ਦਾ ਇੱਕ ਜਵਾਕ ਹੈ ਜਿਹੜਾ ਬਾਹਰ ਤੁਰਿਆ ਫਿਰਦੇ ਅੰਦਰ ਕਸੀਨੋ ਉਹਦਾ ਫਾਦਰ ਖੇਲ ਰਿਹਾ 2006 ਦੇ ਵਿੱਚ ਇਸ ਰਿਪੋਰਟ 'ਚ ਹੀ ਹੈ ਸਾਰਾ ਕੁਛ 8 ਸਾਲ ਅਤੇ 6 ਸਾਲ ਦੇ ਬੱਚੇ ਇੱਕ ਜੂਆ ਖੇਲਣ ਵਾਲੇ ਜਿਨ੍ਹਾਂ ਤੋਂ ਪੈਸੇ ਲਏ ਸੀ ਲੋਨ ਸ਼ਾਰਕਾਂ ਨੇ ਚੱਕ ਲਏ ਅਤੇ $3,00,000 ਉਹਦੇ ਪਿਓ ਤੋਂ ਲੈਣਾ ਸੀ ਇਹ ਜਵਾਕ ਜਿਹੜੇ ਨੇ ਇੱਕ ਚੋਰੀ ਦੇ ਟਰੱਕ ਦੇ ਟਰੰਕ ਦੇ ਵਿੱਚ ਇਹਨਾਂ ਨੂੰ ਬੰਦ ਕੀਤਾ ਹੈ ਪੁਲਿਸ ਨੇ ਦੱਸਿਆ ਇਸੇ ਤਰ੍ਹਾਂ ਹੀ ਅਲੱਗ ਅਲੱਗ ਰਿਪੋਰਟ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਇਸਤਰੀ ਜਿਹੜੀ ਜਿਹੜੀ ਏਸ਼ੀਆ 'ਚੋਂ ਲਿਆਂਦੀ ਗਈ ਜਿਸਨੇ ਦੇਣੇ ਸੀ ਪੈਸੇ ਇਹਨਾਂ ਨੂੰ ਉਹ ਇੱਥੇ ਲਿਆਂਦੀ ਗਈ ਉਹ ਤੋਂ ਦੇਹ ਵਪਾਰ ਦਾ ਧੰਦਾ ਕੀਤਾ ਗਿਆ ਅਤੇ ਬਹੁਤ ਇਹਦੇ 'ਤੇ ਸਨਸਨੀਖੇਜ਼ ਰਿਪੋਰਟ ਹੈ ਬੰਦੇ ਦੱਸੇ ਨੇ ਵੀ ਕਿਹਨੇ ਕਿਹਨੇ ਨੇ ਇੱਕ ਬੰਦੇ ਨੇ 3.5 ਮਿਲੀਅਨ ਇੱਕ ਸਾਲ ਦੇ ਵਿੱਚ ਜਿਹੜੀਆਂ ਕਸੀਨੋ ਦੀਆਂ ਚਿਪਸ ਖਰੀਦੀਆਂ ਕਸੀਨੋ ਚਿਪ ਖਰੀਦੀਆਂ ਦੂਜੇ ਨੇ 4.5 ਮਿਲੀਅਨ ਦੀਆਂ ਖਰੀਦੀਆਂ ਫਿਨਟ੍ਰੈਕ ਨੇ ਵਾਰਨਿੰਗ ਇਹਦੇ 'ਤੇ ਦਿੱਤੀ ਫਿਨਟ੍ਰੈਕ ਨੇ ਦੱਸਿਆ ਕਿ ਇਹ ਗੜਬੜ ਹੋ ਰਹੀ ਹੈ ਕੈਸ਼ ਆ ਰਿਹਾ 4 ਮੇਜਰ ਜਿਹੜੇ ਮੈਟਰੋ ਵੈਨਕੂਵਰ ਦੇ ਕਸੀਨੋ 'ਚ ਨੇ ਅਤੇ ਇੱਕ ਸਾਲ ਦੇ ਵਿੱਚ $4.9 ਮਿਲੀਅਨ ਦੀਆਂ ਉਹਨਾਂ ਨੇ ਕਸੀਨੋ ਜਿਹੜੀਆਂ ਚਿਪਸ ਖਰੀਦੀਆਂ June 2007 'ਚ ਇਕੱਲੇ ਨੇ ਇੱਕ ਬੰਦੇ ਨੇ 3.25 ਮਿਲੀਅਨ ਦੀਆਂ 32 ਲੱਖ ਦੀਆਂ ਇਹ ਖਰੀਦੀ ਇੱਕ ਹੋਰ ਮੈਂ ਬੰਦਾ ਜਿਹੜਾ ਰਿਵਰ ਰੌਕ ਕਸੀਨੋ ਦੇ ਸਟਾਰਲਾਈਟ ਕਸੀਨੋ ਨਿਊ ਵੈਸਟ 'ਚ ਜਾਂਦਾ ਐਜਵਾਟਰ ਕਸੀਨੋ ਵੈਨਕੂਵਰ ਜਾਂਦਾ ਗੇਟਵੇ ਕਸੀਨੋ ਬਰਨਵੀ 'ਚ ਜਾਂਦਾ ਉਹਨੇ 285 ਲਾਰਜ ਕੈਸ਼ ਟ੍ਰਾਂਜੈਕਸ਼ਨ ਕੀਤੇ ਜਿਹੜੇ $8.7 ਮਿਲੀਅਨ ਲੱਗਦੇ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਨਟ੍ਰੈਕ ਦੱਸ ਵੀ ਰਹੀ RCMP ਸੂਬਾ ਸਰਕਾਰ ਨੂੰ ਦੱਸ ਰਹੀ ਹੈ 2009 ਦੇ ਵਿੱਚ ਪਰ ਕਿਸੇ ਵੀ ਚੀਜ਼ 'ਤੇ ਐਕਸ਼ਨ ਨਹੀਂ ਕੀਤਾ ਜਾਂਦਾ 2017 'ਚ NDP ਦੀ ਸਰਕਾਰ ਆਉਣ ਤੋਂ ਪਹਿਲਾਂ ਮਿਲੀਅਨਸ ਆਫ ਡਾਲਰ ਜਿਹੜੇ ਨੇ ਕੈਸ਼ ਬਿਲੀਅਨ ਦੇ ਕਹਿੰਦੇ ਨੇ ਉਹ ਇਹਨਾਂ ਕਸੀਨੋਆਂ ਦੇ ਵਿੱਚ ਦੀ ਨਿਕਲ ਕੇ ਸਾਫ ਹੋ ਕੇ ਟ੍ਰਾਂਜੈਕਸ਼ਨ ਹੋ ਕੇ ਉਹਨਾਂ ਨੂੰ ਔਨਲਾਈਨ ਜਿਹੜੇ ਬਾਕੀ ਚਿਪਸ ਮੋੜ ਦਿੱਤੀਆਂ ਤਾਂ ਉਹ ਬੈਂਕ 'ਚ ਟ੍ਰਾਂਸਫਰ ਹੋ ਗਏ ਬੈਂਕ ਤੋਂ ਲਿਜਿਟ ਹੋ ਗਏ ਬੈਂਕ ਤੋਂ ਉਹ ਦੁਬਾਰਾ ਏਸ਼ੀਆ ਚਲੇ ਗਏ ਏਸ਼ੀਆ ਤੋਂ ਮੁੜ ਕੇ ਫਿਰ ਡਰੱਗਸ ਖਰੀਦ ਕੇ ਮੁੜ ਕੇ ਆ ਗਏ ਅਤੇ ਸਭ ਕੁਛ ਇਹਦੇ ਵਿੱਚ ਦੱਸਿਆ ਹੋਇਆ ਹੁਣ ਵੱਡੀ ਗੱਲ ਜਿਹੜੀ ਇਹ ਹੈ ਅਤੇ ਜਿਹੜਾ ਇਹਦੇ ਵਿੱਚ ਦੱਸ ਰਿਹਾ ਪੈਟ ਫੋਗੈਟੀ ਜਿਹੜਾ ਫਾਰਮਰ ਡਿਪਟੀ ਚੀਫ ਆ BC ਦੀ ਕੰਬਾਈਨਡ ਫੋਰਸ ਐਂਟੀ ਗੈਂਗ ਯੂਨਿਟ ਦਾ ਉਹ ਕਹਿੰਦਾ ਬਿਗ ਸਰਕਲ ਬੋਇਜ਼ ਅਤੇ ਟ੍ਰਾਇਡ ਕਿੰਗ ਪਿੰਨ ਜਿਹੜੇ ਮੇਨਲੈਂਡ ਚਾਈਨਾ ਅਤੇ ਮਕਾਓ ਦੇ ਵਿੱਚ ਨੇ ਅਤੇ ਉਹ ਉਹਨਾਂ ਦਾ ਇਹਦੇ ਵਿੱਚ ਨਾਂ ਹੈ ਅਤੇ ਇਹਦੇ ਵਿੱਚ ਹੁਣ ਸਰਕਾਰ ਦੇ ਥੱਲੇ ਸਰਕਾਰ ਦੇ ਨੱਕ ਥੱਲੇ ਇੱਕ ਪੁਲਿਸ ਦੀ ਯੂਨਿਟ ਦੱਸਦੀ ਹੈ ਕਿ ਤੁਹਾਡੇ ਇਹ ਖਰੀਦੇ ਜਾ ਰਹੇ ਨੇ ਤੁਹਾਡੇ ਕਸੀਨੋ ਇਲੀਗਲ ਮਨੀ ਨਾਲ ਏਸ਼ੀਆ ਦੇ ਗੈਂਗਸਟਰ ਖਰੀਦ ਰਹੇ ਨੇ ਬੱਗੇ ਵੱਡੇ ਜਿਹੜੇ
ਆਰਗੇਨਾਈਜ਼ਡ ਕ੍ਰਾਈਮ ਯੂਨਿਟ ਨੇ, ਗੈਂਗਸਟਰ ਨਹੀਂ ਪੂਰਾ ਯੂਨਿਟ ਨੇ ਜਿਹੜੇ, ਪਰ ਈ ਰਿਚ ਕੋਲਮੈਨ ਉਹਨਾਂ ਦੀ ਮਜਬੂਰੀ ਹੋਈ ਕਿ ਉਹਨਾਂ ਨੇ ਯੂਨਿਟ ਹੀ ਭੰਗ ਕਰ। ਜਿਹੜੇ ਬੰਦੇ ਨੇ ਟ੍ਰਾਂਜੈਕਸ਼ਨ ਕੰਪਲੀਟ ਕੀਤੀ, ਬੀਸੀ ਗਵਰਨਮੈਂਟ 'ਚ ਕੰਮ ਕਰਦਾ ਸੀ ਅਤੇ ਫਿਰ ਉਹ ਬੀਸੀ ਲਾਟਰੀ 'ਚ ਕੰਮ ਕਰਨ ਲੱਗਿਆ, ਇੱਥੋਂ ਇਹ ਮਨੀ ਲਾਂਡਰਿੰਗ ਸ਼ੁਰੂ ਹੋਈ ਹੈ। ਜਿਹਨੇ ਦੁਆਲਾ ਕੱਢਿਆ, ਅਫੋਰਡੇਬਿਲਟੀ ਸਾਡੀ ਟੁੱਟੀ, ਘਰਾਂ ਦੀ ਕੀਮਤ ਮਿਲੀਅਨ ਦੇ ਵਿੱਚ ਵੱਧ ਗਈ, ਉਹਦਾ ਕਾਰਨ ਇਹ ਸੀ ਕਿ ਉਹਨਾਂ ਦੇ ਪੈਸੇ ਜਿਹੜੇ ਡਾਲਰ ਨੇ ਉਹ ਪਤਾ ਹੀ ਹੈ ਜਿਵੇਂ ਬਣਾਏ ਹੋਏ ਨੇ, ਉਹਨਾਂ ਨੇ ਉਹਨਾਂ ਨੂੰ ਵਾਈਟ ਕਰਨ ਲਈ ਜਿਹੜੇ ਨੇ ਸਾਰੇ ਡਾਲਰ ਉਹ ਇੱਥੇ ਰੀਅਲ ਅਸਟੇਟ 'ਚ ਲੱਗਦੇ, ਕੁਛ ਮੁੜ ਜਾਂਦੇ। ਜਦ ਇੱਕ ਵਾਰ ਕਸੀਨੋ ਤੋਂ ਔਨਲਾਈਨ ਬੈਂਕਿੰਗ ਦੇ ਰਾਹੀਂ ਅਕਾਊਂਟ 'ਚ ਪੈਸੇ ਚਲੇ ਗਏ ਤਾਂ ਉਹਦੇ ਬਾਅਦ ਉਹ ਲੀਗਲ ਹੋ ਜਾਂਦੇ। 1-844-247-1550 ਇਸ ਰਿਪੋਰਟ ਬਾਰੇ ਤੁਹਾਡੇ ਵਿਚਾਰ ਕਿ ਕਰਪਸ਼ਨ ਇੱਥੇ ਰਾਜਨੀਤਕ ਪਾਰਟੀਆਂ ਜਾਂ ਰਾਜਨੀਤਕ ਜਿਹੜੇ ਲੋਕ ਤੁਰੇ ਫਿਰਦੇ ਆ, ਕੀ ਉਹ ਇਸ ਤਰ੍ਹਾਂ ਇਸ ਕਦੇ ਸੋਚਿਆ ਵੀ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਇਨਵੋਲਵ ਹੋ ਸਕਦੇ ਨੇ? ਇੱਕ ਨਹੀਂ ਕਹਾਣੀ, ਚੱਕ ਰਫੀਫਕੀ ਵਰਗੇ ਜਿਹੜੇ ਚੀਫ ਫਾਈਨੈਂਸ਼ੀਅਲ ਅਫੀਸਰ ਰਹੇ ਨੇ ਲਿਬਰਲ ਪਾਰਟੀ ਦੇ, ਜਦ ਉਸ ਭੰਗ ਨੂੰ ਲੀਗਲ ਕਰਦੇ ਨੇ, ਉਦੋਂ ਸਭ ਤੋਂ ਵੱਡੀ ਕੰਪਨੀ ਉਹ ਆ ਕੇ ਭੰਗ ਦੀ ਇਹਨਾਂ ਦੀ ਸ਼ੇਅਰ ਦੀ ਉਹ ਲੈ ਕੇ ਜਾਂਦਾ ਸਟਾਕ 'ਤੇ, ਕੈਨੋਪੀ ਟਵੀਟ ਜਿਹੜੇ ਦੋਨੇ ਨੌ ਨੇ। ਅਤੇ ਉਸ ਤੋਂ ਬਾਅਦ ਆਹ ਜਿਹੜੀ ਰਿਪੋਰਟ ਹੈ ਬੀ ਸੀ ਦੇ ਕਸੀਨੋਆਂ ਦੇ ਵਿੱਚ ਕੀ ਕੁਛ ਹੋਇਆ, ਜਿਹੜੇ ਬੰਦਿਆਂ ਦੇ ਬਾਰੇ ਜਿਹਨੂੰ ਪਤਾ ਇਸ ਡਰੱਗ ਟ੍ਰੇਡ ਦੇ ਵਿੱਚ ਨੇ, ਉਹਨਾਂ ਨੂੰ ਸਰਕਾਰ ਆਪਣੇ ਜੂਏ ਖਾਨਿਆਂ ਦੇ ਵਿੱਚ ਮਾਲਕ ਬਣਾਉਂਦੀ ਆ, ਹਿੱਸਾ ਵੇਚਦੀ ਆ। ਇਹ ਤਾਂ ਫਿਰ ਹੁਣ ਆਪਾਂ ਹੋਰ ਪਾਸੇ ਨੂੰ ਚੱਲੇ ਹਾਂ। ਇਹ ਦੇਸ਼ ਜਿਹੜਾ ਇਹ ਜਿਹੜਾ ਕੁਛ ਚੱਲ ਰਿਹਾ ਇੱਥੇ, ਇਹ ਸਭ ਅੱਛਾ ਨਹੀਂ ਹੈ। ਪਬਲਿਕ ਇਨਕੁਆਇਰੀ ਦੇ ਵਿੱਚ ਕੀ ਨਿਕਲੇਗਾ? ਪਬਲਿਕ ਇਨਕੁਆਇਰੀ ਇਸ ਫਰਵਰੀ ਦੇ ਵਿੱਚ ਜਾਂ ਮਾਰਚ ਸ਼ੁਰੂ ਹੋ ਰਹੀ ਹੈ ਜਸਟਿਸ ਦੇ ਥੱਲੇ, ਔਰ ਸੂਬਾ ਸਰਕਾਰ ਨੇ ਕੋਸ਼ਿਸ਼ ਕੀਤੀ ਇਹਨੂੰ ਠੱਲਣ ਦੀ ਜਿੰਨੀ ਠੱਲ ਸਕਦੀ ਹੈ। ਸੈਮ ਜੀ ਕੀ ਕਹਿਣਾ ਚਾਹੁੰਦੇ ਹੋ ਲਾਈਨ ਨੰਬਰ 2? ਚੱਲ ਸਾਹਿਬ, ਇਹ ਤਾਂ ਪਤਾ ਵੀ ਇਮਾਨਦਾਰ ਲੋਕਾਂ ਨਾਲ ਕੀ ਹੁੰਦਾ, ਆਹ ਫੈਡਰਲ ਚੋਣਾਂ ਦੇ ਵਿੱਚ ਦੇਖ ਲਿਆ, ਇੱਕ ਕਰਪਟ ਬੰਦੇ ਨੂੰ ਮੁੜ ਕੇ ਫਿਰ ਪ੍ਰੈਜੀਡੈਂਟ ਬਣਾ ਦਿੱਤਾ। ਮੈਂ ਇੱਧਰ ਨੂੰ ਨਹੀਂ ਆਉਂਦਾ, ਮੈਂ ਹੁਣ ਸਿੱਧਾ ਉਹਨਾਂ ਪੋਲੀਟੀਕਲ ਪਾਰਟੀਆਂ ਆਪਣੇ ਆਪਣੇ ਏਜੰਡੇ ਉਹਨਾਂ ਦੇ ਹੁੰਦੇ ਆ, ਔਰ ਇੱਕ ਦੇ ਉਹਨੂੰ ਠਿੱਬੀ ਲਾਉਣ ਨੂੰ ਪੂਰਾ ਯਤਨ ਕਰਦੇ ਆ, ਪਰ ਇਹ 'ਚ RCMP ਦਾ ਰੋਲ ਤਾਂ ਬਹੁਤ ਹੀ ਬੈਡ ਮੈਂ ਦੇਖਿਆ। ਤੁਸੀਂ ਦੱਸੋ, ਜਿਹਨਾਂ ਨੂੰ ਆਲਰੇਡੀ ਪਤਾ ਲੱਗ ਗਿਆ, ਇੱਕ ਉਹ ਆਪਣੇ ਉੱਪਰਲੇ ਬੰਦੇ ਨੂੰ ਆਣ ਕੇ ਕਹਿ ਰਿਹਾ ਵੀ ਸਾਹਿਬ ਜੀ ਇਹ ਆਹ ਘਪਲੇ ਹੁੰਦੇ ਆ, ਉਹ ਕਹਿੰਦਾ ਤੁਸੀਂ ਚੁੱਪ ਕਰੋ, ਤੇ ਚੁੱਪ ਕਰਕੇ ਬਹਿ ਗਿਆ। ਦਿਸ ਇਜ਼ RCMP, ਇਹ ਰੋਲ ਇਹਨਾਂ ਦਾ ਵੀ ਕੋਈ। ਮੈਂ ਤਾਂ ਇਹ ਸੁਣਿਆ ਵੀ ਇਹ ਸਾਰਿਆਂ ਤੋਂ ਅਭਾਵ ਆ, ਜੇ ਇਹਨਾਂ ਨੂੰ ਲੱਗਦਾ ਕੋਈ ਦੇਸ਼ ਨਾਲ ਹਾਨੀ ਹੋ ਰਹੀ ਆ ਜਾਂ ਕਿਤੇ ਵੀ ਕੋਈ ਘਪਲਾ ਹੋ ਰਿਹਾ, ਇਹ ਪੋਲੀਟੀਸ਼ੀਅਨ ਤਾਂ ਉਹਨਾਂ ਦੇ ਸਾਹਮਣੇ ਕੱਖ ਵੀ ਹੈ ਨੀ, ਪਰ ਉਹ ਚੁੱਪ ਕਰਕੇ ਬੈਠ ਗਿਆ। ਉਹ ਇਸ ਵਿਸਲ ਬਲੋਰ ਕਿਹਨੇ ਦੱਸਿਆ ਆ ਅੱਜ ਗੱਲਾਂ ਆ ਰਹੀਆਂ? ਆਈ ਥਿੰਕ RCMP ਵੀ ਹੁੱਕ ਤੇ ਹੋਣੀ ਚਾਹੀਦੀ, ਜਿਹੜੇ ਜਿਹੜੇ ਬੰਦੇ ਨੇ ਕੀਤਾ। ਅਗਰ ਅਸੀਂ ਥੋੜੀ ਮੋਟੀ ਵੀ ਕਰਪਸ਼ਨ ਪੋਲੀਟਿਕਸ਼ਨ ਤੇ ਜਾਣ ਦਿੱਤੀ, ਹੌਲੀ ਹੌਲੀ ਵਧਣੀ ਆ, ਫੈਡਰਲ ਚ ਤਾਂ ਪਾਰਟੀ ਆ, ਲੋਕਲ ਹੁਣ ਜਿਹੜਾ ਜਿਹੜਾ ਬੰਦਾ ਸਾਰੇ ਹੁੱਕ ਹੋਣ, ਔਰ RCMP ਸਭ ਤੋਂ ਵੱਡੀ ਹੋਣੀ ਚਾਹੀਦੀ ਆ, ਮੇਰੇ ਖਿਆਲ ਇਹੀ ਕਰਨਾ ਸੀਗਾ। ਥੈਂਕ ਯੂ, ਬਹੁਤ ਵਧੀਆ ਸੈਮ ਜੀ ਨੇ ਗੱਲ ਕੀਤੀ ਕਿ RCMP ਤਾਂ ਕਿਸੇ ਸੂਬੇ ਦੇ ਅੰਡਰ ਹੈ ਨੀ, RCMP ਤਾਂ ਫੈਡਰਲ ਦੇ ਥੱਲੇ ਆਉਂਦੀ ਹੈ। ਉਹਨਾਂ ਨੇ ਅਲਾਰਮਿੰਗ ਕਿਉਂ ਨਾ ਕੀਤੀ ਉੱਪਰ, ਫੈਡਰਲ ਸਰਕਾਰ ਦੇ ਵਿੱਚ ਇਹ ਗੱਲ ਦੀ ਗੱਲ ਕਿਉਂ ਨਾ ਨਿਕਲੀ? ਆਹ ਤਾਂ ਹੁਣ ਸਹਿਮ ਕੂਪਰ ਉਹਨਾਂ ਨੇ ਕੱਢ ਲਈ ਰਿਪੋਰਟ, 10-11 ਸਾਲਾਂ ਬਾਅਦ ਦੱਬੀ ਹੋਈ ਰਿਪੋਰਟ ਕੱਢੀ ਆ, ਪਤਾ ਨੀ ਵਿਚਾਰੇ ਕਿਵੇਂ ਲੱਗੇ, ਕਿੱਥੋਂ ਕੱਢੀ। ਉਹ ਸਹਿਮ ਕੂਪਰ ਹੁਣੀ ਇਸ ਨੂੰ ਫੋਲੋ ਕਰ ਰਹੇ ਨੇ ਚਿਰ ਦੇ ਇਲੀਗਲ ਮਨੀ ਨੂੰ। ਆਹ ਹੁਣ ਰਿਚ ਕੋਲਮੋਨ ਨੂੰ ਨੀ ਲੱਭਦੇ ਨੀ, ਤੇ ਇਹ 2009 ਦੀ ਗੱਲ ਹੈ, ਉਸ ਸਮੇਂ ਗੋਲਡਨ ਕੈਂਬਲ ਹੋਣੀ। ਅਸਲ ਏਸ਼ੀਆ ਦੇ ਨਾਲ ਵਪਾਰ ਵੀ ਲਿਬਰਲ ਵੇਲੇ ਸ਼ੁਰੂ ਹੋਇਆ, ਜਦ ਜਥੇ ਲੈ ਕੇ ਨਾ ਚਾਈਨਾ 'ਚ ਗਏ, ਆ ਜਾਓ ਜੀ ਇਨਵੈਸਟ ਕਰੋ ਜੀ ਆ ਜਾਓ। ਇਹ ਜਿਹੜਾ ਕੁਛ ਹੋ ਰਿਹਾ ਕਿ ਰਿਚ ਕੋਲਮੈਨ ਨੇ ਉਸ ਸਮੇਂ, ਰਿਚ ਕੋਲਮੈਨ ਦੀ ਇਹ ਬਣਦੀ ਨਹੀਂ ਸੀ ਡਿਊਟੀ ਕਿ ਉਹ ਪਬਲਿਕ 'ਚ ਆ ਕੇ ਸਟੇਟਮੈਂਟ ਦਿੰਦਾ ਵੀ ਸਾਨੂੰ ਆਹ ਗੱਲ ਦਾ ਪਤਾ ਲੱਗਿਆ। ਸਾਰੇ ਦੱਬ ਕੇ ਬਹਿ ਗਏ, BC ਲਾਟਰੀ ਕਾਰਪੋਰੇਸ਼ਨ ਕਹਿੰਦੇ ਸਾਡੀ ਫੰਡਿੰਗ ਬੰਦ ਹੈ, ਉਹ ਜਿੱਥੋਂ ਅਫੀਸਰ ਆਏ ਦੁਬਾਰਾ ਡਿਟੈਚਮੈਂਟ 'ਚ ਭੇਜਤੇ, ਗੱਲ ਨਿਕਲ ਗਈ। RCMP ਨੇ ਵੀ ਨਹੀਂ ਦੱਸੀ ਇਹ ਗੱਲ, ਇਹ ਤਾਂ ਡਾਕਟਰ ਜਰਮਨਤ ਦੀ ਰਿਪੋਰਟ ਤੋਂ ਬਾਅਦ, ਇਹ 17 ਤੋਂ ਬਾਅਦ ਦਾ ਸਾਰਾ ਕੁਛ ਜਿਹੜਾ ਹੋ ਰਿਹਾ। 3 ਸਾਲਾਂ ਦੇ ਵਿੱਚ ਡੇਵਿਡ ਈਬੀ ਨੇ ਇਹਨੂੰ ਨਿੱਜੀ ਤੌਰ 'ਤੇ ਲਿਆ ਇਸ ਗੱਲ ਨੂੰ, ਇਹ ਹੁਣ ਪਬਲਿਕ ਇਨਕੁਆਇਰੀ ਜਿਹੜੀ ਇਹਦੀ ਸ਼ੁਰੂ ਹੋ ਰਹੀ ਹੈ, ਇਹਦੇ ਵਿੱਚੋਂ ਬਹੁਤ ਕੁਛ ਨਿਕਲਣ ਵਾਲਾ ਆ ਜਦ ਪਬਲਿਕ ਇਨਕੁਆਇਰੀ ਸ਼ੁਰੂ ਹੋਣੀ। ਹਾਂ, ਉਹਦੇ ਲਈ ਸਾਲ ਲੱਗ ਜਾਏ, ਡੇਢ ਲੱਗ ਜਾਏ, ਪਤਾ ਨਹੀਂ ਕਿੰਨਾ ਲੱਗ ਜਾਏ, ਪਰ ਆਹ ਤਾਂ ਰਿਪੋਰਟ ਸਾਹਮਣੇ ਨੇ। ਤੁਸੀਂ ਸੋਚ ਸਕਦੇ ਹੋ ਵੀ ਉਹ ਕਸੀਨੋ ਕਿਵੇਂ ਇਲੀਗਲ ਮਨੀ ਨੂੰ ਟ੍ਰਾਂਸਫਰ ਨਹੀਂ ਕਰੂਗਾ, ਜਿਹਦਾ ਮਾਲਕ ਹੀ ਉਹ ਇਲੀਗਲ ਮਨੀ ਦਾ ਮਾਲਕ ਹੈ।
ਉਹ ਆਪਣੇ ਬੈਗ ਲਿਆਊ ਭਰ ਕੇ ਤੇ ਉੱਥੋਂ ਸਾਫ਼ ਕਰਕੇ ਉਹ ਦੁਬਾਰਾ ਉੱਥੋਂ ਆਨਲਾਈਨ ਬੈਂਕਿੰਗ ਰਾਹੀਂ ਕਿਹਨੇ ਉੱਥੇ ਪੁੱਛਣਾ। ਜੇ ਮੈਂ ਮਾਲਕ ਹਾਂ, ਮੇਰਾ ਹੀ ਆਪਣਾ ਜੂਏ ਖਾਨਾ ਤੇ ਉਹਦੇ 'ਚ ਮੇਰੀ ਮਰਜ਼ੀ ਆ ਵੀ ਜਿਹੜਾ ਕੁਛ ਉਹਦੇ 'ਚ ਆਉਣਾ ਆਈ ਜਾਵੇ। ਸਰਕਾਰਾਂ ਨੇ ਕੀ ਕਰਨਾ ਉਹਦੇ 'ਚ? ਕੋਲ ਹੀ ਬੈਠੇ ਸੀ RCMP ਵਾਲੇ ਨੇ ਰਿਪੋਰਟ ਦਿੱਤੀ ਹੈ ਇਹ, ਪਰ ਕੁਛ ਨਹੀਂ ਹੋਇਆ। ਰਿਚ ਕੋਲ ਮੈਨੇ ਦੱਸ ਸਕਦੇ ਨੇ ਵੀ ਉਹਨਾਂ ਦੀ ਕੀ ਮਜਬੂਰੀ ਸੀ। ਵਪਾਰਕ ਸੰਦੇਸ਼, ਉਹ ਕਹਿੰਦੇ ਮੇਰੀ ਮਜਬੂਰੀ ਇਹ ਸੀ ਵੀ BC ਲਾਟਰੀ ਕਾਰਪੋਰੇਸ਼ਨ ਆ ਜਿਹੜੀ, ਜਿਹਨਾਂ ਦੇ ਉਹ ਬਈ ਉਹ ਕਹਿੰਦੀ ਅਸੀਂ ਇਹਨੂੰ ਫੰਡਿੰਗ ਨਹੀਂ ਕਰਨੀ, ਇਹ ਤਾਂ ਸਾਡੀ ਰਿਪੋਰਟ ਕਰਨ ਲੱਗ ਗਏ। ਸ਼੍ਰੀ ਅਵਤਾਰ ਸਿੰਘ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਦੇਖੋ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਰਿਪੋਰਟ ਦੀ ਜਿੰਨੀਆਂ ਡਿਟੇਲ ਸਾਂਝੀਆਂ ਕਰ ਦਿੱਤੀਆਂ, ਦੋ ਤਿੰਨ ਚੀਜ਼ਾਂ ਹੋਰ ਮੈਂ ਦੱਸਣਾ ਚਾਹੂੰਗਾ। ਕਿ ਇੱਕ ਤਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਰਿਪੋਰਟ ਤੋਂ ਪਹਿਲੀ ਵਾਰ ਇੰਜ ਐਸਟੈਬਲਿਸ਼ ਹੁੰਦਾ ਕਿ ਯੈਸ ਗਵਰਨਮੈਂਟ ਇਨਵੋਲਵ ਸੀਗੀ ਮਨੀ ਲਾਂਡਰਿੰਗ। ਕਿਉਂਕਿ ਜਿਹੜੀ ਇਹ ਰਿਪੋਰਟ ਆ ਇਹ ਕਿਸੇ ਇੰਡੀਵਿਜੁਅਲ RCMP ਆਫਿਸਰ ਵੱਲੋਂ ਨਹੀਂ ਦਿੱਤੀ ਗਈ, ਇਹ ਜਿਹੜੀ ਉਹ ਡੈਜ਼ਿਗਨੇਟਿਡ ਬਾਡੀ ਸੀ, ਉਹਨੀ ਯੂਨਿਟ ਸੀਗਾ RCMP ਦਾ ਜਿਹੜਾ ਇਲੀਗਲ ਐਂਟੀ ਮਨੀ ਲਾਂਡਰਿੰਗ ਯੂਨਿਟ ਸੀਗਾ, ਉਹਦੇ ਵੱਲੋਂ ਰਿਪੋਰਟ ਭੇਜੀ ਗਈ ਹੈ। ਠੀਕ ਹੈ ਜੀ। ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਇਹ ਦੱਸਿਆ ਕਿ ਯੈਸ ਉਹਨਾਂ ਕੋਲ ਪ੍ਰੋਪਰ ਇਨਫੋਰਮੇਸ਼ਨ ਹੈਗੀ ਆ ਕਿ ਜਿਹੜਾ ਸਾਊਥ ਏਸ਼ੀਅਨ ਮਾਫੀਆ ਜਾਂ ਚਾਈਨਾ ਦਾ ਜਿਹੜਾ ਮਾਫੀਆ ਹੈਗਾ ਆ ਉਹ ਇੱਥੇ ਬਾਏ ਕਰਨ ਦੀ ਕੋਸ਼ਿਸ਼ ਕਰ ਗਿਆ, ਤੇ ਇਮੀਡੀਏਟਲੀ ਉਸ ਤੋਂ ਬਾਅਦ ਇਹਦਾ ਡਾਇਰੈਕਟ ਲਿੰਕ ਐਸਟੈਬਲਿਸ਼ ਹੁੰਦਾ। ਦੂਸਰੀ ਗੱਲ ਹੈ ਕਿ ਫੈਡਰਲ ਲੈਵਲ ਤੇ ਵੀ ਦੇਖੋ ਤੁਸੀਂ ਸਰ, ਫੈਡਰਲ ਲੈਵਲ ਤੇ ਜਿਹੜੀ ਡੈਲਟਾ ਕੋਰਟ ਦੀ ਪੁਲਿਸ ਸੀਗੀ, ਜਿਹੜੀ ਡੈਜ਼ਿਗਨੇਟਿਡ ਪੁਲਿਸ ਸੀਗੀ ਚੈੱਕ ਕਰਨ ਵਾਸਤੇ, ਉਹ ਖਤਮ ਕੀਤੀ ਗਈ। ਜਿਹੜੀ ਫੰਡਿੰਗ ਆਉਣੀ ਹੁੰਦੀ ਹੈ ਐਂਟੀ ਮਨੀ ਲਾਂਡਰਿੰਗ ਡਿਪਾਰਟਮੈਂਟ ਨੂੰ, ਉਹ ਖਤਮ ਕੀਤੀ ਗਈ। ਫਿਨਟ੍ਰੈਕ ਦੀਆਂ ਰੈਕਮੈਂਡੇਸ਼ਨਸ ਨੂੰ ਇਗਨੋਰ ਕੀਤਾ ਗਿਆ। ਪਲੱਸ ਜਿਹੜੀ ਜਦੋਂ ਸਿੱਖ ਐਕਸਟ੍ਰੀਮਿਸਟ ਨਾਲ ਰੌਲਾ ਪਿਆ ਸੀ ਉਦੋਂ ਉਸੇ ਰਿਪੋਰਟ ਦੇ ਵਿੱਚ ਉਹਨਾਂ ਨੇ ਹੋਰ ਗੱਲ ਹਾਈਲਾਈਟ ਕੀਤੀ ਸੀ, ਉਹ ਕੀਤੀ ਸੀਗੀ ਕਿ ਜਿਹੜੀ ਕੈਨੇਡੀਅਨ ਸਿਕਿਉਰਿਟੀ ਆਫ ਇੰਟੈਲੀਜੈਂਸ ਸਰਵਿਸ ਨੇ ਇਹ ਕਿਹਾ ਸੀਗਾ ਕਿ ਜਿਹੜੀ ਚਾਈਨਾ ਦੀ CCP ਪਾਰਟੀ ਦੇ ਮੈਂਬਰ ਆ ਤੇ ਡਰੱਗ ਮਾਫੀਆ ਦੇ ਮੈਂਬਰ ਆ, ਬਿਊਰੋਕਰੇਸੀ ਦੀਆਂ ਹਾਈ ਪੋਜੀਸ਼ਨ ਜਿਹੜਿਆਂ ਦੇ ਡਿਸੀਜਨ ਜਿਹਨਾਂ ਕੋਲ ਡਿਸੀਜਨ ਮੇਕਿੰਗ ਪਾਵਰ ਹੁੰਦੀ ਆ, ਤੇ ਪਲੱਸ ਪਾਰਟੀ ਦੇ ਵਿੱਚ ਵੀ ਬਹੁਤ ਵੱਡੇ ਲੈਵਲ ਤੇ ਉਹਨਾਂ ਦਾ ਇਨਫਲੂਐਂਸ ਹੈਗਾ ਆ। ਬਟ ਉਹ ਗੱਲ ਬਾਹਰ ਨੀ, ਬਹੁਤੀ ਮੀਡੀਆ ਨੇ ਵੀ ਬਹੁਤੀ ਡਿਸਕਸ ਨਹੀਂ ਕੀਤੀ। ਦੈਟ ਮੀਨਸ ਨਾਟ ਓਨਲੀ ਡਰੱਗ ਮਾਫੀਆ, ਕਿਸੇ ਦੂਸਰੀ ਕੰਟਰੀ ਦੀ ਪਾਰਟੀ ਦੀ ਵੀ ਜਿਹੜੀ ਇਨਫਲੂਐਂਸ਼ੀਅਲ ਪਾਵਰ ਬਹੁਤ ਹੈਗੀ ਆ ਸਾਡੀ ਸਾਡੀ ਡੈਮੋਕਰੇਸੀ ਦੇ ਵਿੱਚ, ਇਹ ਵੀ ਇੱਕ ਬਹੁਤ ਵੱਡਾ। ਸੋ ਉਹ ਜਿਹੜੀਆਂ ਪਾਲਿਸੀਜ਼ ਬਣਦੀਆਂ ਆ ਤਾਂ ਉਹ ਫਿਰ ਉਹਨਾਂ ਦੇ ਪਰਸਨਲ ਇੰਟਰਸਟ ਨੂੰ ਮੱਦੇ ਨਜ਼ਰ ਰੱਖ ਕੇ ਦੇਖੀ ਜਾਂਦੀਆਂ। ਹੁਣ BC ਗਵਰਨਮੈਂਟ ਨੇ ਦੇਖੋ ਦੋਨਾਂ ਤਰ੍ਹਾਂ ਦੇ ਫੇਲ, ਜਦੋਂ ਪੀਟਰ ਜਰਮਨ ਦੀ ਰਿਪੋਰਟ ਆਈ 49 ਰੈਕਮੈਂਡੇਸ਼ਨ ਭੇਜੀਆਂ ਗਈਆਂ ਫੈਡਰਲ ਗਵਰਨਮੈਂਟ ਨੂੰ, 70 ਰਿਕਮੈਂਡੇਸ਼ਨ ਸੀਗੀਆਂ ਸਾਡੀਆਂ ਆਪਣੇ BC ਗਵਰਨਮੈਂਟ ਨੂੰ, ਉਹਦੇ ਵਿੱਚ ਉਸਨੇ 5 ਜਿਹੜੀਆਂ ਰੈਕਮੈਂਡੇਸ਼ਨ ਉਹ ਫੈਡਰਲ ਗਵਰਨਮੈਂਟ ਨੇ ਅਲਾਓ ਕੀਤੀਆਂ, ਤੇ 17 ਜਿਹੜੀਆਂ ਹਾਲੇ ਇਹਨਾਂ ਨੇ ਫੋਲੋ ਕੀਤੀਆਂ। ਹਾਲੇ ਇਹਨਾਂ ਨੇ ਜਿਹੜਾ ਆਪਾਂ ਕਹਿੰਦੇ ਨਾ ਬੈਨੀਫਿਸ਼ੀਅਲ ਓਨਰਸ਼ਿਪ ਦਾ ਕਲੋਜ਼ ਆ, ਉਹ ਆਉਣ ਵਾਲੀ ਸਪਰਿੰਗ ਸੈਸ਼ਨ ਦੇ ਵਿੱਚ ਲਾਅ ਲੈ ਕੇ, ਮਤਲਬ ਉਹ ਲਾਅ ਬਣਾਉਣਾ ਆ, ਉਹ ਲੈ ਕੇ ਆਉਣਾ, ਇੰਟਰੋਡਿਊਸ ਕਰਨਾ। ਬਟ ਫੈਡਰਲ ਗਵਰਨਮੈਂਟ ਨੂੰ ਵੀ ਬੈਨੀਫਿਸ਼ੀਅਲ ਓਨਰਸ਼ਿਪ ਦੀ ਰਿਕਮੈਂਡੇਸ਼ਨ ਦਿੱਤੀ ਗਈ ਉਹ, ਪਰ ਉਹ ਨਹੀਂ ਕਰਦੇ ਕਿਉਂਕਿ ਬੈਨੀਫਿਸ਼ੀਅਲ ਓਨਰਸ਼ਿਪ ਇੱਕ ਏਦਾਂ ਦਾ ਮਤਲਬ ਉਹਨਾਂ ਨੂੰ ਡਿਫੈਂਸ ਸਿਸਟਮ ਆ ਇਲੀਗਲ ਮਨੀ ਲਾਂਡਰਿੰਗ ਕਰਨ ਵਾਸਤੇ, ਕਿਉਂਕਿ ਤੁਸੀਂ ਆ ਸਰ, ਤੁਸੀਂ ਇੱਥੇ ਦੇ ਸਿਟੀਜ਼ਨ ਵਾ ਜਾਂ PR ਵਾ, ਟਾਈਟਲ ਤੁਹਾਡੇ ਨਾਂ ਤੇ ਆ, ਜਿਹੜੀ ਓਨਰਸ਼ਿਪ ਆ ਕੋਈ ਟਰੱਸਟ ਵਾ ਜਾਂ ਕਿਤੇ ਕੋਈ ਬੈਠਾ ਚਾਈਨਾ ਦਾ ਡਰੱਗ ਕ੍ਰਿਮੀਨਲ ਉਹਦੇ ਨਾਂ ਤੇ ਚੱਲ ਰਿਹਾ, ਉਹ ਦੱਸਦੇ ਨਹੀਂ ਹੈਗੇ। ਬਹੁਤ ਸਾਰੇ ਲਾਇਰ ਦੇ ਨਾਮ ਆਏ ਆ ਕਿ 3 million ਦਾ ਕੌਂਡੋ ਦੁਬਈ ਦਾ ਬੰਦਾ ਸੀਗਾ, ਉਹਦੇ ਉਹ ਜਿਹੜਾ ਟਾਈਟਲ ਓਨਰਸ਼ਿਪ ਆ ਉਹ ਇੱਥੇ ਦੇ ਸਿਟੀਜ਼ਨ ਦਾ ਜਾਂ ਲਾਇਰ ਦੇ ਨਾਂ ਤੇ ਆ, ਜਿਹੜਾ ਉਹ ਟਰੱਸਟ ਦੇ ਥਰੂ ਪੈਸਾ ਬਾਹਰ ਲਾਂਡਰ ਹੁੰਦਾ, ਕਾਹਤੇ ਨਹੀਂ ਗਵਰਨਮੈਂਟ ਕਰਦੀ? ਬਿਕੋਜ਼ ਗਵਰਨਮੈਂਟ ਨੂੰ ਪਤਾ ਆ ਜਦੋਂ ਉੱਥੇ ਪਾਰਟੀ ਦੀਆਂ ਪਾਲਿਸੀਜ਼ ਬਣਨੇ ਜਾਂ ਗਵਰਨਮੈਂਟ ਪਾਲਿਸੀਜ਼ ਹੁੰਦੀਆਂ ਜਾਂ ਲੋਬੀਸਟ ਜਿਹੜੇ ਅਸੀਂ ਕਹਿੰਦੇ ਆ ਜਿਹੜੇ ਜਾ ਕੇ ਉੱਥੇ ਕਰਦੇ ਆ, ਇੱਕ ਕਿਉਂ ਇਨਫਲੂਐਂਸ ਕਰਦੇ ਆ? ਪੀਪਲ ਨੀਡ ਟੂ ਅੰਡਰਸਟੈਂਡ ਕਿ ਜਦੋਂ ਅਸੀਂ ਵੋਟ ਪਾਉਂਦੇ ਹਾਂ ਪਲੀਜ਼ ਕਿਸੇ ਬੰਦੇ ਦਾ ਇੱਕ ਰੈਜ਼ਮੇ ਪੜਿਆ ਕਰੋ, ਉਹਨਾਂ ਦੀ ਪ੍ਰੋਪਰ ਦੇਖਿਆ ਕਰੋ ਕਿ ਜਿਸ ਬੰਦੇ ਨੂੰ ਅਸੀਂ ਵੋਟ ਪਾਉਣ ਜਾ ਰਹੇ ਉਹਨਾਂ ਦਾ ਬੈਕਗਰਾਊਂਡ ਕੀ ਆ। ਈਵਨ ਤੁਸੀਂ ਲੋਕਲ MPs ਦੇਖ ਲਓ, ਉਹਨਾਂ ਦੀ ਬੈਕਗਰਾਊਂਡ ਦੇਖ ਲਓ, ਉਹ ਤਾਂ ਖੁਦ ਮਤਲਬ ਰੀਅਲ ਸਟੇਟ ਦੇ ਵਿੱਚ ਆਪਣੀ ਉਹਨਾਂ ਦੀਆਂ ਕੰਪਨੀਆਂ ਚੱਲਦੀਆਂ, ਤੇ ਉਹਨਾਂ ਨੇ ਤੁਹਾਨੂੰ ਕਿੱਥੇ ਅਫੋਰਡੇਬਿਲਟੀ ਦਾ ਕੰਮ ਕਰਵਾ ਕੇ ਦੇਣਾ? ਕਹਿਣਾ ਵੈਸੇ ਤੁਸੀਂ ਵੱਡੀ ਗੱਲ ਕੀਤੀ, ਆਲ ਦਾ ਕਾਰਪੋਰੇਸ਼ਨ ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਕਿਉਂਕਿ ਫਸਟ ਹੈਂਡ ਇਨਫੋਰਮੇਸ਼ਨ ਕਿਹਦੇ ਕੋਲ ਹੁੰਦੀ? ਗਵਰਨਮੈਂਟ ਦੇ ਕੋਲ। ਚਲੋ ਗਵਰਨਮੈਂਟ ਹੀ ਹੈ ਤੇ ਬਿਜ਼ਨਸਮੈਨ, ਬਿਜ਼ਨਸ ਕਾਰਪੋਰੇਸ਼ਨ ਦਾ ਕੰਟਰੋਲ ਤਾਂ ਓਬਵੀਅਸਲੀ ਉਹਨਾਂ ਨੇ ਆਪਣੇ ਪਰਸਨਲ ਇੰਟਰਸਟ ਦਾ ਪ੍ਰੋਟੈਕਟ ਕਰਨੇ ਕਰਨੇ ਆ। ਇਹ ਬਹੁਤ ਇੰਪੋਰਟੈਂਟ ਗੱਲ ਸੀ। SNC ਲੈਵਲ ਦਾ ਮੁੱਦਾ ਲੋਕਾਂ ਨੂੰ ਹਲੇ ਤੱਕ ਸਮਝ ਨਹੀਂ ਆ, ਉਹਨੂੰ ਜੂਰੀ ਵਿਲਸਨ ਬਾਰੇ ਬਣਾ ਕੇ ਪੇਸ਼ ਕਰ ਦਿੱਤਾ, ਉਹਦੇ CEO ਨੂੰ ਸਾਡੇ ਹੱਥ ਕਰ ਦਿੱਤਾ ਜਾ। ਹੋਲੀ ਜੀ ਹੋਲੀ You're listening to 1550 AM KRPI Ferndale. The views expressed are not necessarily those of the staff, management, or ownership of this station. ਹਾਂਜੀ ਵੀਰ ਜੀ।
ਹਾਂਜੀ ਹਾਂਜੀ ਦੇਖੋ ਐਸ ਐਨ ਸੀ ਲੈਵਲ ਦੇ ਵਿੱਚ ਜਿਹੜਾ ਉਹਨਾਂ ਦਾ ਸੀਓ ਸੀਗਾ ਉਹਨਾਂ ਉਹਨੂੰ 8.5 ਸਾਲ ਦੀ ਸਜ਼ਾ ਹੋਈ ਜਦੋਂ ਚਾਰਜਿਸ ਪ੍ਰੈਸ ਹੋ ਗਏ ਗਿਲਟੀ ਪਲੀਡ ਹੋ ਗਿਆ ਤਾਂ ਉਹ ਤੋਂ ਇਮੀਡੀਏਟਲੀ ਐਸ ਐਨ ਸੀ ਲੈਵਲ ਨੇ ਆਪਣੇ ਚਾਰਜਿਸ ਪਲੀ ਕਰ ਲਏ ਹਾਂ ਵੀ ਗਿਲਟੀ ਪਲੀਡ ਕਰ ਲਿਆ ਵੀ ਸਾਡੀ ਗੱਲ ਤੇ ਬਿਕੋਜ਼ ਜੇ ਉਹ ਕੇਸ ਲੜਦੇ ਤਾਂ ਬਹੁਤ ਸਾਰੇ ਹੋਰ ਜਿਹੜੀਆਂ ਚੀਜ਼ਾਂ ਆਉਣੀਆਂ ਸੀ ਬਾਹਰ ਉਹਦੇ ਵਿੱਚ ਉਹਨਾਂ ਨੇ ਸੈਟਲਮੈਂਟ ਕਰਵਾ ਦੀ 2.5 ਸਾਲ ਦਾ ਮੈਂ ਲਾਤਾ ਤੇ ਮੇਰੇ ਖਿਆਲ 250 million ਦੀ ਉਹਨਾਂ ਨੂੰ ਦੋਸ਼ੀ ਕਰ ਦਿੱਤੀ ਬਟ ਜਿਸ ਤਰੀਕੇ ਨਾਲ ਸਾਨੂੰ ਇਮੇਜ ਪ੍ਰੈਜੈਂਟ ਕੀਤੀ ਜਾਂਦੀ ਆ ਲੀਡਰਾਂ ਦੀ ਜਿਸ ਤਰੀਕੇ ਨਾਲ ਦੱਸਿਆ ਜਾਂਦਾ ਕਿ ਨਾ ਜੀ ਇਹ ਤਾਂ ਫਲਾਣੇ ਦਾ ਮੁੰਡਾ ਹੈ ਇਹ ਤਾਂ ਰਾਬੀ ਹੈ ਇੱਦਾਂ ਨਹੀਂ ਹੈਗਾ ਪੋਲਿਟਿਕਸ ਦੇ ਵਿੱਚ ਜੇ ਤੁਸੀਂ ਸਾਨੂੰ ਰਾਜਨੀਤੀ ਦੀ ਸਮਝ ਨਹੀਂ ਹੈਗੀ ਤੁਸੀਂ ਇੱਕ ਚੰਗਾ ਰਾਜਨੀਤਿਕ ਲੀਡਰ ਨਹੀਂ ਚੁਣ ਸਕਦੇ ਔਰ ਜੇ ਤੁਸੀਂ ਚੰਗਾ ਰਾਜਨੀਤਿਕ ਲੀਡਰ ਨਹੀਂ ਚੁਣਦੇ ਤਾਂ ਓਬਵੀਅਸਲੀ ਜਿਹੜੇ ਉਹਨੇ ਆਪਣੇ ਪਰਸਨਲ ਇੰਟਰਸਟ ਪ੍ਰੋਟੈਕਟ ਕਰਨ ਲਈ ਡਿਸੀਜਨ ਲੈਣੇ ਗਵਰਨਮੈਂਟ 'ਚ ਪਾਵਰ ਬਹੁਤ ਆ ਸਰ ਬਹੁਤ ਪਾਵਰ ਹੁੰਦੀਆਂ ਉਸ ਤੋਂ ਬਾਅਦ ਜਿਹੜੀ ਉਹਦੇ ਰੈਪਰਕੇਸ਼ਨ ਆ ਉਹਦੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਆਮ ਲੋਕਾਂ ਨੂੰ ਚੱਲਣੀਆਂ ਪੈਂਦੀਆਂ ਵੈਨਕੂਵਰ ਦੀ ਜਿਹੜੀ ਅਫੋਰਡੇਬਿਲਟੀ ਇਸ਼ੂ ਆ ਉਹਦੇ ਵਿੱਚ ਸਭ ਤੋਂ ਵੱਡੀ ਜੇ ਤੁਸੀਂ ਇਹਨੂੰ ਪ੍ਰੋਪਰਲੀ ਦੇਖੋ ਉਹਦੇ ਵਿੱਚ ਕਾਰਨ ਹੀ ਇਹ ਆ ਕਿਉਂਕਿ ਲੋਕੀ ਹੁਣ ਪਾਰਟੀਜ਼ਨ ਕਨਸੈਪਟ ਇੰਨੀ ਹੋ ਗਈ ਆ ਕਿ ਹਰ ਬੰਦਾ ਪਾਰਟੀ ਨੂੰ ਇੰਨਾ ਮਤਲਬ ਚੁੰਬੜਿਆ ਪਿਆ ਆ ਉਹ ਆਪਣੀਆਂ ਬੇਸਿਕ ਚੀਜ਼ਾਂ ਭੁੱਲ ਗਿਆ ਯਾਰ ਤੁਸੀਂ ਕੈਂਡੀਡੇਟ ਨੂੰ ਦੇਖ ਲਓ ਉਹਦਾ ਬੈਕਗਰਾਉਂਡ ਤਾਂ ਚੈੱਕ ਕਰ ਲਓ ਤੁਸੀਂ ਕਿਸ ਤਰੀਕੇ ਨਾਲ ਹੈਂਡਲ ਕਰ ਸਕਦੇ ਔਰ ਇੱਕ ਹੋਰ ਵੱਡੀ ਗੱਲ ਆ ਮਾਜਿਦ ਜਵਾਰੀ ਰਿਚਮੰਡ ਹਿੱਲ ਦਾ ਇੱਕ ਮਤਲਬ ਐਮ ਪੀ ਆ ਉਹ ਲਿਬਰਲ ਪਾਰਟੀ ਦੇ ਵਿੱਚ ਆ ਇੱਕ ਮਤਲਬ ਇਰਾਨ ਦੇ ਨੈਸ਼ਨਲ ਟੀਵੀ ਤੇ ਬੰਦਾ ਇੱਕ ਸਪਾਈ ਸੀਗਾ ਉਹ ਕਹਿ ਰਿਹਾ ਸੀ ਕਹਿੰਦਾ ਹੀ ਇਜ਼ ਬੇਸਿਕਲੀ ਇਰਾਨੀ ਨੈਸਟ ਨੈਸ਼ਨਲ ਟੀਵੀ ਤੇ ਗਿਆ ਉਹ ਵੀ ਬਹੁਤ ਹੀ ਖਬਰ ਹਾਈਲਾਈਟ ਨਹੀਂ ਹੋਈ ਤੋ ਕਹਿਣ ਦਾ ਮਤਲਬ ਇਹ ਆ ਕਿ ਇਹਦਾ ਮਤਲਬ ਇਹ ਨਹੀਂ ਕਿ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਇਨਫਲੂਐਂਸ ਨਹੀਂ ਕਾਰਪੋਰੇਸ਼ਨ ਦਾ ਯੈਸ ਹੈਗਾ ਬਟ ਜਦੋਂ ਵੀ ਗੱਲ ਲੋਕਲ ਲੈਵਲ ਤੇ ਆਉਣੀ ਹੈ ਉਹ ਲੋਕਲ ਲੈਵਲ ਤੇ ਆਪਣੇ ਲੀਡਰ ਏਦਾਂ ਦੇ ਭੇਜੋ ਕਿ ਜਿਨ੍ਹਾਂ ਦੀ ਸਟਰੋਂਗ ਆਵਾਜ਼ ਹੋਵੇ ਤਦੇ ਡੈਮੋਕਰੇਸੀ ਨੂੰ ਬਜਾਜ ਆਇਆ ਸਕਦਾ ਅਦਰਵਾਈਜ਼ ਸਾਨੂੰ ਅਸੀਂ ਕਹਿੰਦੇ ਹਾਂ ਡੈਮੋਕਰੇਸੀ ਆ ਬਟ ਇਟ ਇਜ਼ ਅ ਸੂਡੋ ਡੈਮੋਕਰੇਸੀ ਔਰ ਜਿਹੜੀ ਅਸੀਂ ਇਕੋਨਮੀ ਅਸੀਂ ਕ੍ਰੀਏਟ ਕਰ ਰਹੇ ਹਾਂ ਇਹ ਸੂਡੋ ਇਕੋਨਮੀ ਆ ਬਿਕੋਜ਼ ਦਾ ਮੂਵਮੈਂਟ ਉਹ ਮਨੀ ਬੰਦ ਹੋਈ ਇੱਥੇ ਇਕੋਨਮੀ ਟਾਸ ਦੇ ਪੱਤਿਆਂ ਵਾਂਗੂ ਡਰ ਜਾਣੀ ਐਂਡ ਦੈਟ ਵਟ ਕਾਜ਼ਿਜ਼ ਅ ਰਿਸੈਸ਼ਨ ਗ੍ਰੀਸ ਦੇ ਵਿੱਚ ਦੇਖ ਲਓ ਕੀ ਹੋਇਆ ਸਪੇਨ ਦੇ ਵਿੱਚ ਕੀ ਦੇਖ ਲਓ ਹੋਇਆ ਇਹ ਚੀਜ਼ਾਂ ਬਹੁਤ ਸੀਰੀਅਸ ਵਾ ਸੋ ਆਪਣੀ ਅਵੇਅਰਨੈਸ ਲੋਕਾਂ ਨੂੰ ਵੀ ਜਾਗਰੂਕ ਰਹਿਣਾ ਚਾਹੀਦਾ ਪੜ੍ਹਦੇ ਰਹਿਣਾ ਚਾਹੀਦਾ ਬੈਕਗਰਾਉਂਡ ਚੈੱਕ ਕਰਦੇ ਰਹਿਣੀ ਚਾਹੀਦੀ ਥੈਂਕ ਯੂ ਸਰ ਮੈਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਇਸ਼ੂ ਬੜੇ ਵਧੀਆ ਨੇ ਇਹਦੇ ਚ ਸਰ ਅਵਤਾਰ ਸਿੰਘ ਨੇ ਤੁਹਾਨੂੰ ਸਿੱਧੇ ਸ਼ਬਦਾਂ ਸਮਝਾਇਆ ਵੀ ਇਹ ਪੋਲੀਟੀਕਲ ਪਾਰਟੀਆਂ ਤੇ ਤੁਹਾਡੇ ਐਮ ਪੀ ਐਮ ਐਲ ਏ ਇਕੱਲੇ ਨਹੀਂ ਤੁਸੀਂ ਚੁਣਦੇ ਵੀ ਤੁਸੀਂ ਬੰਦੇ ਭੇਜਤੇ ਪੋਲੀਟੀਕਲ ਪਾਰਟੀਆਂ ਦੀ ਮਦਦ ਕਹਿੰਦੇ ਦੇਖੋ ਉਹਨਾਂ ਨੇ ਸੈਟਅਪ ਕਰਨਾ ਪਿਛਲੀ ਲਿਬਰਲ ਸਰਕਾਰ ਨੇ ਜਿਹੜੀਆਂ ਕਰਾਊਨ ਲੈਂਡ ਸੀ ਉਹ ਮਿੱਟੀ ਦੇ ਭਾਅ ਵੇਚੀਆਂ ਤੁਹਾਡੇ ਹਾਈਵੇ 10/152 ਤਾਂ ਸਾਹਮਣੇ ਹੀ ਹੈ ਕੈਂਬੀ ਕੋਰੀਡੋਰ ਕਿੰਨੇ ਏਕੜ ਜ਼ਮੀਨ ਹੈ ਜਿਹੜੀ 300 million ਦੀ ਵੇਚਤੀ ਤੇ ਜਿਹੜੇ ਪੈਸੇ ਉਹਨਾਂ ਨੇ ਦੇਣੇ ਨੇ ਪੂਰੇ ਸੌਦਾ ਵੇਚ ਕੇ ਤੇ ਸਾਰਾ ਕੁਛ ਵੇਚ ਕੇ ਫੇਰ ਮੋੜਨੇ ਨੇ ਤੁਸੀਂ ਇਹ ਦੇਖੋ ਸਰਕਾਰੀ ਅਸਾਸੇ ਲੋਕਲ ਲੈਵਲ ਤੇ ਵੀ ਮਿਊਂਸਪੈਲਿਟੀ ਦੇ ਵਿੱਚ ਵੀ ਮਿਊਂਸਪੈਲਿਟੀ ਦੇ ਵੇਸ ਤੇ ਹੁੰਦਾ ਕੋਈ ਪ੍ਰੋਜੈਕਟ ਅੜ ਗਿਆ ਉਹਦੇ ਚ ਕੌਂਸਲਰ ਬੈਠੇ ਨੇ ਉਹ ਕਹਿੰਦੇ ਅੱਛਾ ਸਿਟੀ ਦੀ ਨਾਲ ਇਹਦੇ ਚ ਕੋਈ ਚੀਜ਼ ਲੱਗਦੀ ਆ ਆ ਸਿਟੀ ਵਾਲੀ ਦੇ ਦਿਓ ਇਹਨਾਂ ਨੂੰ ਇਹਨਾਂ ਦਾ ਪ੍ਰੋਜੈਕਟ ਅੱਗੇ ਕਰ ਦਿਓ ਉਹ ਕੀ ਹੈ ਉਹ ਸ਼ਰੇਆਮ ਕਰਪਸ਼ਨ ਹੈ ਹੁਣ ਸਰਕਾਰੀ ਜਿਹੜੀਆਂ ਜਾਇਦਾਦਾਂ ਵੇਚੀਆਂ ਜਾਂਦੀਆਂ ਜਿੰਨੀ ਉਹ ਡੈਜੀਗਨੇਟਡ ਉਹਨਾਂ ਦੀ ਕੀਮਤ ਹੈ ਉਦੋਂ ਘੱਟ ਵੇਚੀਆਂ ਜਾਂਦੀਆਂ ਨੇ ਕਾਹਦੇ ਲਈ ਵੇਚੀਆਂ ਜਾਂਦੀਆਂ ਇਹਨਾਂ ਨੂੰ ਵੇਚੀਆਂ ਜਾਂਦੀਆਂ ਕੌਣ ਲੈਂਦੇ ਨੇ ਇਹ ਜਿਹੜੀ ਇਕੋਨਮੀ ਹੈ ਜਿਸ ਦਿਨ ਇਹ 2 ਨੰਬਰ ਦਾ ਪੈਸਾ ਇਕੋਨਮੀ ਦੇ ਵਿੱਚੋਂ ਮੰਡੀ ਚੋਂ ਨਿਕਲ ਗਿਆ ਤੁਹਾਡੀ ਮਾਰਕੀਟ ਡਿੱਗ ਪਈ ਆ ਡਿੱਗੀ ਪਈ ਆ ਤੁਹਾਡੇ ਸਾਹਮਣੇ 3 ਸਾਲਾਂ 'ਚ ਕੀ ਹੋਇਆ ਹੁਣ ਫੋਰਨ ਇਨਵੈਸਟਰ ਇਲੀਗਲ ਜਿਹੜੀ ਮਨੀ ਆਉਂਦੀ ਸੀ ਮਨੀ ਲਾਂਡਰਿੰਗ ਕੰਟਰੋਲ ਕਰਤੀ ਐਨ ਡੀ ਪੀ ਵਾਲਿਆਂ ਨੇ ਕੰਟਰੋਲ ਕਰਤੀ ਤੇ ਮਾਰਕੀਟ ਖੜ ਗਈ ਹੁਣ ਬਹੁਤਾਂ ਨੂੰ ਇਹ ਔਖਾ ਲੱਗ ਰਿਹਾ ਇਹ ਮਾਰਕੀਟ ਖੜ ਗਈ ਪਰ ਹੁਣ ਗੱਲ ਇਹ ਆ ਵੀ ਕਿਹੋ ਜਿਹਾ ਸਮਾਜ ਤੇ ਕਿਹੋ ਜਿਹਾ ਦੇਸ਼ ਤੁਸੀਂ ਸਿਰਜਣਾ ਚਾਹੁੰਦੇ ਤੁਸੀਂ ਉਹਨਾਂ ਦੀ ਗੱਲ ਠੀਕ ਹੈ ਕਿਹਨਾਂ ਤੋਂ ਅਫੋਰਡੇਬਿਲਟੀ ਭਾਲ ਰਹੇ ਹੋ ਜਿਹਨਾਂ ਦੇ 500 ਜਿਹੜੇ ਨੇ ਕੌਂਟੋਆਂ 'ਚ ਹਿੱਸਾ ਇੱਥੇ ਪੈਂਦਾ ਇੱਕ ਜਿਹੜੀ ਉਹਨਾਂ ਨੇ ਦੱਸੀ ਆ ਜਿਹਦੇ 'ਚ ਚੇਂਜਸ ਆ ਰਹੀਆਂ ਨੇ ਹੁਣ ਸਪਰਿੰਗ ਦੇ ਵਿੱਚ ਅਗਲਾ ਜਿਹੜਾ ਸਿਸਟਮ ਚੇਂਜ ਹੋਣਾ ਉਹ ਆ ਜਿਹੜੀਆਂ ਨੰਬਰਿੰਗ ਕੰਪਨੀਆਂ 'ਤੇ ਨੰਬਰਿੰਗ ਕੰਪਨੀ 7803358BC ਲਿਮਿਟਡ ਇਹਦੇ 9 ਆ ਜੀ 200 million ਦੀ ਪ੍ਰੋਪਰਟੀ ਉਹਦੇ ਡਾਇਰੈਕਟਰ ਕੌਣ ਨੇ ਡਾਇਰੈਕਟਰਾਂ 'ਚ ਦੇਖਿਓ 9 ਜਾ ਕੇ ਫਿਰ ਕਿਹਨਾਂ ਦੇ ਨਿਕਲਣੇ ਕੋਈ ਸਮਾਂ ਸੀ ਬੰਦਾ ਆਪਣੀ ਵਧੀਆ ਫੈਂਸੀ ਨਾਂ ਰੱਖਦਾ ਆਪਣੀ ਕੰਪਨੀ ਦਾ ਨਾਂ ਰੱਖਦਾ ਆਪਣੇ ਪਰਿਵਾਰ ਦੇ ਨਾਲ ਆਪਣੇ ਲਾਸਟ ਨੇਮ ਦੇ ਨਾਲ ਅਤੇ ਉਹ ਦੱਸਦਾ ਮੈਂ CEO ਹਾਂ ਫਲਾਣੀ ਕੰਪਨੀ ਦਾ ਹੁਣ ਉਹ ਕਹਿੰਦੇ ਨੰਬਰਿੰਗ ਕੰਪਨੀ ਬਣਾਓ ਇਹਦੇ ਥੱਲੇ ਲੁਕ ਜਾਓ ਬਸ ਅੱਜ ਜੇ ਤੁਸੀਂ ਸਰਚ ਕਰ ਲਵੋ ਲੋਅਰ ਮੇਨਲੈਂਡ ਦੇ ਵਿੱਚ ਜਿਹੜੇ ਵੱਡੇ ਪ੍ਰੋਜੈਕਟ ਚੱਲਦੇ ਨੇ ਉਹ ਨੰਬਰਿੰਗ ਕੰਪਨੀਆਂ ਥੱਲੇ ਚੱਲਦੇ ਉਹਨਾਂ ਦੇ ਟਾਈਟਲ 'ਤੇ ਇਹ ਕੰਪਨੀ ਹੈ ਪਰ ਅਸਲ ਟਾਈਟਲ ਤੋਂ ਅੱਗੇ ਜਿਹੜਾ ਜੁਆਇੰਟ ਵੈਂਚਰ ਹੈ ਜਿਹੜੀ ਬੈਨੀਫਿਸ਼ਰੀ ਹੈ ਉਹ ਓਨਰ ਪਤਾ ਹੀ ਨਹੀਂ ਕਿੱਥੇ ਬੈਠੇ ਆ ਬਹੁਤ ਕੰਪਲੀਸ਼ਨਾਂ ਪ੍ਰੋਜੈਕਟਾਂ ਦੀਆਂ ਹੋਈਆਂ ਜਿਨ੍ਹਾਂ ਦੇ ਵਿੱਚ
ਮਾਲਕ ਹੋਰ ਨੇ ਏਕੜਾਂ ਤੇ, ਪਰ ਜੁਆਇੰਟ ਵੈਂਚਰ ਚ ਉਹਦੇ ਮਾਲਕ ਹੋਰ ਨੇ, ਮੈਂ ਉਹਦਾ ਗਵਾਹ। ਕੋਈ ਪੁੱਛਣ ਵਾਲਾ ਹੈ ਕੋਈ ਲੱਖ ਸਵਾ ਲੱਖ ਡੇਢ ਲੱਖ ਡਾਲਰ ਬਣਾਉਣ ਵਾਲਾ ਬੰਦਾ, ਇਹਦੇ ਕੋਲ 50 million ਦੀ ਪ੍ਰੋਪਰਟੀ ਆਈ ਕਿੱਥੋਂ ਕੋਈ ਪੁੱਛ ਸਕਦਾ? 100 million ਦੀ ਪ੍ਰੋਪਰਟੀ ਆਈ ਕਿੱਥੋਂ ਉਹਨੂੰ ਕੋਈ ਪੁੱਛ ਸਕਦਾ? ਤੁਸੀਂ ਇੱਥੇ ਆਮ ਰੋਜ਼ਮਰਾ ਦੀ ਜ਼ਿੰਦਗੀ ਲਈ ਤੁਹਾਨੂੰ $50,000 ਚਾਹੀਦੇ ਜਿਉਣ ਦੇ ਲਈ, ਜੇ ਤੁਹਾਡੇ ਕੋਲ ਨੋਰਮਲ ਘਰ ਹੈ 4-4,500 ਡਾਲਰ ਨਾਲ ਗੁਜ਼ਾਰਾ ਨਹੀਂ ਹੁੰਦਾ। ਜਿਹੜੇ ਮਹਿਲਾਂ 'ਚ ਰਹਿੰਦੇ ਹੈ ਉਹ ਲੱਖ ਲੱਖ ਡੇਢ ਲੱਖ ਉਹਨਾਂ ਦੀ ਕਮਾਈ ਹੈ, ਉਹਨਾਂ ਕੋਲ 100 million 50 million ਗਵਰਨਮੈਂਟ ਨੂੰ ਟੈਕਸ ਉਹ ਦਿੰਦੇ ਨਹੀਂ, ਉਹ ਕਿੱਥੋਂ ਕਮਾਈ ਆ ਰਹੀ? ਇਹ ਸਾਰਾ ਕੁਛ ਇਹ ਹੈ ਜਿਹੜਾ ਕੁਛ। ਹੁਣ ਕਿਹਨੂੰ ਨਹੀਂ ਪਤਾ ਵੀ ਕਿਹੜੇ ਬਿਜ਼ਨਸ 'ਚ ਕਿੰਨਾ ਕੈਸ਼ ਇਨਵੋਲਵ ਆ? ਕਿਹਨੂੰ ਨਹੀਂ ਪਤਾ LMI'ਆਂ ਦੇ ਵਿੱਚ ਕੈਸ਼ 40-40,000 50-50,000 ਦਾ ਵਿਕਦਾ? ਤੇ ਔਰ ਅੱਗੇ ਦੋ ਨੰਬਰ ਦਾ ਕੰਮ ਕਰਨ ਵਾਲੇ ਪਿੰਡਾਂ 'ਚ ਬਲੈਕੀ ਜਿਹੜੇ ਹੁੰਦੇ, ਦੋ ਨੰਬਰ ਦਾ ਕੰਮ ਕਰਦੇ, ਉਹ ਕਦੇ ਪੈਸਾ ਨਾ ਦਿਖਾਉਂਦੇ, ਪੂਰੇ ਔਲਾਦ ਨੂੰ ਕਦੇ ਨਾ ਪੈਸਾ ਦਿਖਾਉਣ ਦਿੰਦੇ। ਉਹ ਕਹਿੰਦੇ ਨਾ, ਮਾੜੇ ਜਿਹੇ ਸਕੂਟਰ ਰੱਖੋ, ਮਾੜੀ ਜਿਹੀਆਂ ਗੱਡੀਆਂ ਰੱਖੋ, ਇੱਥੇ ਇੱਥੇ ਉਲਟਾ। ਉਹ ਕਹਿੰਦੇ ਸਰਕਾਰ ਸਾਨੂੰ ਫੜ ਕੇ ਤਾਂ ਦਿਖਾਵੇ। ਉਹ ਦਿਖਾਉਂਦੇ ਨੇ, ਕਹਿੰਦਾ ਦੇਖੋ 8 ਲੱਖ ਦਾ SUV, 7 ਲੱਖ ਦਾ SUV, million ਦਾ SUV, 10 million ਦਾ ਘਰ, ਔਰ ਸ਼ਰਿਆਵਾਂ ਸਾਰਾ ਲੋਕਾਂ ਦੇ ਸਾਹਮਣੇ। ਸਮਾਜ ਦੀ ਫਿਤਰਤ ਉਹ ਹੋ ਗਈ ਵੀ ਨਹੀਂ, ਅਸੀਂ ਨਹੀਂ ਕੁਛ ਫੜਨਾ, ਅਸੀਂ ਨਹੀਂ ਕੁਛ ਕਰਨਾ, ਸਾਡੇ ਮਫਾਦ ਕਿੱਥੇ ਨੇ? ਫਿਰ ਇਹਨਾਂ ਮਫਾਦਾਂ ਦੇ ਵਿੱਚੋਂ ਅਸੀਂ ਕੀ ਭਾਲਦੇ ਹਾਂ? ਜਦ ਲੋਕ ਇਸ ਤਰ੍ਹਾਂ ਸੋਚਣ ਲੱਗ ਗਏ, ਕਾਰ CMP ਦਾ $1,00,000 ਦਾ ਬੰਦਾ ਤੁਹਾਨੂੰ ਆਪਣੀ ਕੀ ਕੱਢ ਕੇ ਦੇ ਦੇਵੇ ਸੁਪੀਰੀਅਰ ਦੇ ਖਿਲਾਫ, ਉਹ ਕੀ ਬੋਲ ਦੇਵੇ? ਤੁਸੀਂ ਦੇਖੋ ਤਾਂ ਅਸੀਂ ਸੈਟਅਪ ਕੀ ਹੋ ਰਿਹਾ, ਸ਼ਰੇਆਮ ਕਿਹੜੀ ਚੀਜ਼ ਨਹੀਂ ਫੜੀ ਗਈ? ਇਹ ਕਰਪਸ਼ਨ ਜਿਹੜੀ ਪੋਲੀਟੀਕਲੀ ਓਰੀਐਂਟਡ ਕਰਪਸ਼ਨ ਹੈ, ਉਹਦੀਆਂ ਜੜ੍ਹਾਂ ਦੇਖੋ ਤੁਸੀਂ ਕਿੱਥੇ ਖੜੀਆਂ। ਇੱਕ ਸੋਲਿਸਟਰ ਜਨਰਲ ਨੂੰ ਰਿਪੋਰਟ ਆਉਂਦੀ ਆ, ਉਹ ਟੈਸਕ ਫੋਰਸ ਬੰਦ ਕਰ ਰਿਹਾ, ਤੇ ਕਿੱਥੋਂ ਤੁਸੀਂ ਔਰ ਉਸ ਜਗ੍ਹਾ ਤੇ ਲੈ ਕੇ ਜਾ ਰਿਹਾ ਜਿੱਥੇ ਬਿਲਕੁਲ ਸਿਰਫ ਤੇ ਸਿਰਫ ਲਿਆਉਣੇ ਨੇ ਕਾਲੇ ਨੋਟ, ਵਿੱਚ ਦੀ ਨਿਗਾ ਕੇ ਚਿੱਟੇ ਕੱਢ ਕੇ ਲੈ ਜਾਣਾ, ਤੇ ਫਿਰ ਉੱਥੇ ਬੈਗ ਭਰ ਭਰੇ ਆਉਣੇ ਨੇ। ਜਿਹੜਾ ਮਾਲਕ ਹੈ ਜਿਹਦਾ 2 ਨੰਬਰ ਦੀ ਕਮਾਈ ਵਾਲਾ, ਉਹਨੇ ਕਿਹਨੂੰ ਫੜਨਾ? ਤੇ ਕਿੱਡੀ BC ਲੋਟਰੀ ਕਾਰਪੋਰੇਸ਼ਨ, ਕਿੱਡੀ ਕਰਾਊਨ ਕਾਰਪੋਰੇਸ਼ਨ ਹੈ ਜਿਹੜੀ ਮੇਨ ਸਰਕਾਰ ਦੇ ਥੱਲੇ ਤੇ ਸਰਕਾਰ ਦੇ ਮਿਨਿਸਟਰੀ ਹੈ, ਉਹਦੀ ਉਹਦੀ ਓਨਰਸ਼ਿਪ ਇਸ ਤਰ੍ਹਾਂ ਦਿੱਤੀ। ਸਮਝਣ ਦੀ ਲੋੜ ਹੈ ਕਿੱਧਰ ਨੂੰ ਚੱਲਿਆ ਸਮਾਜ, ਹੋ ਕੀ ਰਿਹਾ। ਔਰ ਜਿਵੇਂ ਅਵਤਾਰ ਸਿੰਘ ਹੁਣੀ ਦੱਸ ਗਏ, ਸਾਨੂੰ ਸੋਝ ਹੋਣੀ ਚਾਹੀਦੀ ਹੈ। ਅਸੀਂ ਇਹਨੂੰ ਕਿਸੇ ਦਾ ਰੈਜ਼ਮੇ ਜ਼ਰੂਰ ਚੈੱਕ ਕਰਿਆ ਕਰੂੰ, ਜਾਂ ਕਿਸੇ ਨਾਲ ਅਫੀਲੀਏਟਡ ਹੁੰਦੇ ਹੋ, ਈਵਨ ਪਾਰਟੀਆਂ 'ਚ ਹੁਣ ਹੋਣਾ, ਲੋਕਲ ਲੈਵਲ 'ਤੇ ਹੋਣਾ, ਵੱਡੇ ਲੈਵਲ 'ਤੇ ਹੋਣਾ, ਪਹਿਲਾਂ ਬੰਦਾ ਦੇਖੋ, ਜਿਹਨੂੰ ਜਿਹਦੇ ਪਿੱਛੇ ਲੱਗਣ ਲੱਗ ਜਾ ਰਹੇ ਹੋ, ਉਹ ਬੰਦੇ ਦਾ ਦੇਖੋ ਵੀ ਇਹਦਾ ਪੋਰਟਫੋਲੀਓ ਕੀ ਹੈ, ਇਹਨੇ ਕੀ ਕੀਤਾ, ਇਹਦੇ ਕੋਲ ਕਮਾਈਆਂ ਕਿੱਥੋਂ ਆਈਆਂ, ਇਹ ਧਨਾੜ ਕਿਵੇਂ ਹੋਇਆ। ਜੇ ਹਾਂ ਧਨਾਡੀ ਨੂੰ ਤੁਸੀਂ ਮੱਥਾ ਟੇਕਣਾ, ਫਿਰ ਕੋਈ ਬਾਲੀ ਬਾਤ ਨਹੀਂ, ਫਿਰ ਤਾਂ ਜਗੀਰਦਾਰੀ ਸਿਸਟਮ ਉਹੀ ਹੈ ਜਿੱਥੋਂ ਆਏ ਸੀ, ਉਹ ਤੁਹਾਡਾ ਬਣ ਰਿਹਾ। ਔਰ ਅਸੀਂ ਇਹਦੇ 'ਚ ਜਿੰਨੇ ਕੁ ਵੀ ਇਨਵੋਲਵ ਹਾਂ, ਅਸੀਂ ਤਾਂ ਆਪਣੇ ਤੌਰ 'ਤੇ ਹੋਏ। ਫਿਰ ਇਹ ਜਿਹੜੇ ਵਿਚਾਰੇ ਸੈਮ ਕੂਪਰ ਵਰਗੇ ਨੇ, ਲੱਖ ਲੱਖ ਤਨਖਾਹ ਲੈਣ ਵਾਲੇ, ਡੇਢ ਡੇਢ ਲੱਖ, ਉਹ ਇਸ ਤਰ੍ਹਾਂ ਪੰਗੇ ਲੈਂਦੇ ਆ। ਹੁਣ ਕਿਮ ਬੋਲਣ ਨੂੰ ਲੱਖ ਕੋਈ ਮਾੜਾ ਕਹੇ, ਜਿਹੜਾ ਕੋਈ ਕਿਮ ਬੋਲਣ ਨੇ ਸੱਚ ਲਿਖਿਆ, ਠੀਕ ਆ, ਬਾਇਸ ਹੋ ਕੇ ਲਿਖਦੀ ਰਹੀ, ਪਰ ਜਿਹਨੇ ਉਹਨੇ ਜਿੰਨਾ ਉਹਨੇ ਸੱਚ ਉਘੇੜਨ ਦਾ ਯਤਨ ਕੀਤਾ, ਉਹਨੇ ਕੋਈ ਕਮੀ ਨਹੀਂ ਛੱਡੀ। ਕਿੱਡੇ ਕਿੱਡੇ ਵੱਡੇ ਵੱਡੇ ਮਗਰਮੱਛਾਂ ਦੇ ਜਵਾੜੇ 'ਚ ਉਹਨੇ ਹੱਥ ਪਾਇਆ। ਪਰ ਗੱਲ ਆਇਆ ਅਖੀਰ ਨੂੰ, ਲੋਕ ਇਹ ਬਹਿ ਜਾਂਦੇ ਨੇ ਬਈ ਇਹ ਸੁਸਾਇਟੀ ਚੇਂਜ ਨਹੀਂ ਹੋਣੀ ਤੇ ਸਾਨੂੰ ਚੇਂਜ ਕਰਨ ਦੀ ਲੋੜ ਨਹੀਂ। ਇੱਕ ਦਿਨ ਉਹੋ ਜਿਹਾ ਵੀ ਸਮਾਂ ਆਉਂਦਾ। ਪੱਛਮੀ ਦੇਸ਼ਾਂ ਦੇ ਵਿੱਚ ਇੱਕ ਸਭ ਤੋਂ ਵੱਡਾ ਮੁੱਦਾ ਹੈ, ਉਹ ਇਹ ਹੈ ਕਿ ਤੁਹਾਡੀ ਮਹੀਨੇ ਦੀ ਕੁਛ ਇਨਕਮ ਦੇ ਵਿੱਚੋਂ ਕੀ ਕੁਛ ਤੁਹਾਡਾ ਬੱਚਤ ਖਾਤੇ 'ਚ ਸੇਵਿੰਗਸ ਦੇ ਵਿੱਚ ਕੁਛ ਜਾਂਦਾ ਜਾਂ ਨਹੀਂ। ਇਹ ਬਹੁਤ ਵੱਡਾ ਇਸ਼ੂ ਹੈ। ਆਪਾਂ ਉਹੀ ਇਨਸਾਨ ਹੈ ਜਿਹੜੇ ਭਾਰਤ 'ਚ ਰਹਿੰਦੇ ਹਾਂ, ਹਰ ਵਕਤ ਕੁਛ ਨਾ ਕੁਛ 20-50,000 ਲੱਖ ਰੁਪਈਆ ਬੈਂਕ ਦੇ ਵਿੱਚ ਰੱਖਦੇ ਸੀ, ਅਤੇ ਕਿਵੇਂ ਨਾ ਕਿਵੇਂ ਕੁਛ ਨਾ ਕੁਛ ਕਿਤੋਂ ਨਾ ਕਿਤੋਂ ਆਪਾਂ ਕੋਸ਼ਿਸ਼ ਕਰਦੇ ਸੀ ਕਿ ਆਪਣੇ ਅਕਾਊਂਟਾਂ ਦੇ ਵਿੱਚੋਂ ਕੁਝ ਨਾ ਕੁਝ ਕੱਢ ਕੇ ਜਮ੍ਹਾਂ ਕਰਾਈ ਜਾਈ। ਬੱਚਿਆਂ ਦੇ ਨਾਂ, ਕੁੜੀਆਂ ਦੇ ਅਕਸਰ ਨਾਂ, ਧੀਆਂ ਦੇ ਕਰਦੇ, ਹਰ ਮਹੀਨੇ ਇੰਨੇ ਜਮ੍ਹਾਂ, ਇੰਨੇ ਮਿਲਾ। ਇੱਥੇ ਕਿਉਂਕਿ ਸਾਡਾ ਐਮਰਜੈਂਸੀ ਕੁਝ ਅਜਿਹਾ ਨਹੀਂ ਹੈ ਜਿਹੜਾ ਕਵਰ ਨਹੀਂ ਹੈ, ਮੈਡੀਕਲ, ਹੈਲਥ ਕੇਅਰ, ਪੁਲਿਸ, ਕੋਈ ਧੱਕਾ ਕਰ ਜਾਂਦਾ ਪੁਲਿਸ ਹੈ ਅਤੇ ਧੱਕਾ ਕਰ ਜਾਂਦਾ ਸਰਕਾਰੀ ਵਕੀਲ ਹੈ, ਵੱਡੇ ਤੋਂ ਵੱਡਾ ਕੋਈ ਐਕਸੀਡੈਂਟ ਹੋ ਜਾਂਦਾ ਉਹਦੇ ਲਈ ICBC ਹੈ, ਘਰ ਨੂੰ ਕੋਈ ਗੱਲ ਹੋ ਜਾਂਦੀ ਹੈ ਉਹਦੀ ਇੰਸ਼ੋਰੈਂਸ ਹੈ। ਸੋ ਆਪਾਂ ਥੋੜ੍ਹੇ ਜਿਹੇ ਪ੍ਰੋਟੈਕਟਡ ਹੋ ਕੇ ਫਿਰ ਪੇ ਚੈੱਕ ਟੂ ਪੇ ਚੈੱਕ ਵੀ 31 ਨੂੰ ਮੁੱਕ ਜਾਣੇ ਆ, 1 ਨੂੰ ਆ ਜਾਣੇ ਆ, ਇਸ ਤਰ੍ਹਾਂ ਚੱਲਣ ਲੱਗ ਗਏ। ਪਰ ਇਸ ਤਰ੍ਹਾਂ ਨਹੀਂ ਹੈ। ਜਿੰਨੇ ਵੀ ਅਰਥ ਸ਼ਾਸਤਰੀ ਨੇ ਉਹ ਕਹਿੰਦੇ ਨੇ
ਕਿ ਹਰ ਮਹੀਨੇ ਤੁਹਾਡੀ ਤਨਖਾਹ ਦੇ ਵਿੱਚੋਂ, ਤੁਹਾਡੀ ਇਨਕਮ ਦੇ ਵਿੱਚੋਂ ਕੁਝ ਨਾ ਕੁਝ ਬੱਚਤ ਜ਼ਰੂਰ ਹੋਣੀ ਚਾਹੀਦੀ ਹੈ। ਟੈਕਸਿਸ ਤੋਂ ਬਾਅਦ ਹੁਣ ਇਹਦੇ ਖਰਚੇ ਕੀ ਨੇ, ਇਹਦੀ ਟਰੈਕਿੰਗ ਕਿਵੇਂ ਹੋ? ਜੇ ਹੁਣ 1 ਫਰਵਰੀ ਤੋਂ ਸ਼ੁਰੂ ਕਰਨਾ ਹੈ, ਫਰਵਰੀ ਦੇ ਸਾਰੇ ਬਿੱਲ ਇਕੱਠੇ ਕਰੋ, ਸਾਰੇ ਦੇ ਸਾਰੇ 1 ਤਰੀਕ ਤੋਂ 27, 28, 29 ਜਿੰਨੇ ਦੀ ਫਰਵਰੀ ਆ, 29 ਦਿਨਾਂ ਦੇ ਉਹਦੇ ਤੁਹਾਡੇ ਮੰਥਲੀ ਜਿਹੜੇ ਫਿਕਸਡ ਜਿਹੜੇ ਮੋਰਗੇਜ ਤੋਂ ਲੈ ਕੇ ਗੱਡੀਆਂ ਦੇ ਖਰਚੇ ਤੋਂ ਲੈ ਕੇ ਘਰ ਦੀ ਗਰੋਸਰੀ ਤੋਂ ਲੈ ਕੇ ਫੋਨ, ਯੂਟਿਲਿਟੀ, ਇੰਟਰਨੈਟ, ਜਿਹੜਾ ਵੀ ਕੁਛ ਤੁਹਾਡਾ ਖਰਚਾ 1 ਮਹੀਨੇ ਦਾ, ਉਹਨੂੰ ਉਹਦੇ ਬਿੱਲ ਰੱਖੋ ਜਿੱਦਣ ਤੋਂ ਇਹ ਜਿਵੇਂ ਸ਼ੁਰੂ ਹੋਊਗਾ। ਬਿੱਲ ਰੱਖਣ ਤੋਂ ਬਾਅਦ ਉਹਨੂੰ ਕੈਟੇਗਰਾਈਜ਼ ਕਰੋ ਵੀ ਫਿਕਸਡ ਕੀ ਨੇ, ਜਿਹੜੇ ਆਉਣੇ ਹੀ ਆਉਣੇ ਨੇ, ਘਰ ਦੀ ਮੋਰਗੇਜ ਜਾਣੀ ਆ, ਘਰ ਦੀ ਇੰਸ਼ੋਰੈਂਸ ਚਾਹੇ ਉਹ 1 ਸਾਲ ਦੀ ਇਕੱਠੀ ਆ ਮੰਥਲੀ, ਉਹ ਜਾਣੀ ਜਾਣੀ ਹੈ, ਟੈਲੀਫੋਨ ਦਾ ਬਿੱਲ ਆਉਣਾ, ਇੰਟਰਨੈਟ ਦਾ ਬਿੱਲ ਆਉਣਾ, ਕੇਬਲ ਦਾ ਬਿੱਲ ਆਉਣਾ, ਪਾਣੀ ਦਾ ਬਿੱਲ ਚਾਹੇ 6 ਮਹੀਨੇ ਬਾਅਦ ਆਉਂਦਾ ਉਹਦਾ ਵੀ ਵਿੱਚ ਖਰਚਾ ਪਾਓ। ਉਹਦੇ ਬਾਅਦ ਜਿਹੜਾ ਯੂਟਿਲਿਟੀ ਦੇ ਵਿੱਚ ਗੈਸ, ਬਿਜਲੀ ਅਤੇ ਥੋੜ੍ਹੀ ਬਹੁਤੀ ਮੇਨਟੀਨੈਂਸ, ਕਾਰਾਂ ਦੀ ਵੀ ਮੇਨਟੀਨੈਂਸ, ਕਾਰਾਂ ਦਾ ਗੈਸ, ਕਾਰਾਂ ਦਾ ਇੰਸ਼ੋਰੈਂਸ, ਕਾਰਾਂ ਦੀ ਕਿਸ਼ਤ, ਅਤੇ ਇਹ ਤੁਹਾਡੇ ਬੱਚਿਆਂ ਦੀ ਜੇ ਕੋਈ ਫੀਸ ਹੈ, ਇਹ ਫਿਕਸਡ ਇਨਕਮ ਹੈ, ਇਹਨੂੰ ਤੁਸੀਂ ਫਿਕਸਡ ਇਨਕਮ ਫਿਕਸਡ ਕੈਟੇਗਰੀ 'ਚ ਪਾਓ ਜਿਹੜੀ ਹਰ ਹਾਲਤ 'ਚ ਜਾਣੀ ਜਾਣੀ। ਦੂਜੀ ਆਉਂਦੀ ਹੈ ਤੁਹਾਡੀ ਫਲੈਕਸੀਬਲ ਆਈਟਮ। ਫਲੈਕਸੀਬਲ ਆਈਟਮ 'ਚ ਕੀ ਹੈ, ਤੁਹਾਡੇ ਸ਼ੌਕ ਨੇ, ਤੁਹਾਡੇ ਕੱਪੜੇ ਨੇ ਜਿਹੜੇ ਜ਼ਰੂਰਤ ਤੋਂ ਬਾਅਦ ਨੇ, ਮਤਲਬ ਬੇਸਿਕਲੀ ਤਾਂ ਕੱਪੜੇ ਪਿੰਡਾਂ ਢੱਕਣ ਨੂੰ ਤਾਂ ਪਾਉਣੇ ਹੀ ਪੈਣੇ ਨੇ, ਜਿਹੜੀ ਸ਼ੋਪਿੰਗ, ਫਿਰ ਮੈਂ ਅਸੀਂ ਸਟੋਰ ਨੂੰ ਗਏ, ਅਸੀਂ ਚੱਕ ਲਿਆ 4 ਚੀਜ਼ਾਂ, ਬਹੁਤ ਚੱਲਦੀ ਆ ਇਹ ਗੱਲ ਅੱਜ ਕੱਲ੍ਹ ਪੰਜਾਬੀਆਂ ਦੇ ਵਿੱਚ, ਅਸੀਂ ਫਿਰ ਬੇ 'ਤੇ ਗਏ, ਫਿਰ ਚੱਕ ਲਿਆ ਅਸੀਂ 4 ਮੂਹਰੇ, ਪੈਂਟ ਚੰਗੀ ਲੱਗੀ ਮੈਨੂੰ, ਪੈਂਟ ਚੱਕ ਲਿਆ ਮੈਂ, ਚੱਕ ਲਿਆ ਹੀ ਮੈਂ। ਤਾਂ ਇਹ ਗੱਲ ਹੈ, ਦੇਖੋ ਇਹ ਜਿਨ੍ਹਾਂ ਦੇ ਕੋਲ ਖੁੱਲ੍ਹਾ ਕੰਮ ਹੈ, ਮੈਂ ਖੁੱਲ੍ਹੇ ਕੰਮ ਵਾਲੇ ਦੀ ਨਹੀਂ ਗੱਲ ਕਰਦਾ, ਜਿਹੜੇ ਕਿਰਤੀ ਨੇ, ਮਤਲਬ ਜਿਨ੍ਹਾਂ ਦੇ ਕੋਲ 92 ਇਨਕਮ ਆਉਂਦੀ ਹੈ, ਮੈਂ ਉਹਨਾਂ ਦੀ ਗੱਲ ਕਰਦਾ। ਜਿਹੜੇ ਅਮੀਰ ਨੇ ਉਹਨਾਂ ਨੂੰ ਇਹ ਚੱਕਰ 'ਚ ਨਹੀਂ ਪੈਣ ਦਾ ਲੋੜ, ਉਹਨਾਂ ਕੋਲ ਬਹੁਤ ਕੁਛ ਹੈ। ਜਿਹੜਾ 5-4 ਹਜ਼ਾਰ, 7 ਹਜ਼ਾਰ ਜਿਹਨੂੰ ਟੈਕਸ ਤੋਂ ਬਾਅਦ ਆਉਂਦਾ ਹੈ, ਜਿਹੜੇ ਜਦ ਆਉਂਦੇ ਆ, ਮੈਂ ਜਦ ਉਹਨਾਂ ਦੀ ਗੱਲ ਕਰਦਾ। ਸੋ ਪਹਿਲਾਂ ਤਾਂ ਟੈਕਸ ਤੋਂ ਬਿਨਾਂ ਜਿਹੜੀ ਮਨੀ, ਮੰਨ ਲਓ 7 ਹਜ਼ਾਰ ਆ ਗਈ ਘਰ 'ਚ ਵਿੱਚ ਦੋਨਾਂ ਜੀਆਂ ਦਾ, 7 ਹਜ਼ਾਰ ਦੇ ਵਿੱਚ ਫਿਰ ਤੁਸੀਂ ਉਹਨੂੰ ਚੈੱਕ ਕਰਨਾ ਹੈ। ਕਰ ਤਾਂ ਤੁਸੀਂ ਰਹੇ ਹੋਗੇ, ਮੈਂ ਕੋਈ ਤੁਹਾਨੂੰ ਸਿਖਾ ਨਹੀਂ ਰਿਹਾ, ਪਰ ਇੱਕ ਗੱਲ ਨੋਰਮਲ ਚੱਲੀ ਸੀ ਕਿ ਸੇਵਿੰਗ 'ਚ ਕੀ ਮੇਨ, ਕਹਿੰਦੇ ਰੂਲ ਆਫ ਥੰਬ ਕੀ ਹੈ, ਇਕੋਨੋਮਿਸਟ ਇੱਕ ਕਹਿ ਰਿਹਾ, ਕਹਿੰਦਾ ਵੀ 10% ਤੁਹਾਡੀ ਸੇਵਿੰਗ 'ਚ ਜਾਣੀ ਚਾਹੀਦੀ ਹੈ ਟੈਕਸ ਤੋਂ ਬਾਅਦ ਵਾਲੇ ਪੈਸੇ। ਜੇ $7,000 ਹੈ, $700 ਤੁਹਾਡਾ ਸੇਵਿੰਗ ਦੇ ਰੂਪ 'ਚ ਕਿਤੇ ਜਾਣਾ ਚਾਹੀਦਾ, ਉਹ RRSP ਚਲੇ ਜਾਵੇ, ਉਹ RESP ਚਲੇ ਜਾਵੇ, ਉਹ ਕਿਤੇ ਵੀ ਚਲੇ ਜਾਵੇ, ਪਰ ਉਹਨਾਂ ਤੋਂ ਬਿਨਾਂ ਜਿਹੜੀ ਉਹ ਗਿਣਦੇ ਹੋ, 700 ਤੁਹਾਡਾ ਹਾਰਡ ਕੈਸ਼ ਹੈ ਜਿਹੜਾ ਸੇਵਿੰਗ ਦੇ ਵਿੱਚ ਜਾਣਾ ਜਾਂਦਾ। ਕਿਸੇ ਬੈਂਕ ਦੇ ਵਿੱਚ ਤੁਸੀਂ ਜਾਓਗੇ, ਬੈਂਕ ਦੇ ਨਾਲ ਤੁਸੀਂ ਮੀਟਿੰਗ ਕਰੋਗੇ, ਉਹਨਾਂ ਨੂੰ ਕਰ ਦੋਗੇ, ਉਹ ਤੁਹਾਡੇ ਪੇ ਚੈੱਕ ਨੂੰ ਕੈਟੇਗਰਾਈਜ਼ ਕਰ ਦਿੰਦੇ ਵੀ 10% ਜਾਂ 7,000 ਜਮ੍ਹਾਂ ਹੋਇਆ ਸਿੱਧਾ ਮੇਰਾ ਸੇਵਿੰਗ 'ਚ ਆਵੇ। ਹੁੰਦਾ ਤਾਂ ਸਿੱਧਾ ਡਾਇਰੈਕਟ ਡਿਪੋਜ਼ਿਟ ਹੀ ਹੈ, 700 ਚਲੇ ਗਿਆ, 6300 ਰਹਿ ਗਿਆ, 6300 ਦੇ ਵਿੱਚੋਂ ਫਿਰ ਤੁਸੀਂ ਆਪਣਾ ਖਾਤਾ ਜਿਹੜਾ ਉਹ ਦੇਖਣਾ ਵੀ ਇਹਦੇ 'ਚ, ਓਕੇ ਜੀ ਮੋਰਗੇਜ 1200 ਜਾਣੀ ਹੈ, 1500 ਜਾਣੀ ਹੈ, 3 ਗੱਡੀਆਂ ਦਾ ਇੰਸ਼ੋਰੈਂਸ 700 ਜਾਣਾ ਹੀ ਹੈ, 2200 ਹੋ ਗਿਆ, ਅਤੇ 3 ਗੱਡੀਆਂ ਦਾ 350-400 ਗੈਸ ਦਾ ਜਾਣਾ, 2700 ਹੋ ਗਿਆ, 500 ਦੀ ਗਰੋਸਰੀ ਆਉਣੀ ਹੈ, 3200 ਹੋ ਗਿਆ, ਬਿਜਲੀ ਅਤੇ ਗੈਸ ਦਾ ਬਿੱਲ ਆਉਣਾ ਹੈ $200, $3400 ਹੋ ਗਿਆ, $3500 ਹੋ ਗਿਆ, ਉਹਦੇ ਬਾਅਦ ਇੰਟਰਨੈੱਟ ਦਾ ਬੰਡਲ ਹੈ ਅਤੇ 100 ਹੋ ਗਿਆ, 3800 ਹੋ ਗਿਆ, ਜਵਾਕ ਦੀ ਖਰਚਾ, ਜਵਾਕ ਦੀ ਫੀਸ ਜੇ ਉਹ ਜਾਂਦਾ ਯੂਨੀਵਰਸਿਟੀ 1000 ਉਹਦਾ ਜਾਣਾ ਹੀ ਜਾਣਾ ਹੈ, ਉਹਦੇ ਆਉਣ ਜਾਣ ਦਾ 4800 ਹੋ ਗਿਆ, 48 ਤੋਂ ਬਾਅਦ ਉਹ ਕਹਿੰਦਾ ਵੀ 1500 ਤੁਹਾਡੇ ਕੋਲ ਰਹਿ ਗਿਆ, ਫਿਕਸਡ ਤਾਂ ਤੁਹਾਡੇ ਖਤਮ ਹੋ ਗਏ, ਉਹ 1500 ਦੇ ਵਿੱਚੋਂ ਤੁਹਾਡੀ ਫਲੈਕਸੀਬਲ ਦੀ ਆਈਟਮ ਆਉਂਦੀ ਹੈ ਵੀ ਇਹ 1500 ਦੇ ਵਿੱਚ ਮੈਂ ਹੁਣ 3 ਮਹੀਨੇ ਬਾਅਦ ਵਕੇਸ਼ਨ ਕਰਾਂ ਜਾਂ 3000 ਹੋ ਜਾਵੇ ਇਕੱਠਾ, ਜਾਂ ਫਿਰ ਇਸ ਮਹੀਨੇ ਅਸੀਂ ਇਹਦੇ 'ਚੋਂ ਕੁਛ ਸੂਟ ਲੈ ਆਈਏ, ਕੋਈ ਕੱਪੜਾ ਲੈ ਆਈਏ, ਜਾਂ ਇਹਦੇ 'ਚ ਅਸੀਂ 3 ਵਾਰ ਡਾਈਨ ਆਊਟ ਕਰ ਲਈਏ, ਬੱਚਿਆਂ ਨੂੰ ਖਾਣਾ ਖਿਲਾ ਆਈਏ। ਅੱਛਾ, ਇਹ ਜਿਹੜੀ ਫਿਕਸ 'ਤੇ ਫਿਰ ਤੁਹਾਨੂੰ ਜਦ ਇਹ ਲੱਗਣਾ ਪਤਾ, ਜਦ ਮਹੀਨੇ ਦੇ ਤੁਸੀਂ ਬਿੱਲ ਸਾਂਭੋਗੇ, ਕੈਸ਼ ਦੋ, ਕ੍ਰੈਡਿਟ ਕਾਰਡ ਦਾ ਬਿੱਲ ਹੋਵੇ, ਬਿੱਲ ਸਾਰੇ 1 ਤਰੀਕ ਤੋਂ ਸਾਂਭੋ, ਬਿਨਾਂ ਦਾ ਲਾਓ ਟੋਟਲ, ਫਿਰ ਉਹਦੇ 'ਚ ਦੇਖੋ ਵੀ ਯਾਰ ਆਹ ਮੇਰਾ ਅਨਸੈਸਰਲੀ ਇਹਦਾ ਨਹੀਂ ਸੀ ਲੋੜ। ਹੁਣ ਜੇ ਅੱਜ ਇਹ ਦੇਖੋ, ਹੁਣੇ ਹੀ ਅੱਥ ਨੇ ਆਪਣੀ ਵਾਕ ਇਨ ਕਲੋਜਟ 'ਚ ਜਾ ਕੇ ਦੇਖਿਓ ਵੀ ਕਿਹੜੀਆਂ ਸ਼ਰਟਾਂ, ਕਿਹੜੀਆਂ ਪੈਂਟਾਂ ਮੈਂ ਕਿੰਨੀ ਵਾਰ ਪਾਈਆਂ,
ਫਿਰ ਮੈਂ ਗੱਲ ਕਹਿ ਰਿਹਾ, ਮੈਂ ਜਿਹੜੇ ਦਿਖਾਉਂਦੇ ਨੇ ਬ੍ਰਾਂਡਡ ਅਮੀਰਾਂ ਵਾਲੀ ਗੱਲ ਨੀ ਮੈਂ ਕਰਦਾ। ਉਹਨਾਂ ਦਾ ਟ੍ਰੈਂਚ ਕੋਟ 20 ਲਮਕਦੇ ਆ, ਉਹਦੇ ਕੋਲ 30 ਸੂਟ ਪਏ ਨੇ, 40 ਟਾਈਆਂ ਪਈਆਂ ਨੇ, 100 ਸ਼ਰਟਾਂ ਪਈਆਂ ਨੇ ਕਾਫਲੇ, ਮੈਂ ਉਹਨਾਂ ਦੀ ਨਹੀਂ ਗੱਲ ਕਰਦਾ। ਉਹ ਆਪਣੇ ਇਹ ਚੋਂ ਬਾਹਰ ਹੋ ਜਾਓ। ਉਹਨਾਂ ਨੇ ਤਾਂ ਇੱਕ $200 ਦਾ, $300 ਦਾ ਲੋਕਲ ਸਟੋਰ ਤੋਂ ਸੂਟ ਲੈ ਕੇ ਆਇਆ, ਉਹ ਡਾਊਨ ਟਾਊਨ ਤੋਂ 3500 ਦਾ ਲੈ ਕੇ ਆਉਂਦੇ ਨੇ, ਉਹਨਾਂ ਨਾਲ ਨਹੀਂ ਗੱਲ ਹੋ ਸਕਦੀ। ਉਹਨਾਂ ਦੀ ਇਨਕਮ ਬਹੁਤ, ਜਿਹੜਾ ਇਹ ਤਾਂ ਆਮ ਬੰਦਾ ਜਿਹਦੇ ਕੋਲ 6 to 7,000 ਮਸਾਂ ਬਚਦਾ ਟੈਕਸਾਂ ਤੋਂ ਬਾਅਦ, ਇਹ ਵੀ ਜਲ ਬਚਣਾ ਜੇ 8,000-9,000 ਕਮਾਉਂਦੇ ਹੋ। ਬੰਦਾ 5-6 ਕਮਾਉਂਦਾ, 5 ਕਮਾਉਂਦਾ ਤੇ ਬੀਬੀਆਂ 3 ਕਮਾਉਂਦੀਆਂ, ਜਾਂ ਬੀਬੀਆਂ ਵੱਧ 5 ਕਮਾਉਂਦੀਆਂ ਹੋ ਸਕਦੀਆਂ ਨੇ, ਕਈ ਬੰਦੇ ਘੱਟ ਕਮਾਉਂਦੇ ਨੇ, ਇਸਤਰੀਆਂ ਵੱਧ ਕਮਾਉਂਦੀਆਂ ਨੇ, ਕੰਮ ਹੈ, ਜੋਬ ਹੈ, ਟ੍ਰੇਨਿੰਗ ਹੈ। ਫਿਰ ਤੁਹਾਡਾ ਬਜਟ ਬਣਨਾ, ਬਜਟ ਦੇ ਨਾਲ ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਹੁਣ ਮੈਂ ਇਹਦੇ 'ਚੋਂ ਕੀ ਕਰਨਾ, ਅਤੇ ਜਿਹੜੀਆਂ ਚੀਜ਼ਾਂ ਤੁਹਾਨੂੰ ਜ਼ਰੂਰੀ ਨਹੀਂ ਹੈ ਉਹਦੇ ਤੋਂ ਫਿਰ ਕਿਵੇਂ ਬਚਣਾ। ਕਿਉਂਕਿ ਆਪਾਂ ਉਹੀ ਇਨਸਾਨ ਹਾਂ ਜਿਹੜੇ 20 ਵਰੇ ਪਹਿਲਾਂ ਇੱਥੇ ਇੱਕ ਬੈਡਰੂਮ ਦੀ ਬੇਸਮੈਂਟ ਦੀ ਇੱਕ ਕਲੋਜਟ, ਜਿਹੜੀ ਵਾਕਨ ਵੀ ਨਹੀਂ ਸੀ, ਖੁੱਲ੍ਹੀ ਕਲੋਜਟ, ਉਹਦੇ 'ਚ ਸਾਡੇ ਕੱਪੜੇ ਟੰਗੇ ਹੁੰਦੇ। 2 ਅਟੈਚੀਆਂ 'ਚ ਘਰ ਸ਼ੁਰੂ ਹੁੰਦਾ ਜਾਂ ਪੰਜਾਬ ਤੋਂ ਆਉਂਦੇ ਸੀ, ਇੱਕ 'ਚ ਘਰਦਾਲੀ ਦੇ ਅਤੇ ਬੱਚਿਆਂ ਦੇ ਕੱਪੜੇ, ਇੱਕ 'ਚ ਬੰਦੇ ਦੀਆਂ ਪੱਗਾਂ ਅਤੇ ਉਹਨਾਂ ਦੇ 5-7 ਸੂਟ, ਜਿੱਥੋਂ ਆਪਾਂ ਜ਼ਿੰਦਗੀ ਸ਼ੁਰੂ ਕਰਦੇ। ਨੇੜੇ ਦੇ ਗਰਾਜ ਜਿਹੜੇ ਸੇਲ ਹੁੰਦੀ ਪਹਿਲੇ ਵੀਕਐਂਡ, ਉੱਥੋਂ ਖਾਲੀ ਡੱਬੇ ਡੁੱਬੀਆਂ ਅਤੇ ਇੱਧਰ ਅਤੇ ਪੁਰਾਣਾ ਕੋਈ ਕੇਬਲ ਲੈਂਪ ਅਤੇ ਪੁਰਾਣਾ ਕੋਈ ਫੋਨ ਜੇਬ, ਔਰ ਉਹ ਗਰਾਜ ਸੇਲ ਜਿਹਦੇ 'ਤੇ ਹੁਣ ਸ਼ਰਮ ਮੰਨਦੇ ਨੇ ਬੰਦੇ, ਉਹਦੀ ਗੱਲ ਆਪਾਂ ਕਰਾਂਗੇ। ਕਿਉਂਕਿ ਹੁਣ ਉਹ ਸਮਾਂ ਨਹੀਂ, ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ 'ਚੋਂ ਖੁੱਲ੍ਹਦੀ ਆ ਵੀ ਉਹ ਕਿੱਡੀ ਵੱਡੀ ਰੀਸਾਈਕਲਿੰਗ ਅਤੇ ਕਿੰਨਾ ਵਧੀਆ ਕੰਮ ਸੀ, ਉੱਥੋਂ ਜ਼ਿੰਦਗੀ ਉਹ ਸ਼ੁਰੂ ਕਰਦੇ। ਬਸ ਫਿਰ ਜਿਉਂ ਜਿਉਂ ਸਾਡੀ ਜ਼ਿੰਦਗੀ 'ਚ ਤਰੱਕੀ ਵੱਧਦੀ ਹੈ, ਓਬੀਅਸਲੀ ਅਸੀਂ ਘਰ ਬਾਰ ਵੀ ਤਰੱਕੀ ਚਾਹੀਦੀ ਆ ਬੰਦੇ ਦੀ ਜ਼ਿੰਦਗੀ 'ਚ। ਉਹ ਇੱਕ ਕਾਰ ਜਿਹੜੀ ਸਾਰਾ ਘਰ ਸਾਰਦਾ ਜੀ, ਉਦੋਂ 2 ਕਾਰਾਂ ਦੀ, 3 ਬੱਚੇ ਸਕੂਲ ਜਾਂਦੇ ਨੇ, ਯੂਨੀਵਰਸਿਟੀ ਜਾਂਦੇ ਨੇ, ਉਹਨਾਂ ਨੂੰ ਕਾਰ ਚਾਹੀਦੀ ਹੈ, ਇੱਕ ਕਾਰ ਫਿਰ ਘਰੇ ਚਾਹੀਦੀ ਹੈ, ਇਹ ਵੀ ਗੱਲ ਚੱਲ ਪੈਂਦੀ। ਘਰ ਵਾਲੀ ਕੋਲ ਗੱਡੀ ਘਰੇ ਚਾਹੀਦੀ ਹੈ ਜੇ ਉਹ ਘਰ ਵਾਲੀ ਕੰਮ ਨਹੀਂ ਕਰਦੀ, ਕਦੇ ਵੀ ਉਹਨੇ ਜਾਣਾ ਹੋਵੇ ਕਿੱਥੇ ਆਈਏ ਮੈਂ ਕਿੱਥੇ, ਇਹ ਜਦ ਤੁਹਾਡੇ ਕੋਲ ਚੀਜ਼ਾਂ ਵੱਧਦੀਆਂ। ਫਿਰ ਜਿਹੜੀ ਸਮਾਰਟਨੈਸ ਹੈ, ਮੰਥਲੀ ਜਿਹੜੇ ਬਿੱਲ ਨੇ ਉਹ ਜਿਹੜੇ ਤੁਹਾਡੇ ਨੇ ਉਹ ਕਿਵੇਂ ਕਿਵੇਂ ਤੁਸੀਂ ਘਟਾ ਸਕਦੇ, ਕਿੱਥੇ ਤੁਹਾਨੂੰ ਲੱਗਦਾ ਵੀ ਯਾਰ ਮੈਂ ਘਰ ਵਧੀਆ ਇੰਸੂਲੇਟ ਕਰਾਂ, ਇਹਦੀ ਹੀਟ ਨਾ ਜਾਵੇ, ਮੇਰਾ ਘਰ ਗਰਮ ਰਹੇ। ਜਿਹੜੀਆਂ ਮੈਂ ਸੌਕਟਸ ਵਰਤਦਾ ਨਹੀਂ, ਉਹਦਾ ਦੇ ਵਿੱਚੋਂ ਪਲੱਗ ਜਿਹੜਾ ਉਹ ਤਾਰ ਕੱਢੀ ਜਾਵੇ। ਇਹ ਗੱਲ ਸਹੀ ਆ ਕਿ ਉਹ ਸਦਾ ਹੀ ਜੇ ਤੁਹਾਡੀ ਸੌਕਟ ਰਹਿੰਦੀ ਆ, ਪਲੱਗ ਰਹਿੰਦਾ ਸੌਕਟ ਆਪਣੇ, ਤੁਹਾਡੀ ਕੋਈ ਵੀ ਤਾਰ ਕਿਸੇ ਉਪਕਰਨ ਦੀ ਰਹਿੰਦੀ, ਉਹਨੂੰ ਵਰਤ ਨਹੀਂ ਰਹੇ, ਉਹ ਹਰ ਵਕਤ ਚੱਲ ਰਹੀ। ਉਹਦੇ ਬਾਅਦ ਸਰਵਿਸਿਜ਼ ਰਿਡਿਊਸ ਕੀ ਕਰ ਸਕਦੇ ਹਾਂ, ਡਿਫਰੈਂਟ ਸਰਵਿਸ ਪ੍ਰੋਵਾਈਡਰ ਨੇ ਇੰਸ਼ੋਰੈਂਸ ਦੀ ਲੈਣੀ ਆ, ਮੰਥਲੀ ਇੰਸ਼ੋਰੈਂਸ ਸਾਲ ਦੀ, ਉਹਦੇ 'ਤੇ ਕਹੋ 10 ਬੰਦੇ, 5 ਬੰਦਿਆਂ ਨੂੰ, 4 ਨੂੰ ਲਓ ਜੀ ਕੋਟੇਸ਼ਨ ਭੇਜੋ, ਮੇਰਾ ਆਹ ਘਰ ਆ, ਮੈਨੂੰ ਦੱਸੋ ਕਿੰਨੇ 'ਚ ਕਰਦੇ ਅਤੇ ਕੀ ਕਰਦੇ। ਉਹਦੇ ਬਾਅਦ ਮੇਰਾ ਫੋਨ ਬਿੱਲ ਅਤੇ ਕੇਬਲ ਬਿੱਲ ਅਤੇ ਇੰਟਰਨੈਟ ਦਾ ਬਿੱਲ ਆ, ਦੱਸੋ ਜੀ ਤੁਸੀਂ 100 'ਚ ਦਿੰਦੇ ਹੋ, 70 'ਚ ਦਿੰਦੇ ਹੋ, 80 'ਚ ਦਿੰਦੇ ਹੋ, 6 ਮਹੀਨੇ ਦੀ ਦਿੰਦੇ ਹੋ, 6 ਮਹੀਨੇ ਦੀ ਪ੍ਰਮੋਸ਼ਨ ਖਤਮ ਹੁੰਦੀ ਆ, ਓਕੇ ਮੈਂ ਤਾਂ ਇੰਨੇ ਹੀ ਦੇ ਸਕਦਾ। ਜਿਹੜੇ 6 ਮਹੀਨੇ ਨੂੰ ਹੁਣ ਸੈਟੇਲਾਈਟ ਕਨੈਕਸ਼ਨ ਦਿੰਦੀ ਰਹੀ ਆ, ਗਾਂ 7ਵੇਂ ਮਹੀਨੇ ਤੁਸੀਂ ਨਵੀਂ ਨਹੀਂ ਚਾੜਨੀ, ਮੈਂ ਤਾਂ 6 'ਤੇ ਹੀ ਦੇਣਾ, ਨਹੀਂ ਤਾਂ ਮੈਂ ਚੇਂਜ ਕਰਦਾ ਪ੍ਰੋਵਾਈਡ। ਇਹ ਤੁਹਾਡੀ ਸਮਾਰਟਨੈਸ ਹੈ। ਸੇਵਿੰਗ ਜਿਹੜੀ ਆ, ਜਿੱਥੋਂ ਜਿੱਥੋਂ ਲੱਗਦਾ, ਸਭ ਤੋਂ ਵੱਡਾ ਜਿਹੜਾ ਅੱਜ ਖਰਚਾ ਸਾਨੂੰ ਕਰ ਰਿਹਾ ਨਾ, ਉਹ ਸਾਡਾ ਸ਼ੋਅ ਆਫ ਕਰ ਰਿਹਾ। ਕਾਰ $500-$700 ਦੀ ਯੂਜ਼ਡ ਕਾਰ ਲੈ ਕੇ ਜ਼ਿੰਦਗੀ ਜਿਹੜੇ ਬੰਦੇ ਨੇ ਸ਼ੁਰੂ ਕੀਤੀ, ਉਹ ਅੱਜ ਲੋਕਾਂ ਨੂੰ ਦਿਖਾਉਣ ਦੇ ਲਈ ਇੱਕ ਐਡਾ ਵੱਡਾ ਪੰਗਾ ਖੜਾ ਕਰਦਾ। ਦੇਖੋ ਕੋਈ ਬਿਜ਼ਨਸਮੈਨ ਹੈ, ਉਹਦੇ ਕੋਲ 2500-3000 ਦੀ ਮੰਥਲੀ ਪੇਮੈਂਟ ਆ, ਉਹਦੀ ਗੱਡੀ ਦੇਖ ਕੇ, ਜੇ ਤੁਸੀਂ ਬਿਜ਼ਨਸ ਨਹੀਂ ਕਰਦੇ, ਨੌਕਰੀ ਕਰਦੇ ਹੋ, ਤੁਸੀਂ 1100-2000-1200 ਵਾਲੀ ਮਹੀਨੇ ਦੀ ਲੀਜ਼ ਵਾਲੀ ਗੱਡੀ ਫਾਈਨਾਂਸ ਵਾਲੀ ਲੈ ਆਏ, ਤੁਸੀਂ ਕਿਵੇਂ ਸਰਵਾਈਵ ਕਰੋ? ਜੇ 1200 ਦੀ ਉਹਦੀ ਕਿਸ਼ਤ ਹੈ ਅਤੇ 500 ਉਹਦੇ ਮੇਨਟੇਨੈਂਸ ਅਤੇ ਨਾਲ ਤੇਲ ਅਤੇ ਇੰਸ਼ੋਰੈਂਸ 1700-1800 ਦੇ ਵਿੱਚ ਤੁਹਾਨੂੰ ਗੱਡੀ ਪੈ ਰਹੀ ਹੈ, ₹60 ਦਿਹਾੜੀ 'ਤੇ, $60 ਦਿਹਾੜੀ ਦੀ ਗੱਡੀ ਤੁਹਾਨੂੰ ਮਿਲ ਰਹੀ ਹੈ ਕੰਮ 'ਤੇ ਜਾਣ ਲਈ। ਫਿਰ $30 ਦੀ ਰੈਂਟੇ ਕਾਰ ਮਿਲਦੀ ਹੈ, ਛੋਟੀ ਜਿਹੜੀ ਹੈ, ਜਿਹਨੇ ਮਤਲਬ ਜੇ ਤੁਸੀਂ ਸੌਖਿਆਂ ਰਹਿਣਾ, ਔਰ ਇਹ ਸਾਰੀਆਂ ਚੀਜ਼ਾਂ ਉੱਪਰੋਂ ਥੱਲੇ ਨੂੰ ਆਉਣੀਆਂ। ਜੇ ਤੁਸੀਂ ਫੂਡ ਦਾ ਵਧੀਆ ਸੇਲਾਂ ਜਿਹੜੀਆਂ ਲੱਗਦੀਆਂ ਨੇ ਉਹਦੇ ਕਿਊਪਨ ਆਉਂਦੇ ਨੇ, ਉਹਦੇ 'ਤੇ ਨਿਗਾਹ ਰੱਖੋ, ਔਰ ਬਿਨਾਂ ਲਿਸਟ 'ਤੇ ਸਟੋਰ 'ਚ ਨਾ ਪੜੋ। 4 ਜਿਹੜੀਆਂ ਚੀਜ਼ਾਂ ਲਿਖਣੀਆਂ ਨੇ, 4 ਇਹ ਲਿਖੀਆਂ ਹੋਣੀਆਂ ਚਾਹੀਦੀਆਂ ਨੇ, ਟਿੱਕ ਮਾਰਕ ਕਰੋ, 4 ਚੀਜ਼ਾਂ ਬੈਗ 'ਚ ਪਾ ਕੇ ਵਾਪਸ ਘਰੇ। ਉਹ ਜਿਹੜਾ ਸਾਹਮਣੇ ਤੁਰਨ ਨੂੰ ਉਹਨਾਂ ਨੇ ਦਿਖਾਇਆ ਵੀ ਆ ਗਮ ਅਸੀਂ ਸਸਤੀ ਲਾਤੀ, ਆਹ ਚੀਜ਼ਾਂ, ਉਹ ਤੁਹਾਨੂੰ ਫਸਾਉਣ ਵਾਲੀਆਂ ਗੱਲਾਂ, ਕਿਉਂਕਿ ਉਹਨਾਂ ਨੇ ਵੇਚਣਾ। ਸਮਾਰਟਨੈਸ ਆ ਜਿਹੜੀ, ਇਹ
ਇਹ ਜਿਹੜੀ ਆ ਕੰਜੂਸੀ ਨਹੀਂ ਹੈ, ਸਮਾਰਟਨੈਸ ਬਾਇੰਗ ਆ ਜਿਹੜੀ, ਜਿਵੇਂ ਸੌਦਾ ਵੇਚਣ ਲਈ ਦੁਕਾਨਾਂ ਵਾਲੇ ਸਮਾਰਟ ਸੈਲਿੰਗ ਕਰਦੇ ਨੇ, ਤੁਹਾਡੀਆਂ ਅੱਖਾਂ ਨੂੰ ਲੁਭਾਉਣ ਦੇ ਲਈ ਆਊਟਲੈਟ ਦੇ ਕੋਲ, ਕੈਸ਼ ਕਾਊਂਟਰ ਦੇ ਕੋਲ ਚੀਜ਼ਾਂ ਇਹੋ ਜਿਹੀਆਂ ਰੱਖਦੀਆਂ ਨੇ ਜਿਹੜੀਆਂ ਤੁਰੇ ਜਾਂਦੇ, ਤੁਸੀਂ ਤੁਰੇ ਜਾਂਦੇ ਚੱਕ ਲੈਂਦੇ, ਤੇ ਫਿਰ ਹੋਰ ਜਿੱਥੋਂ ਜਿੱਥੋਂ ਤੁਹਾਡਾ ਇਸ 'ਤੇ ਗੱਲ ਦਿਮਾਗ ਕਰਦਾ, ਗੱਲ ਸ਼ੁਰੂ ਕਰੋ। ਘਰ ਦੇ ਵਿੱਚ ਕੋਈ ਐਕਸਟਰਾ ਇਨਕਮ ਤੁਸੀਂ ਜੇ ਪ੍ਰੋਡਿਊਸ ਕਰ ਸਕੋ, ਈਵਨਿੰਗ ਕੋਈ ਤੁਹਾਡੀ ਹੋਬੀ ਆ ਜਿਹੜੀ ਤੁਹਾਡੀ ਨੌਕਰੀ 'ਚ, ਮਸਲਨ ਕੋਈ ਡੋਗ ਲਵਰ ਹੈ, ਬਹੁਤ ਨੇ ਜਿਹੜੇ ਡੋਗ ਵਾਕ ਕਰਨ ਲਈ ਅਮੀਰ ਲੋਕ ਨੇ, ਉਹ ਕਹਿੰਦੇ ਸਾਡੇ ਯਾਰ ਕੁੱਤੇ ਘੁਮਾ ਲਿਆ ਕਰੋ, ਮੈਂ ਇੱਕ ਮਸਲਨ ਗੱਲ ਕਰ ਰਿਹਾ। ਉਸ ਤੋਂ ਬਾਅਦ ਐਕਸਟਰਾ ਇਨਕਮ ਲਈ ਕੋਈ ਬੰਦਾ ਕੰਮ ਕਰ ਸਕਦਾ, ਘਰ ਦੀਆਂ ਚੀਜ਼ਾਂ ਜਿਹੜੀਆਂ ਵੱਧ ਗਈਆਂ ਉਸਨੂੰ ਡਿਸਪਲੇ ਕਰੋ ਗਰਮੀ ਦੇ ਵਿੱਚ, ਚਾਹੇ ਉਹਦੇ 20 ਸੈਂਟੇ ਆਉਣ, ਉਹ ਕਿਸੇ ਦੇ ਘਰ ਜਾ ਕੇ 20 ਸੈਂਟ ਵਾਲੀ ਚੀਜ਼ $20 ਦਾ ਕੰਮ ਕਰਦੀ ਹੈ। ਇਹ ਚੀਜ਼ ਜਿਹੜੀ ਅਮੀਰੀ ਦਾ ਪ੍ਰਤੀਕ ਵੱਡੇ ਘਰ ਨੇ, ਗਰੀਬੀ ਦਾ ਪ੍ਰਤੀਕ ਗ੍ਰਾਸ ਸੇਲ ਹੈ। ਗ੍ਰਾਸ ਸੇਲ 'ਤੇ ਖੜਨ ਲੱਗੇ ਲੋਕ ਸ਼ਰਮ ਮੰਨ ਲੱਗੇ, 20 ਵਰੇ ਪਹਿਲਾਂ ਮੇਲਾ ਲੱਗਦਾ ਹੁੰਦਾ ਗ੍ਰਾਸ ਸੇਲਾਂ, ਜਿਨ੍ਹਾਂ ਨੇ ਜ਼ਿੰਦਗੀ ਸਹੀ ਰੱਖਣੀ। ਅਖੀਰਲੀ ਗੱਲ, 10% ਫਰਵਰੀ ਦੇ ਵਿੱਚੋਂ ਤੁਹਾਡੇ ਪੇ ਚੈੱਕ ਦੇ ਵਿੱਚੋਂ 10% ਤੁਹਾਡੀ ਸੇਵਿੰਗ 'ਚ ਜਾਣਾ ਚਾਹੀਦਾ। $4,000 ਦਾ ਬੰਦਾ ਕਮਾਉਣ ਵਾਲਾ ਦਾ $400 ਬਚਤ ਖਾਤੇ 'ਚ ਜਾਣਾ ਚਾਹੀਦਾ, ਜਿਹੜਾ ਸਾਲ ਬਾਅਦ $5,000 ਹੋਊ। ਉਹਦੇ 5,000 ਨਾਲ ਤੁਸੀਂ ਇੰਡੀਆ ਦਾ ਟ੍ਰਿਪ ਲਾ ਲਓ, ਤੁਸੀਂ ਯੂਰਪ ਦਾ ਟ੍ਰਿਪ ਲਾ ਲਓ, ਤੁਸੀਂ ਵਕੇਸ਼ਨ ਲੈ ਲਓ, ਤੁਸੀਂ ਕੁਛ ਕਰ ਲਓ, ਉਹ ਤੁਹਾਡੀ ਸੇਵਿੰਗ ਆ। ਤੁਹਾਡੇ ਸੱਟ ਲੱਗ ਗਈ, ਕੋਈ ਕੰਮ 'ਤੇ ਨਾ ਜਾ ਸਕੇ, 2 ਮਹੀਨੇ ਤੁਹਾਡੀ ਕਵਰੇਜ ਹੋਣੀ ਚਾਹੀਦੀ ਆ, ਕੁਛ ਪੈਸੇ ਚਾਹੀਦੇ। ਦਲੀਪ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ ਲਾਈਨ ਨੰਬਰ 2? ਕਾਵੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣਾ ਨੰਬਰ ਦਿਓ ਤੁਸੀਂ ਮੈਨੂੰ। ਹੈਲੋ, ਓਕੇ ਜੀ, ਲਿਖ ਲਓ ਨੰਬਰ, ਲਾਈਨ ਛੱਡ ਦਿਓ, ਮੈਂ ਲਿਖਾਉਣਾ ਜੀ। ਹਾਂਜੀ, ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਆਉਣਾ ਜੀ। 604-729-1224 6047291224 ਇਹ ਮੇਰਾ ਸੈੱਲ ਨੰਬਰ ਹੈ ਜੀ। ਗੱਲ ਚੱਲ ਰਹੀ ਹੈ ਜੀ ਕਿ ਤੁਹਾਡੀ ਤਨਖਾਹ ਦੇ ਵਿੱਚੋਂ ਹਰ ਮਹੀਨੇ ਕੁਝ ਨਾ ਕੁਝ ਤੁਹਾਡੇ ਬੱਚਤ ਖਾਤੇ 'ਚ, ਸੇਵਿੰਗਸ ਅਕਾਊਂਟ 'ਚ ਕੁਛ ਨਾ ਕੁਝ ਜਾਣਾ ਚਾਹੀਦਾ ਹਰ ਹਾਲ। ਸਮਾਰਟ ਬਾਇੰਗ ਸਮਾਰਟ ਲਿਵਿੰਗ ਅੱਜ ਦਾ ਨਾਰਾ ਹੈ, ਔਰ ਤੁਹਾਡੇ ਕੋਲ ਹੱਕ ਨੇ ਬਾਰਗੇਨਿੰਗ ਦੇ। ਕਈ ਵਾਰ ਤੁਸੀਂ ਆਪਣੇ ਮੂੰਹ ਮੁਲਾਜ਼ੇ ਕਰਕੇ ਬਹੁਤ ਚੀਜ਼ਾਂ ਜਿਹੜੀਆਂ ਕਿਸੇ 'ਤੇ ਛੱਡ ਦਿੰਦੇ ਹੋ, ਪਰ ਨਹੀਂ, ਇਹ ਨਹੀਂ ਗੱਲ ਹੈ। ਸੌਦਾ ਵਿਕਣਾ ਅਤੇ ਸੌਦਾ ਖਰੀਦਣਾ, ਸੌਦਾ ਖਰੀਦਣ ਵਾਲੇ ਨੂੰ ਬਾਇਰ ਵੀ ਵੇਅਰ ਚਾਹੀਦਾ। ਤੁਸੀਂ ਇੱਕ ਚੀਜ਼ ਨੂੰ ਉਹਨੂੰ ਪਰਖੋ, ਔਰ ਅੱਜ ਇਸ ਮਾਰਕੀਟ ਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਜਿਹਦੇ ਤੋਂ ਬਿਨਾਂ ਤੁਸੀਂ ਸਾਰ ਸਕਦੇ ਹੋ, ਔਰ ਜਿਹਨਾਂ ਤੋਂ ਵਧੀਆ ਤੁਸੀਂ ਘੱਟ ਕੀਮਤ ਤੋਂ ਲੈ ਸਕਦੇ। ਗਰੋਸਰੀ ਤੁਹਾਡੀ ਜਿਹੜੀ ਹੈ ਉਹ ਲਾਜ਼ਮ ਹੈ, ਪਰ ਉਸਨੂੰ ਦੇਖੋ ਕਿਵੇਂ ਠੀਕ ਹੈ। ਮੌਰਗੇਜ ਤੁਹਾਡੀ ਹੈ, ਦੇਖੋ ਬੈਂਕਾਂ ਤੁਹਾਨੂੰ ਕਿਵੇਂ ਲੋਨ ਦਿੰਦੀਆਂ, ਕੀ ਪਰਸੈਂਟੇਜ ਦਿੱਤਾ, ਉਹਨੇ ਕੀ ਕੀਤਾ, ਉਹਨੂੰ ਚੈੱਕ ਕਰੋ। ਮਲਟੀਪਲ ਲੈਂਡਰਸ ਨਾਲ ਗੱਲ ਕਰੋ, ਕਿੱਥੋਂ ਤੁਹਾਨੂੰ $200 ਵੀ ਤੁਹਾਡੀ ਸੇਵਿੰਗ ਹੁੰਦੀ ਹੈ ਇੱਕ ਮੌਰਗੇਜ ਦੇ ਵਿੱਚੋਂ, ਔਰ ਕਿਸ ਤਰ੍ਹਾਂ ਹੋ ਸਕਦਾ, ਬਾਈ ਵੀਕਲੀ ਕਿਵੇਂ ਆ, ਇਹਦੇ ਨਾਲ ਮੈਨੂੰ ਕਿੰਨਾ ਫਰਕ ਪੈ ਸਕਦਾ, ਕਿੰਨੇ ਸਮੇਂ ਦੀ ਮੈਂ ਮੌਰਗੇਜ ਕਰਾਵਾਂ, ਘੱਟ ਕਰਾਵਾਂ, ਵੱਧ ਕਰਾਵਾਂ, ਇਹ 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 ਸਾਰੀਆਂ ਚੀਜ਼ਾਂ। ਜੇ ਨਹੀਂ ਗੱਲ ਆ ਰਹੀ, ਚਾਦਰ ਪੈਰਾਂ ਤੋਂ ਖਿੱਚ ਦਿਓ, ਮੂੰਹ ਨੰਗਾ ਹੁੰਦਾ ਮੂੰਹ 'ਤੇ ਖਿੱਚ ਦਿਓ, ਪੈਰ ਨੰਗੇ ਹੁੰਦੇ ਨੇ, ਡਾਊਨ ਸਾਈਜ਼ ਕਰੋ। ਸਰੀਰ ਤਾਂ ਘਟਣਾ ਨਹੀਂ, ਚਾਦਰ ਹੈ ਜਿਹੜੀ ਉਹਨੂੰ ਨਵੀਂ ਲਓ, ਬਦਲ ਲਓ, ਪਰ ਸੇਵਿੰਗ ਤੁਹਾਡੀ 10% ਇੱਕ ਫਿਕਸ ਜਾਣੀ ਚਾਹੀਦੀ ਹੈ, ਕਿਉਂਕਿ ਸਰੀਰ ਨਹੀਂ ਚੱਲਣੇ ਮਿੱਤਰਾ। ਜਦ 65 ਦੇ ਹੋਣਾ ਹੈ, ਅੱਜ ਤੋਂ 20 ਸਾਲਾਂ ਨੂੰ, 40 ਸਾਲ, 10 ਸਾਲਾਂ ਨੂੰ, 15 ਨੂੰ ਕਿਹੜੇ ਰਾਜੇ ਦੀ ਪਰਜਾ ਆਉਣੀ ਹੈ, ਜਿਨ੍ਹਾਂ ਦੇ ਸਿਰ 'ਤੇ ਬੈਠਾ, ਉਹਨਾਂ ਨੇ ਸਾਂਭਣਾ ਨਹੀਂ ਸਾਂਭਣਾ ਹੈ ਰੱਬ ਦਾ। ਠੀਹਾ ਆਪਣਾ ਕੋਈ ਪੱਕਾ ਰੱਖੋ, ਜਿੱਥੇ ਤੁਹਾਡੀ ਜ਼ਿੰਦਗੀ ਦੇ ਦਿਨ ਲੰਘਣ। ਲੋਕ ਬੇਘਰ ਹੋਏ ਬੈਠੇ ਨੇ, ਲੋਕ ਜਾ ਕੇ ਦੇਖਿਓ ਲੌਂਗ ਟਰਮ ਕੇਅਰ ਹੋਮਾਂ ਦੇ ਵਿੱਚ ਕਿਵੇਂ ਆਪਣੇ ਬਜ਼ੁਰਗ ਪਏ ਨੇ, ਦੇਖਣ ਨਹੀਂ ਕੋਈ ਜਾਂਦਾ। ਜਿੱਦਣ ਅਸੀਂ ਵੀ ਉੱਥੇ 10-20 ਸਾਲਾਂ ਨੂੰ ਪੈਣਾ, ਜਿਹੜੇ ਜੇ ਤੁਸੀਂ ਕਹੋ ਵੀ ਮੇਰੇ ਘਰੇ ਸਰਵਣ ਪੁੱਤ ਜੰਮਿਆ, ਕਿਸੇ ਦੇ ਦੂਜੇ ਕੰਸ ਜੰਮਿਆ, ਇਹ ਨਹੀਂ ਗੱਲ। ਜ਼ਿੰਦਗੀ ਦੀਆਂ ਰੀਤਾਂ ਹੀ ਇਹੋ ਜਿਹੀਆਂ ਹੋ ਗਈਆਂ, ਲੋਕ ਛੱਡ ਜਾਂਦੇ ਆ। ਇਹ ਤਾਂ ਸਾਲਾਂ ਦੀ ਨਹੀਂ, ਦਿਨਾਂ ਦੀ ਗੱਲ ਹੈ, ਦਿਨਾਂ ਦੀ। ਜਿਹੜਾ ਫੁੱਲ ਹੈ ਉਹਦੇ 'ਚੋਂ ਸੁਗੰਧ ਆਉਣੀ ਬੰਦ ਹੋ ਜਾਂਦੀ, ਉਹਦੇ ਵੱਲ ਝਾਕਦਾ ਨਹੀਂ ਕੋਈ। ਆਪਣੇ ਆਪ ਨੂੰ ਸਦਾ ਬਹਾਰ ਰੱਖੋ, ਖੁਸ਼ਗਵਾਰ ਰੱਖੋ, ਮਹਿਕਾਂ ਵੰਡਦਾ ਰੱਖੋ, ਤਾਂ ਫਿਰ ਸੌਦੇ ਵਿਕਦੇ ਆ ਤੁਹਾਡੇ। ਪਰ ਜ਼ਿੰਦਗੀ ਦੇ ਵਿੱਚ ਇਹ ਪੱਕਾ ਕਰ ਲਓ ਕਿ ਟੈਕਸ ਕੱਟਣ ਤੋਂ ਬਾਅਦ ਜਿਹੜਾ ਵੀ ਤੁਹਾਡੇ ਕੋਲ ਚੈੱਕ ਆਉਂਦਾ, ਉਹਦੇ 10% ਉਹਦਾ ਤੁਹਾਡਾ ਬੱਚਤ ਖਾਤੇ ਜਾਣਾ ਚਾਹੀਦਾ। 1844-247-1550
ਕੋਈ ਇਹਦੇ 'ਚ ਤੁਸੀਂ ਰਾਏ ਦੇਣੀ ਹੋਵੇ। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਂਦੇ ਨੇ ਐਟਲਸ ਆਟੋ ਬੋਡੀ ਵਾਲੇ ਹਰਜਿੰਦਰ ਸਿੰਘ ਧਾਲੀਵਾਲ, ਗੁਰਚੇਤਨ ਸਿੰਘ ਧਾਲੀਵਾਲ, 604-594-9907। ਸਟੇਟ ਆਫ ਆਰਟ ਫੈਸਿਲਿਟੀ ਹੈ, ਬਹੁਤ ਵਧੀਆ ਜਿਹੜੀ ਹੈ ਉਹ ਬੋਡੀ ਸ਼ਾਪ ਹੈ। ਬੋਡੀ ਸ਼ਾਪ ਵਧੀਆ ਦਾ ਮਤਲਬ ਇਹ ਹੈ ਕਿ ਬਹੁਤ ਪ੍ਰੋਫੈਸ਼ਨਲ ਕੰਮ ਹੈ। ICBC ਦੀ ਵੈਲਿਡ ਸਰਵਿਸ ਹੈ, ICBC ਤੋਂ ਕਲੇਮ ਆਪ ਲੈਂਦੇ ਨੇ। ਤੁਸੀਂ ਕਿਸੇ ਤਰ੍ਹਾਂ ਦਾ ਵੀ ਕਲੇਮ ਹੈ ਜਿਹੜਾ ਉਹ ਪਰਸਨਲ ਜਾਂ ICBC ਦਾ ਕਲੇਮ ਹੈ ਤਾਂ ਗੱਲਬਾਤ ਕਰਨੀ ਹੈ ਤਾਂ 604-594-9907 ਐਟਲਸ ਆਟੋ ਬੋਡੀ 'ਤੇ ਉਹਨਾਂ ਨੂੰ ਜਮ੍ਹਾਂ ਦਿਓ ਅਤੇ ਤੁਹਾਡੀ ਗੱਡੀ ਬੋਡੀ ਵਰਕ ਅਤੇ ਪੇਂਟ ਅਤੇ ਵਿੰਡਸ਼ੀਲਡ ਰਿਪੇਅਰ ਉਹ ਕਰਦੇ ਆ। 604-594-9707। ਫਰੈਂਡ ਕਮਿਊਨੀਕੇਸ਼ਨ 604-500-3700। ਦੋ ਲੋਕੇਸ਼ਨਾਂ ਨੇ, ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਇੱਕ ਲੋਕੇਸ਼ਨ ਅਤੇ ਦੂਸਰੀ 72 ਅਤੇ 137 'ਤੇ। ਸੈੱਲਫੋਨ, IPTV ਬਾਕਸ, ਗੁਰਬਾਣੀ ਵਾਲੇ ਰੇਡੀਓ, ਲੈਪਟਾਪ ਦੀ ਰਿਪੇਅਰ ਅਤੇ ਫੋਨਾਂ ਦੀਆਂ ਐਕਸੈਸਰੀਜ਼, ਕੁਝ ਵੀ ਇਲੈਕਟ੍ਰੋਨਿਕ ਦਾ ਫੋਨਾਂ ਦੇ ਨਾਲ ਅਤੇ TV ਨਾਲ ਅਤੇ ਇੰਟਰਨੈਟ ਨਾਲ ਸੰਬੰਧਿਤ ਕੁਛ ਵੀ ਤੁਹਾਨੂੰ ਚਾਹੀਦਾ ਉਹਨਾਂ ਦੇ ਕੇਸ 604-500-3700। ਮਨਵੀਰ ਸਿੰਘ ਜੀ ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਰ ਬਹੁਤ ਵਧੀਆ ਤੁਸੀਂ ਦੱਸ ਰਹੇ ਆ, ਸੋ ਬਿਕੋਜ਼ ਸੇਵਿੰਗ ਕਰਨੀ ਬੜੀ ਜ਼ਰੂਰੀ ਆ ਫਿਊਚਰ ਦੇ ਲਈ। ਸੋ ਇੱਕ ਚੀਜ਼ ਮੈਂ ਦੱਸਣਾ ਚਾਹੁੰਦਾ ਆਪਣੇ ਸਾਰੇ ਲਿਸਨਰ ਨੂੰ, ਬੜੀ ਇੰਪੋਰਟੈਂਟ ਆ। ਜਿੱਦਾਂ ਮੇਰੀ ਵਾਈਫ ਨਾ ਵਾਲਮਾਰਟ 'ਚ ਕਰਦੀ ਆ ਕੰਮ, ਤਾਂ ਉਹਨੇ ਮੈਨੂੰ ਪਤਾ ਲੱਗਾ ਸੀਗਾ ਕਿ ਜਿੱਦਾਂ ਆਪਾਂ ਫਰੂਟੀ ਕਰਨਾ ਜਾਂਦੇ ਹਾਂ ਜਾਂ ਸਨ ਫਾਰਮ ਜਾਂਦੇ ਹਾਂ, ਔਰ ਉਹਨਾਂ ਦੇ ਨਾ ਫਲਾਇਰ ਆਉਂਦੇ ਆ, ਫਲਾਇਰ ਮੀਨਸ ਉਹਨਾਂ ਦੇ ਪ੍ਰਾਈਸ ਰੋਜ਼ ਦੀ ਰੋਜ਼ ਲਿਖੇ ਹੁੰਦੇ ਆ, ਮੈਨੂੰ ਲੱਗਦਾ ਆਲਮੋਸਟ ਵੀਕ ਦੇ ਲਿਖੇ ਹੁੰਦੇ ਆ, ਔਰ ਉਹ ਅਸੀਂ ਫਲਾਇਰ ਲੈ ਕੇ ਉਹ ਵੀ ਅਸੀਂ ਹਾਰਡ ਕਾਪੀ ਜਾਣੀ ਕਿ ਉਹ ਵੀ ਲੈ ਕੇ ਜਾ ਸਕਦੇ ਹਾਂ, ਔਰ ਅਸੀਂ ਉਹਦੇ ਆਨਲਾਈਨ ਵੀ ਕਰ ਸਕਦੇ ਹਾਂ ਜਦੋਂ ਅਸੀਂ ਵਾਲਮਾਰਟ 'ਚ ਜਾਣਾ। ਔਰ ਉਸ ਚੀਜ਼ ਦਾ ਜਦੋਂ ਅਸੀਂ ਉਹਨਾਂ ਨੂੰ ਕਹਿਣਾ ਨਾ ਅਸੀਂ ਪ੍ਰਾਈਸ ਮੈਚ ਕਰਨੀ ਆ, ਤੁਸੀਂ ਆਪ ਵੀ ਖੁਦ ਵੀ ਦੇਖਿਓ, ਮੇ ਬੀ ਤੁਹਾਨੂੰ ਪਤਾ ਵੀ ਹੋਵੇ, ਔਰ ਬਹੁਤ ਡਿਫਰੈਂਸ ਹੁੰਦਾ ਆ, ਖਾਸ ਕਰਕੇ ਫਰੂਟਸ ਦੇ ਵਿੱਚ, ਸਬਜ਼ੀਆਂ ਦੇ ਵਿੱਚ, ਹੋਰ ਵੀ ਨਿੱਕੀ ਨਿੱਕੀ ਚੀਜ਼ਾਂ ਆ। ਕਈ ਚੀਜ਼ਾਂ ਸਾਨੂੰ ਵਾਲਮਾਰਟ 'ਚ ਸਸਤੀਆਂ ਮਿਲਦੀਆਂ, ਪਰ ਅਲੱਗ ਫਰੂਟ ਹੋ ਗਏ, ਇਹ ਬਹੁਤ ਉਹਨਾਂ 'ਚ ਡਿਫਰੈਂਸ ਹੁੰਦਾ। ਜਦੋਂ ਤੁਸੀਂ ਕਹਿੰਦੇ ਆ ਉਹਨਾਂ ਨੂੰ ਕਿ ਅਸੀਂ ਪ੍ਰਾਈਸ ਮੈਚ ਕਰਨੀ ਆ, ਔਰ ਉਹ ਪ੍ਰਾਈਸ ਮੈਚ ਕਰਕੇ ਬਹੁਤ ਡਿਫਰੈਂਸ ਹੁੰਦਾ, ਔਰ ਜਿਹੜੀ ਪ੍ਰਾਈਸ ਲਾਈਕ ਜਿੱਦਾਂ ਸਨ ਫਾਰਮ ਹੋ ਗਿਆ, ਸਨ ਫਾਰਮ ਅਤੇ ਫਰੂਟੀ ਕਰਨਾ, ਤੁਸੀਂ ਦੋਨਾਂ 'ਚੋਂ ਦੇਖ ਲਓ ਕਿਹੜੀ ਪ੍ਰਾਈਸ ਘੱਟ ਹੈਗੀ ਆ। ਉਹਨਾਂ ਨੂੰ ਸਿਰਫ ਉਹ ਡੇਟ ਚਾਹੀਦੀ ਹੁੰਦੀ ਆ ਕਿ ਹਾਂਜੀ ਇਸ ਡੇਟ ਦੇ ਵਿੱਚ ਹੋਣਾ ਚਾਹੀਦਾ, ਸੋ ਉਹ ਪ੍ਰਾਈਸ ਮੈਚ ਕਰ ਦਿੰਦੇ ਆ, ਔਰ ਪ੍ਰਾਈਸ ਮੈਚ ਕਰਕੇ ਕਾਫੀ ਜਿਹੜਾ ਹੈਗਾ ਤੁਹਾਡਾ ਫਰਕ ਪੈ ਜਾਂਦਾ, ਬਿਕੋਜ਼ ਗਰੋਸਰੀ ਤਾਂ ਹਰ ਵੀਕ ਲਿਆਉਣੀ ਹੁੰਦੀ ਆ। ਸੋ ਜੇ ਸਾਡੇ ਲਿਸਨਰ ਸੁਣਨ ਤਾਂ ਬਹੁਤ ਹੀ ਇੱਕ ਵਧੀਆ ਚੀਜ਼ ਹੈਗੀ, ਔਰ ਕਾਫੀ ਸੇਵਿੰਗ ਲਈ ਇੱਕ ਵਧੀਆ ਆ ਜੀ। ਮਿਹਰਬਾਨੀ ਗੱਲ ਸਰ, ਥੈਂਕ ਯੂ ਵੀਰ ਜੀ। ਅੱਛਾ ਇੱਕ ਨਾਲ ਹੀ ਇਹਦੇ, ਜਦ ਤੁਸੀਂ ਜਾਣਦੇ ਹੋ ਫਲਾਇਰ ਤੁਹਾਡੇ ਘਰੇ ਆਉਂਦਾ ਜਾਂ ਆਨਲਾਈਨ ਵੀ ਹੈ, ਉਹ ਫਲਾਇਰ ਦੇ ਨਾਲ ਕੀਮਤ ਜ਼ਰੂਰ ਚੈੱਕ ਕਰੋ, ਜਾਂ ਕੈਸ਼ ਆਊਟ ਕਰਦੇ ਹੋ ਕੋਲ ਰੱਖੋ, ਉਹਦੇ ਵਿੱਚ ਕੋਈ ਸ਼ਰਮ ਨਹੀਂ ਹੈ। ਤੁਹਾਨੂੰ ਪਤਾ ਵੀ ਬਿਲੀਅਨਸ ਆਫ ਡਾਲਰ ਇਹ ਸਟੋਰ ਬਣਾ ਰਹੇ ਨੇ, ਬਿਲੀਅਨਸ, ਅਰਬਾਂ ਹੀ ਡਾਲਰ, ਅਰਬਾਂ। ਬਹੁਤ ਸਟੋਰ ਨੇ ਜਿਨ੍ਹਾਂ ਦਾ ਆਪਣਾ ਕੋਈ ਵੀ ਸਮਾਨ ਨਹੀਂ ਉਸ ਸਟੋਰ 'ਚ, ਉਹ ਫੁੱਟਾਂ ਦੇ ਨਾਲ, ਇੰਚਾਂ ਨਾਲ ਜਗ੍ਹਾ ਵੇਚਦੇ ਆ, ਉਹਦੇ ਤੇ ਜਾ ਕੇ ਜਿਹੜਾ ਮੈਨੂਫੈਕਚਰਰ ਆਪਣਾ ਸਮਾਨ ਰੱਖਦਾ, ਉਹ ਸਮਾਨ ਰੱਖਣ ਦੇ ਪੈਸੇ ਲੈਂਦੇ ਆ, ਨਾ ਕੋਈ ਉਹਨਾਂ ਦਾ ਗਲਦਾ, ਨਾ ਕੋਈ ਉਹਨਾਂ ਦਾ ਖਰਾਬ ਹੁੰਦਾ। ਇੱਕ ਸੇਲ ਦੇਖ ਕੇ, ਖੰਡਾਰਾ ਦੇਖ ਕੇ ਉੱਥੇ ਨਾ ਕਰੋ ਵੀ ਆਹ ਜਿਹੜਾ ਖੰਡਾਇਆ ਪਏ ਨੇ ਨਾ ਕੱਪੜੇ ਦਾ ਮਤਲਬ ਇਹ ਸਸਤੇ ਨੇ, ਸਾਡੀ ਸਾਈਕੀ ਹੈ, ਇਹ ਨਹੀਂ ਗੱਲ ਹੈ। ਜਦ ਤੁਹਾਨੂੰ ਪਤਾ ਵੀ ਮੈਨੂੰ ਲੋੜ ਹੀ ਨਹੀਂ, ਉਹਨਾਂ ਬਕਸਿਆਂ ਕੋਲ ਖੜਨ ਦੀ ਲੋੜ ਨਹੀਂ, ਖੜੋਗੇ ਤਾਂ ਕੁਛ ਲਾਉਂਗੇ। ਲਗਜ਼ਰੀ ਆ ਜਿਹੜੀ, ਇੱਕ ਨੈਸੈਸਿਟੀ ਹੈ, ਇੱਕ ਲਗਜ਼ਰੀ ਹੈ। ਜ਼ਰੂਰਤ ਪੂਰੀ ਕਰਨੀ ਉਹ ਕਰਨੀ ਹੈ, ਰੋਟੀ ਖਾਣੀ ਹੈ, ਮੈਂ ਮੌਰਗੇਜ ਦੇਣੀ ਹੈ, ਗੱਡੀ ਚਲਾਉਣੀ ਹੈ, ਕੱਪੜੇ ਪਾਉਣੇ ਨੇ, ਜਵਾਕਾਂ ਨੂੰ ਸਕੂਲ ਕਾਲਜ ਭੇਜਣਾ, ਅਤੇ ਤਕੜੇ ਰਹਿਣ ਦੇ ਲਈ, ਐਕਸਰਸਾਈਜ਼ ਲਈ $10-20, $30-40-50 ਜਿੰਮ 'ਤੇ ਵੀ ਲਾਉਣੇ ਨੇ, ਉਹ ਲਾਉਣੇ ਨੇ। ਪਰ ਜਿੱਥੇ ਲੱਗਦਾ ਵੀ ਹੁਣ ਇੱਕ ਹੋਰ ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਚੱਲਿਆ ਹੋਇਆ ਡਾਈਨ ਆਊਟ, ਉਹ ਡਾਈਨ ਆਊਟ ਜਿਹੜਾ ਬਾਹਰ ਖਾਣ ਦਾ ਐਡਵਰਟਾਈਜ਼ਮੈਂਟ ਦਾ ਜ਼ਮਾਨਾ ਹੈ, ਲਭਾ ਦਿੰਦੇ ਨੇ ਤੁਹਾਨੂੰ 40 ਚੀਜ਼ਾਂ, 45 ਜੀ, $20, $25, $28, ਕਦੇ ਉਹਨੂੰ ਗਿਣਿਓ ਸਹੀ ਵੀ $100 ਦੇ ਵਿੱਚ ਤੁਸੀਂ ਖਾ ਕੇ ਆਏ ਖਾਣਾ, $100 ਦੀ ਗਰੋਸਰੀ ਪਤਾ ਕਿੰਨੀ ਆਉਂਦੀ ਹੈ। ਜਿਨ੍ਹਾਂ ਦੇ ਕੋਲ ਥੱਬੇ ਨੇ ਨੋਟਾਂ ਦੇ, ਉਹ ਤਾਂ ਦਿਖਾਉਣ, ਫਿਰ ਉੱਥੇ ਸਟੇਟਸ ਕਰਨ, ਉਹ ਵੀ ਆਰ ਸਿਟਿੰਗ ਐਟ ਫਲਾਣੀ ਜਗ੍ਹਾ, ਫੋਟੋਆਂ ਭੇਜਦੇ ਨੇ ਡਿਸ਼ਿਜ਼ ਦੀਆਂ, ਜਿਹੜਾ ਕੁਛ ਖਾਂਦੇ ਨੇ, ਜਲੂਸ ਆ ਅਕਲ ਦਾ ਕੱਢਦੇ ਨੇ। ਜੇ ਕੋਈ ਕਿਤੇ ਵਕੇਸ਼ਨ 'ਤੇ ਗਿਆ, ਉੱਥੇ ਦੇ ਰਿਜ਼ੋਰਟ ਦੀ ਫੋਟੋ ਭੇਜਦਾ,
ਜਾਂ ਕਿਸੇ ਰੈਸਟੋਰੈਂਟ 'ਚ ਬੈਠਾ ਉੱਥੇ ਦੀ ਜਾਂ ਕਿਤੇ ਦਿੱਲੀਓਂ ਜਾਂ ਇੱਧਰੋਂ ਏਅਰਪੋਰਟ 'ਤੇ ਕਹਿਣ ਲੱਗਿਆ ਜਹਾਜ਼ ਦਿਖਾਉਂਦਾ, ਉਹ ਕੁਛ ਨਹੀਂ ਹੈ, ਉਹ ਫੇਕ ਹੈ। ਉਹ ਬਿਲਕੁਲ ਉਹਨਾਂ ਦੇ ਪੱਲੇ ਕੱਖ ਨਹੀਂ ਬੰਦਿਆਂ ਦੇ, ਜਿਹੜਾ ਖਾਣਾ ਵੀ ਆਪਣੀਆਂ ਫੋਟੋਆਂ ਖਿੱਚ ਕੇ ਦਿਖਾਉਂਦੇ ਨੇ ਜਾਂ ਘਰ ਦਾ ਖਾਣਾ ਲੋਕਾਂ ਨੂੰ ਦਿਖਾਉਂਦੇ ਨੇ, ਮੈਂ ਅੱਜ ਪਰੌਂਠੇ ਬਣਾ ਲਏ, ਅੱਜ ਮੈਂ ਲੇਡੀਜ਼ ਨੂੰ ਬੜਾ, ਮੈਂ ਸਾਗ ਬਣਾ ਲਿਆ ਅੱਜ, ਆਜੋ ਖਾ ਲਓ। ਉਹ ਗੁਰੂ ਦਾ ਲੰਗਰ ਆ ਜਿਹੜਾ ਗੁਰਦੁਆਰੇ ਹੁੰਦਾ, ਇੱਥੇ ਨਹੀਂ ਕੋਈ ਕਿਸੇ ਨੂੰ ਖਿਲਾਉਂਦਾ। ਸੋ ਥੋੜ੍ਹਾ ਜਿਹਾ ਚਲੋ ਉਹ ਚੱਲਦਾ ਰਹਿਣਾ, ਉਹ ਕਿਸੇ ਦੀ ਆਪਣੀ ਹੌਬੀ ਹੈ, ਮੈਂ ਇੱਕ ਨੋਰਮਲ ਬੰਦੇ ਦੀ ਗੱਲ ਕਰਦਾ, ਪਰ ਸਮਾਰਟ ਬਾਇਰ ਹੋਣਾ ਬਹੁਤ ਜ਼ਰੂਰੀ ਹੈ। ਈਵਨ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਸਮਾਰਟਨੈਸ, ਦੋਸਤ ਕਿਹਨੂੰ ਬਣਾਉਣਾ, ਇਹ ਬਹੁਤ ਵੱਡਾ ਇੱਕ ਵਿਸ਼ਾ ਹੋ ਗਿਆ ਹੁਣ ਜ਼ਿੰਦਗੀ ਦਾ। ਤੁਹਾਡੀ ਜਿਹੜੀ ਲਿਸਟ ਹੈ, ਦਸ ਦਸ ਚੋਂ ਅੱਠ, ਅੱਠ ਚੋਂ ਛੇ, ਛੇ ਚੋਂ ਚਾਰ, ਚਾਰ ਚੋਂ ਦੋ, ਉਹ ਟੈਸਟ ਲਾ ਲਓ। ਤੁਹਾਡਾ ਵੀ ਅਗਲਾ ਲਾਉਂਦਾ, ਤੁਸੀਂ ਵੀ ਲਾ ਲਓ ਵੀ ਕਿਹੜੀ ਕਿਹੜੀ ਚੀਜ਼ ਹੈ, ਆਹ ਬੰਦਾ ਮੈਂ ਕਿਹੜੇ ਲੈਵਲ ਤੇ ਰੱਖਣਾ ਜ਼ਿੰਦਗੀ। ਔਰ ਸਾਰਾ ਕੁਛ ਤੁਹਾਨੂੰ ਸਾਂਝਾ ਨਹੀਂ ਕਰਨਾ ਚਾਹੀਦਾ, ਨਾ ਹੀ ਕਿਸੇ ਦਾ ਸਾਂਝ ਕਿਸੇ ਦੀ ਪੁੱਛੋ, ਬਹੁਤ ਬਰਬਾਦੀ ਹੁੰਦੀ ਹੈ। ਤੇ ਆਹ ਜਿਹੜਾ ਸਮਾਰਟਨੈਸ ਹੋਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ ਅੱਜ ਦੇ ਸਮੇਂ 'ਚ। ਔਰ 10% ਤੁਹਾਡਾ ਪੱਕਾ ਚਾਹੀਦਾ ਵੀ ਮੇਰਾ ਮੈਂ ਬੱਚਤ ਖਾਤੇ 'ਚ ਰੱਖਣਾ, ਕਦੇ ਵੀ ਕੋਈ ਵੀ ਐਮਰਜੈਂਸੀ ਪੈ ਗਈ, ਉੱਦਣ ਜਿੱਦਣ ਤੁਹਾਡੇ ਕੋਲ ਬੱਚਤ 'ਚ ਨਹੀਂ ਪੈਸੇ, ਫਿਰ ਉੱਦਣ ਤੁਸੀਂ ਲੋਨ ਚੱਕਣਾ, ਕ੍ਰੈਡਿਟ ਕਾਰਡ 'ਤੇ ਚੱਕੋਗੇ, ਕਿਸੇ ਤੋਂ ਸੈਕਿੰਡ ਲਾਈਨ ਲਾਓਗੇ ਜਾਂ ਕਿਸੇ ਦੋਸਤ ਤੋਂ ਲਾਓਗੇ, ਦੋਸਤ ਦਾ ਮੁੜਨਾ ਨਹੀਂ, ਜਾਂ ਮੇਰੇ ਕੋਲ ਹੈ ਨਹੀਂ 10,000 ਲੈ ਲਿਆ, ਮੈਂ 10,000 ਕਿੱਥੋਂ ਮੁੜਨਾ, ਫਿਰ ਲੜਾਈਆਂ ਚੜ੍ਹਾਈਆਂ, ਬੁਰੇ ਹਾਲ, ਬੰਕੇ ਦਿਹਾੜੇ, ਉਹ ਉਹੀ ਹੋਣਾ ਕਿਉਂਕਿ ਇਨਕਮ ਤਾਂ ਵੱਧ ਨਹੀਂ ਰਹੀ। ਜਾਂ ਫਿਰ ਜਾਂ ਪਤਾ ਵੀ ਖਰਚ ਲਏ, ਫਿਰ ਉਹ 10,000 ਇਕੱਠਾ ਕਰੋ, ਉਹਦੇ ਲਈ ਫਿਰ ਤੁਹਾਨੂੰ ਆਪਣੇ ਆਪ ਨੂੰ ਸਟ੍ਰੈਚ ਕਰਨਾ ਪਊ, ਐਕਸਟਰਾ ਕੰਮ ਕਰਨਾ ਪਊ। ਜੇ ਜ਼ਿੰਦਗੀ ਵਧੀਆ ਕੱਢਣੀ ਆ ਵੀ ਮੈਂ 5 ਦਿਨ 40 ਘੰਟੇ ਕੰਮ ਕਰਨਾ, ਮੈਂ ਇੰਨਾ ਹੀ ਕਰਨਾ, ਇਹਦੇ 'ਚ ਮੈਂ ਆਹ ਆਹ ਚੀਜ਼ਾਂ ਆਪਣੀਆਂ ਫਿਕਸ ਕਰਨਾ, ਅੰਤ ਤਾਂ ਹੈ ਨਹੀਂ। ਔਰ ਜੇ ਤੁਹਾਨੂੰ ਕੋਈ ਮਹਿੰਗੇ ਕੱਪੜਿਆਂ ਵਾਲਾ, ਮਹਿੰਗੀ ਗੱਡੀ ਵਾਲਾ, ਮਹਿੰਗੇ ਰੈਸਟੋਰੈਂਟ ਵਾਲਾ ਲੁਭਾ ਰਿਹਾ, ਤੁਸੀਂ ਅਟਰੈਕਟ ਹੋ ਕੇ ਉਹਦੇ ਪਿੱਛੇ ਤੁਰੇ ਫਿਰਦੇ ਹੋ, ਫਿਰ ਤੁਸੀਂ ਬੰਦਿਆਂ 'ਚ ਥੋੜ੍ਹਾ ਆਉਂਦੇ ਹੋ। ਮਹਿੰਗੀ ਗੱਡੀ ਜਾਂ ਮਹਿੰਗੇ ਕੱਪੜੇ ਵਾਲਾ ਤੁਹਾਡੀ ਪਰਸਨੈਲਿਟੀ ਦੇ ਸਾਹਮਣੇ ਉਹ ਕੀ ਹੈ? ਤੁਹਾਡੇ ਕੋਲ ਤੁਹਾਡੀ ਗੱਡੀ ਖੜੀ ਹੈ ਜਿਹ ਨਾਲ ਤੁਸੀਂ ਖੁਸ਼ ਹੋ? ਕੀ 7 ਲੱਖ 8 ਲੱਖ ਵਾਲਾ ਕੋਈ ਟਰੱਕ, SUV ਜਾਂ ਮਿਲੀਅਨ ਵਾਲੀ ਗੱਡੀ ਤੁਹਾਨੂੰ, ਤੁਹਾਡੀ ਖੜੀ 10,000 ਦੀ ਆਪਣੀ ਗੱਡੀ ਦੇ ਸਾਹਮਣੇ ਉਹ ਕੀ ਦਿਖਾ ਦੂ? ਉਹਦੇ ਪਿੱਛੇ ਕੱਢਣ ਦੇ ਪਤਾ ਕੀ ਹੈ? ਤੁਹਾਨੂੰ ਨਹੀਂ ਪਤਾ। 100% ਇਹ ਲੀਜ਼ ਵਾਲੀਆਂ ਗੱਡੀਆਂ, 100% ਤੁਹਾਡੇ ਕੋਲ 10,000 ਤੁਹਾਡੀ ਆਪਣੀ ਹੈ, ਉਹ 2 ਸਾਲ ਬਾਅਦ ਚਲਾਉਂਦੇ ਆ ਮੋੜ ਕੇ ਦੂਜੀ ਲੈਂਦੇ, ਤੁਸੀਂ ਆਪਣਾ ਘਰ ਪੱਟਦੇ ਹੋ, ਇਹੀ ਕੱਪੜੇ ਆ। ਉਹ ਕੀ ਪਤਾ ਕਿੱਥੇ ਦੇ ਬ੍ਰਾਂਡਡ ਕੱਪੜੇ ਨੇ, ਉਹ ਕਿੱਥੋਂ ਚੀਨ ਤੋਂ ਸਟਿੱਕਰ ਲਵਾ ਕੇ ਲੈ ਕੇ ਆਇਆ, ਕੋਈ ਤੁਹਾਨੂੰ ਪਤਾ? ਤੁਹਾਨੂੰ ਨਹੀਂ ਪਤਾ। ਤੁਸੀਂ ਆਪਣਾ ਦੇਖਣਾ ਵੀ ਮੇਰੇ ਕੀ ਪਾਇਆ। ਕਰਨਦੀਪ ਸਿੰਘ ਗਰੇਵਾਲ, ਕੀ ਕਹਿਣਾ ਚਾਹੁੰਦੇ ਹੋ ਲਾਈਨ ਨੰਬਰ 2? ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ, ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਤੁਸੀਂ ਇੱਦਾਂ ਦੇ ਟੌਪਿਕ ਲੈ ਕੇ ਆਉਂਦੇ ਹੋ ਨਾ, ਇਹ ਐਂ ਜਾਇਆ ਨਹੀਂ ਜਾਂਦੇ ਗੇ। ਇਹਨਾਂ ਦਾ ਬੜੇ ਲੋਕਾਂ ਨੂੰ ਕਿਤੇ ਨਾ ਕਿਤੇ ਨਾ ਠੋਕਰ ਜੀ ਵੱਜਦੀ ਹੈ ਤੇ ਸੇਧ ਆਉਂਦੀ ਵੀ ਹੈ, ਤੇ ਉਹਨਾਂ ਵਿੱਚੋਂ ਇੱਕ ਮੈਂ ਵੀ ਹਾਂ। ਤੁਸੀਂ ਅੱਜ ਤੋਂ 2-3 ਸਾਲ ਪਹਿਲਾਂ ਵੀ ਇਹ ਇਸ਼ੂ ਪਹਿਲਾਂ ਵੀ ਤੁਸੀਂ ਛੇੜਿਆ ਸੀਗਾ ਇੱਦਾਂ ਦਾ ਹੀ ਇੱਕ, ਤੇ ਮੈਂ ਵੀ ਪਹਿਲਾਂ ਵੱਡਾ ਘਰ ਲੈਣ ਨੂੰ ਫਿਰਦਾ ਸੀਗਾ, ਫਿਰ ਮੈਂ ਜਦੋਂ ਤੁਹਾਡਾ ਇਹ ਟੌਪਿਕ ਸੁਣਿਆ, ਸੋਚਿਆ, ਫਿਰ ਮੈਂ ਵੀ ਆਪਣੇ ਲਿਮਿਟ ਦੇ ਹਿਸਾਬ ਦਾ ਘਰ ਲਿਆ ਤੇ ਬਹੁਤ ਵਧੀਆ ਚੱਲ ਰਿਹਾ, ਸਾਰਾ ਕੁਝ ਠੀਕ ਆ। ਹੁਣ ਦੂਸਰੀ ਗੱਲ ਕਰੀਏ ਆਪਣਾ ਗਿੱਲ ਸਾਹਿਬ, ਵੀ ਜਿਹੜੇ ਸਮਾਰਟ ਸ਼ੋਪਿੰਗ ਹੈ ਨਾ, ਇਹਦੇ ਵਿੱਚ ਕਈ ਤਰੀਕੇ ਹੁੰਦੇ ਆ। ਹੁਣ ਇੱਕ ਤਾਂ ਛੋਟਾ ਵੀਜ਼ਾ ਕਾਰਡ ਲੈ ਕੇ ਬੰਦਾ ਰੱਖ ਲਏ, ਪਹਿਲੇ ਤਾਂ ਟਰਾਈ ਕਰੋ ਕਿ ਕੈਸ਼ ਸ਼ੋਪਿੰਗ ਹੋਵੇ, ਉਹ ਸਭ ਤੋਂ ਬੈਸਟ ਹੈ। ਜੇ ਨਹੀਂ ਲੈ ਕੇ ਰੱਖ ਲਓ, ਉਹਦੇ ਤੇ ਸ਼ੋਪਿੰਗ ਕਰੋ, ਤੇ ਆ ਕੇ 2-4 ਦਿਨਾਂ 5 ਦਿਨਾਂ ਬਾਅਦ ਜਿਹੜੇ 21-day ਗ੍ਰੇਸ ਪੀਰੀਅਡ ਹੁੰਦਾ, ਉਹਦੇ ਵਿੱਚ ਤੁਸੀਂ ਆਪਣਾ ਉਹਨੂੰ ਪੇ ਆਫ ਕਰੀ ਜਾਓ, ਉਸ ਤੇ ਸ਼ੋਪਿੰਗ ਕਰੀ ਜਾਓ, ਹਨਾ। ਦੂਸਰੀ ਗੱਲ, ਜੇ ਉਹ ਵੀਜ਼ਾ ਕਾਰਡ ਇਹੋ ਜਿਹਾ 500 ਵਾਲਾ ਤੁਸੀਂ ਕਿਤੇ ਆਨਲਾਈਨ ਤੁਹਾਨੂੰ ਦੇਣਾ ਵੀ ਪੈਂਦਾ, ਉਹ ਨੰਬਰ ਉਹ ਤੁਸੀਂ ਦੇ ਵੀ ਸਕਦੇ ਹੋ, ਤੇ ਜੇ ਉਹਦੇ 'ਚ ਕੱਲ੍ਹ ਨੂੰ ਥੈਫਟ ਹੋ ਜਾਂਦਾ ਜਾਂ ਚੋਰੀ ਹੋ ਜਾਂਦਾ, ਤਾਂ ਉਹਦੇ ਵਿੱਚ ਬੰਦੇ ਨੂੰ ਡਰਨ ਦੀ ਵੀ ਨਹੀਂ ਕੋਈ ਲੋੜ ਹੈਗੀ। ਤੀਸਰੀ ਗੱਲ, ਜਦੋਂ ਅਸੀਂ ਸਟੋਰਾਂ ਤੇ ਜਾਂਦੇ ਹਾਂ ਜਾਂ ਕੋਈ ਸ਼ੋਪਿੰਗ ਕਰਦੇ ਹਾਂ ਨਾ, ਜਿਵੇਂ ਭਾਈ ਸਾਹਿਬ ਕਹਿ ਗਏ ਸੀਗੇ ਪ੍ਰਾਈਸ ਮੈਚਿੰਗ ਵਾਲੀ, ਇੱਕ ਐਪ ਆਉਂਦੀਆਂ, 2-3 ਐਪ ਹੈਗੀਆਂ, ਰੈਡ ਫਲੈਗਸ ਆ, ਕਲਿੱਕਰਸ ਆ, ਇੱਦਾਂ ਦੀ ਐਪ ਦੇ ਉੱਤੇ ਤੁਸੀਂ ਆਪਣਾ ਉਹਦੇ ਤੇ ਭਰ ਦਿਓ, ਜੋ ਵੀ ਤੁਸੀਂ ਲੈਣਾ ਬਾਏ ਕਰਨਾ ਨਾ ਉਹ ਭਰੋ, ਤੁਹਾਨੂੰ ਉਸੇ ਵੇਲੇ ਇਮੀਡੀਏਟਲੀ ਪ੍ਰਾਈਸ ਦੱਸ ਦਿੰਦਾ ਵੀ ਇਸ ਹਫ਼ਤੇ ਦੇ ਫਲਾਇਰ ਦੇ ਵਿੱਚ ਪ੍ਰਾਈਸ ਫਲਾਨੇ ਸਟੋਰ ਤੇ ਇੰਨਾ, ਫਲਾਨੇ ਤੇ ਇੰਨਾ, ਤੁਸੀਂ ਉਹ ਉਸੇ ਵੇਲੇ ਫਲਾਇਰ ਵੀ ਖੋਲ੍ਹੇ ਜਾਂਦਾ, ਉਹ ਫਲਾਇਰ ਵਿਖਾ ਕੇ ਤੁਸੀਂ ਸਾਰੇ ਸਟੋਰਾਂ ਦੇ ਪ੍ਰਾਈਸ ਮੈਚ ਹੋ ਜਾਂਦਾ। ਇਹ ਨਹੀਂ ਹੈਗਾ ਕਿ ਪ੍ਰਾਈਸ ਮੈਚ ਸਪੈਸ਼ਲ ਸਟੋਰ ਤੇ ਵਾਲਮਾਰਟ ਤੇ ਹੁੰਦਾ, ਸੁਪਰ ਸਟੋਰ ਵਗੈਰਾ ਜਿੱਥੇ ਮਰਜ਼ੀ ਜਾਓ ਤੁਸੀਂ ਉੱਥੇ ਤੁਹਾਡਾ ਪ੍ਰਾਈਸ ਮੈਚ ਹੋ ਜਾਂਦਾ। ਤੇ ਮੈਂ ਇੱਕ ਇਹ ਕਰਦਾ ਨਾ, ਜਾਂ ਫਿਰ ਇੱਕ ਐਮਾਜ਼ੋਨ ਤੇ ਫਟਾਫਟ ਮੈਂ ਸਕੈਨ ਕਰਕੇ ਪ੍ਰੋਡਕਟ ਨੂੰ ਉਹਦੇ ਉੱਥੇ ਐਮਾਜ਼ੋਨ ਤੇ ਵੀ ਰੇਟ ਦੇਖ ਲਈਦਾ ਵੀ ਐਮਾਜ਼ੋਨ ਤੇ ਕੀ ਪ੍ਰਾਈਸ ਹੈਗਾ ਉਹਦਾ,
ਇਹ ਏਦਾਂ ਦੀਆਂ ਚੀਜ਼ਾਂ ਨਾਲ ਆਪਾਂ ਨਾ ਕਰ ਸਕਦੇ ਹਾਂ। ਦੂਸਰੀ ਗੱਲ ਆ ਜਿਵੇਂ ਹੁਣ ਕਈ ਇੰਟਰਨੈਟ ਆ ਜਾਂ ਆਪਣਾ ਫੋਨ ਹੈਗੇ ਆ ਹਨਾ, ਆਹ ਟੈਲੀਫੋਨ, ਤੁਸੀਂ ਦੇਖੋ ਕਿ ਆਪਣੇ ਹਰ ਰਿਸ਼ਤੇਦਾਰ ਨਹੀਂ ਨਾ ਭੈਣ ਭਰਾ ਜਾਂ ਕੋਈ ਨਾ ਕੋਈ ਹਰ ਇੱਕ ਦੇ ਕਿਸੇ ਦੇ ਰੈਂਟ ਤੇ ਰਹਿੰਦਾ ਜਾਂ ਸਟੂਡੈਂਟ ਰਹਿੰਦਾ ਕੋਈ, ਤੁਸੀਂ ਸਟੂਡੈਂਟ ਪਲਾਨ ਲੈ ਲਓ ਇੰਟਰਨੈਟ ਦੇ ਉੱਤੇ, ਜੇ ਉਹ ਅਗਲੇ ਬੰਦੇ ਨੂੰ ਕੋਈ ਓਬਜੈਕਸ਼ਨ ਨਹੀਂ ਹੈਗਾ ਤਾਂ ਉਹਨੂੰ ਦੱਸ ਕੇ ਹਨਾ ਬਿੱਲ ਤੁਸੀਂ ਉਤਾਰੀ ਜਾਓ, ਉਹਦੇ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ 70-80% ਤੱਕ ਡਿਸਕਾਊਂਟ ਦੇ ਦਿੰਦੇ ਆ ਉਹ ਸਟੂਡੈਂਟ ਪਲਾਨ ਤੇ, ਇੰਟਰਨੈਟ ਵਗੈਰਾ ਟੀ ਵੀ ਪੈਕੇਜ ਸਾਰਾ ਕੁਛ, ਤੇ ਏਦਾਂ ਦੇ ਤਰੀਕੇ ਨਾਲ ਸ਼ੋਪਿੰਗ ਕੀਤੀ ਜਾ ਸਕਦੀ ਹੈ। ਥੈਂਕ ਯੂ ਸੋ ਮਚ ਗੁਰਸਰ, ਥੈਂਕ ਯੂ। ਥੈਂਕ ਯੂ ਗੁਰਾਲ ਸਾਹਿਬ, ਥੈਂਕ ਯੂ। ਸੋ ਕੋਸ਼ਿਸ਼ ਇਹੀ ਰਹਿੰਦੀ ਹੈ ਜੀ ਕਿ ਅਲੱਗ ਅਲੱਗ ਵਿਸ਼ਿਆਂ ਦੇ ਵਿੱਚ ਚੁਣ ਕੇ ਕੋਈ ਨਾ ਕੋਈ ਵਿਸ਼ਾ ਤੁਹਾਡੇ ਸਨਮੁਖ ਕਰੀਦਾ, ਆਸ ਹੈ ਕਿ ਪਸੰਦ ਕੀਤਾ ਹੋਵੇਗਾ, ਤੁਸੀਂ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਬੱਚਤ ਸ਼ੁਰੂ ਕਰੋਗੇ ਔਰ ਇਹ ਬਹੁਤ ਜ਼ਰੂਰੀ ਹੈ ਇਹੋ ਜਿਹੀ ਅਸਥਿਰਤਾ ਦੇ ਵਿੱਚ ਜਿੱਥੇ ਆਪਾਂ ਜਿਉ ਰਹੇ ਹਾਂ, ਤੁਹਾਡੇ ਕੋਲ ਮੀਂਹ ਕਣੀ ਦੇ ਲਈ ਕੁਛ ਨਾ ਕੁਛ ਬੋਰੀ ਦਾਣਿਆਂ ਦੀ ਘਰੇ ਜ਼ਰੂਰ ਚਾਹੀਦੀ ਹੈ। ਪਤਾ ਨਹੀਂ ਹੁੰਦਾ ਕਿਹੋ ਜਿਹਾ ਸਮਾਂ ਆਉਂਦਾ, ਇਸ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ ਤੇ ਕਦੇ ਵੀ ਕਿਸੇ ਨੂੰ ਵੇਖ ਕੇ ਪ੍ਰਭਾਵਿਤ ਨਾ ਹੋਵੋ। ਕੋਈ ਕਿਸੇ ਦੀ ਅਮੀਰੀ ਤੁਹਾਡੇ ਸਿਰ ਤੇ ਨਾ ਚੜ੍ਹੇ ਤੇ ਤੁਸੀਂ ਪੰਗਾ ਨਾ ਲਓ ਕਦੇ ਵੀ, ਕੋਈ ਕਿਵੇਂ ਕੀ ਰਹਿੰਦਾ ਕਿਸ ਤਰ੍ਹਾਂ ਰਹਿੰਦਾ ਉਹ ਉਹਦੀ ਜ਼ਿੰਦਗੀ ਹੈ, ਮਿਲੋ ਗਿਲੋ ਹੱਸੋ ਖੇਡੋ, ਪਰ ਕੋਈ ਕਿਸੇ ਤੇ ਯੈਸ ਕੋਈ ਕਰਨਾ ਹੈ, ਕੋਈ ਮੈਂਟੋਰ ਬਣਾਉਣਾ, ਕੋਈ ਕੌਮ ਦੀ ਗੱਲ ਹੈ, ਕੋਈ ਪੜ੍ਹਨ ਵਾਲਾ ਬੰਦਾ, ਕੋਈ ਰਾਜਨੀਤੀ 'ਚ ਹੈ ਜਿਹਦੇ ਨਾਲ ਤੁਸੀਂ ਤਰੱਕੀ ਕਰ ਸਕੋ ਸਮਾਜ ਦੇ ਵਿੱਚ, ਆਪਣੇ ਲਈ ਤਾਂ ਨਿੱਤ ਕੋਈ ਆਪਣਾ ਕਰਦਾ, ਪਰ ਇਹ ਨਾ ਹੋਵੋ ਕਿ ਚਕਾ ਚੌਂਦ ਵਾਲੀ ਜ਼ਿੰਦਗੀ ਤੁਹਾਨੂੰ ਪ੍ਰਭਾਵਿਤ ਕਰ ਦੇ, ਤੁਸੀਂ ਆਪਣਾ ਸਾਰਾ ਖਰਾਬ ਕਰ ਲਓ, ਇਹ ਬਿਲਕੁਲ ਨਹੀਂ। ਉਹ ਕਿਵੇਂ ਅਗਲਾ ਮੇਨਟੇਨ ਕਰ ਰਿਹਾ, ਕਿਵੇਂ ਰਹਿ ਰਿਹਾ, ਉਹ ਅਗਲੇ ਦੀ ਜ਼ਿੰਦਗੀ, ਔਰ ਕੋਈ ਕਿਸੇ ਨੂੰ ਰੋਕਦਾ ਨਹੀਂ। ਪਰ ਜੇ ਸਾਡੇ ਕੋਲ ਅਸਾਸੇ ਘੱਟ ਨੇ, ਰਿਸੋਰਸ ਘੱਟ ਨੇ, ਤਾਂ ਆਰਾਮ ਨਾਲ ਰਹਿਣਾ ਚਾਹੀਦਾ। ਕੱਲ੍ਹ ਨੂੰ 11 ਵਜੇ ਮੁੜਦਾ, ਰੱਬ ਰਾਖਾ ਅਖੀਰ 'ਚ ਇੱਕ ਗੀਤ ਤੁਹਾਡੇ ਲਈ। ਸੁਣਨ ਵਾਲਿਆਂ ਦਾ ਧੰਨਵਾਦ ਤੇ ਹਿੱਸਾ ਲੈਣ ਵਾਲਿਆਂ ਦਾ ਬਹੁਤ ਧੰਨਵਾਦ, ਰੱਬ ਰਾਖਾ।